ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਵਿੱਖਤ ਬਚਨ ਪਵਿੱਖ ਬਾਣੀ ਕਲਯੁਗ ਦੇ ਸਮੇਂ ਵਿੱਚ ਕਿਦਾਂ ਦਾ ਦੌਰ ਚੱਲੇਗਾ ਕੀ ਕੀ ਇਹਦੇ ਵਿੱਚ ਅਵਸਥਾਵਾਂ ਬਣਨਗੀਆਂ ਆਓ ਐਸੇ ਵਿਚਾਰ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਜੀ ਟੋਹਣਾ ਵਾਲੇ ਆਪਸੋ ਸਰਵਣ ਕਰਦੇ ਆ ਗੁਰੂ ਮਹਾਰਾਜ ਜੀ ਦੇ ਜੋ ਪਵਿੱਖਤ ਬਚਨ ਹਨ ਉਹਨਾਂ ਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸਮਝਾਉਣਾ ਕੀਤਾ ਆ ਆਓ ਇਸ ਵਿਚਾਰ ਨੂੰ ਇਸ ਕਥਾ ਨੂੰ ਅਸੀਂ ਪੂਰੀ ਸੁਣੀਏ ਤਾਂ ਜੋ ਸਾਨੂੰ ਪੂਰਨ ਜਿਹੜਾ ਕਲਯੁਗ ਬਾਰੇ ਪਤਾ ਲੱਗੇਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋ ਬਚਨ ਹਨ ਕਿ ਕੈਸੀਆਂ ਅਵਸਥਾਵਾਂ ਬਣਨਗੀਆਂ ਆਉਣ ਵਾਲੇ ਸਮੇਂ 'ਚ ਕਲਯੁਗ ਕਿਵੇਂ ਚੜ ਕੇ ਆਏਗਾ ਤੇ ਆਓ ਇਸ ਵਿਚਾਰ ਨੂੰ ਸਰਵਣ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕੋਈ ਵੀ ਜੀਵਨ ਦਾ ਐਸਾ ਪੱਧਰ ਨਹੀਂ ਹੈਗਾ ਜਿਹਦੇ ਬਾਰੇ ਗੁਰਬਾਣੀ ਗੁਰੂ ਦੇ ਵਿੱਚ ਮਹਾਂਪੁਰਖਾਂ ਨੇ ਨਹੀਂ ਸਮਝਾਇਆ ਸਤਗੁਰਾਂ ਨੇ ਨਹੀਂ ਸਮਝਾਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ ਪਵਿੱਤਰ ਜੋ ਬਚਨ ਨੇ ਮਹਾਰਾਜ ਨੇ ਕਲਯੁਗ ਦੇ ਵਿੱਚ ਜੋ-ਜੋ ਅਵਸਥਾਵਾਂ ਮੰਨਦੀਆਂ ਹਨ ਜਗ ਗਿਆਨ ਦੀਆਂ ਧਿਆਨ ਦੀਆਂ ਸਭ ਭੇਦ ਰੁੱਤ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਕਾਫੀ ਜਗ੍ਹਾ ਤੇ ਗੁਰਬਾਣੀ ਦੇ ਵਿੱਚ ਜੋ ਭਵਿੱਖਬਾਣੀ ਵੀ ਆਉਂਦੀ ਹੈ ਕਿਉਂਕਿ ਜਦੋਂ ਇੱਕ ਗੁਰਮਖ ਨਾਮ ਦੇ ਪੰਡਾਰਿਆਂ ਦੇ ਵਿੱਚ ਸਮਾਜ ਆਉਂਦਾ ਸੱਚ ਦੇ ਵਿੱਚ ਸਮਾਜ ਆਉਂਦਾ ਹੈ ਤੇ ਉਹਦੇ ਵਿੱਚ ਜੋ ਮਾਲਕ ਮਹਾਸ਼ਕਤੀਆਂ ਪ੍ਰਗਟ ਕਰ ਦਿੰਦੇ ਆ ਉਹਨਾਂ ਦੇ ਆਧਾਰ ਤੇ ਉਹ ਸਮੇਂ ਦਾ ਕੋਈ ਵੀ ਐਸਾ ਪਹਿਲੂ ਨਹੀਂ ਜਿਹਦੇ ਤੋਂ ਬੇਖਬਰੀ ਹੁੰਦੇ ਆ ਆਉਣ ਵਾਲਾ ਸਮਾਂ ਬੀਤਿਆ ਸਮਾਂ ਜਿਹੜਾ ਚੱਲ ਰਿਹਾ ਹੈ ਕਹਿਣ ਤੋਂ ਭਾਵ ਕਿ ਗੁਰਮਖਾ ਨੂੰ ਐਸੀ ਕੋਈ ਅਵਸਥਾ ਨਹੀਂ ਜੋ ਨਹੀਂ ਪਤਾ ਸਮੇਂ ਮੁਤਾਬਕ ਕਿਥੋਂ ਅਸੀਂ ਆਏ ਆ ਕੀ ਕਰ ਰਹੇ ਆ ਕਿੱਥੇ ਜਾਣਾ ਸੋ ਇਸੇ ਤਰੀਕੇ ਮਹਾਬਲੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਿਤਾ ਉਹਨਾਂ ਦੀ ਪਵਿੱਤਰ ਬਾਣੀ ਜੋ ਕਿ ਆਪਾਂ ਦਸਮ ਬਾਣੀ ਦੇ ਰੂਪ ਦੇ ਵਿੱਚ ਵੀ ਪੜ੍ਹਦੇ ਹਾਂ ਸੋ ਉਹਨਾਂ ਦੀ ਬਾਣੀ ਦੇ ਵਿੱਚ ਵੀ ਉਹਨਾਂ ਨੇ ਕਾਫੀ ਕੁਝ ਦੱਸਿਆ ਹੋਇਆ ਹੈ ਦਸ਼ਮੇਸ਼ ਪਿਤਾ ਨੇ ਕਲਯੁਗ ਦੇ ਵਿੱਚ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਏਗਾ ਮੁੱਖ ਕਰਕੇ ਉਹਨਾਂ ਦੱਸਿਆ ਵੀ ਜਿਹੜਾ ਕਲਯੁਗ ਹੁੰਦਾ ਹੈ ਇਹਨੂੰ ਕਲਾ ਦਾ ਯੁਗ ਕਿਹਾ ਗਿਆ ਹੈ ਕਲਾ ਤੋਂ ਭਾਵ ਕਿ ਐਸੀਆਂ ਐਸੀਆਂ ਇਹਦੇ ਵਿੱਚ ਅਵਸਥਾਵਾਂ ਪ੍ਰਗਟ ਹੋ ਜਾਂਦੀਆਂ ਨੇ ਜੋ ਕਿ ਹੈਰਾਨੀ ਜਨਕ ਹੁੰਦੀਆਂ ਜਿਵੇਂ ਆਪਾਂ ਅੱਜ ਦੇਖਦੇ ਆ ਕਿੰਨੀ ਕਲਾ ਵਰਤ ਗਈ ਐ ਚਾਹੇ ਕੋ ਬਿਜਲੀ ਐ ਚਾਹੇ ਕੋ ਪਾਣੀ ਐ ਚਾਹੇ ਘਰ ਦੀਆਂ ਸੁਖ-ਸੁਵਿਧਾਆਂ ਐ ਮੋਬਾਈਲ ਆ ਇੰਟਰਨੈਟ ਆ ਇਹ ਸਾਰਾ ਕਲਾ ਦਾ ਹੀ ਜ਼ਮਾਨਾ ਨੇ ਸੋ ਮਹਾਰਾਜ ਨੇ ਦੱਸਿਆ ਵੀ ਕਲਯੁਗ ਦੇ ਵਿੱਚ ਕਿਸ ਤਰੀਕਾ ਦੇ ਮਾਨਮੁਖ ਜਿਹੜੇ ਆ ਉਹ ਪ੍ਰਗਟ ਹੋਣਗੇ ਨਾਮ ਤੋਂ ਹੀਣੇ ਕਿੱਥੋਂ ਤੱਕ ਇਸ ਯੁੱਗ ਦੇ ਵਿੱਚ ਪਾਪ ਵਰਤਨਾ ਹੈ ਦਸਵੇਂ ਬਾਦਸ਼ਾਹ ਨੇ ਬੜਾ ਹੀ ਖੋਲ ਕੇ ਉਹਨਾਂ ਨੇ ਆਪਦੀ ਬਾਣੀ ਦੇ ਵਿੱਚ ਦੱਸਿਆ 24 ਅਵਤਾਰ ਦੇ ਵਿੱਚ ਕਿ ਇਸ ਕਲ ਯੁੱਗ ਦੇ ਵਿੱਚ ਕਿੰਨਾ ਘੋਰ ਹਨੇਰਾ ਫੈਲ ਜਾਣਾ ਇੱਕ ਕਿਹਦੇ ਕਰਕੇ ਇੱਕ ਨਾਮ ਦੇ ਨਾਲ ਨਾ ਜੁੜਨ ਕਰਕੇ ਸੱਚ ਨੂੰ ਭੁੱਲਣ ਕਰਕੇ ਮਾਨਖ ਜਾਤ ਦੀ ਇੰਨੀ ਕੁ ਜਿਹੜੀ ਆ ਅਵਸਥਾ ਵਾ ਗਿਰ ਜਾਣੀ ਆ ਕੇ ਨਾ ਕੋਈ ਰਿਸ਼ਤਾ ਰਹਿਣਾ ਨਾ ਕੋਈ ਲਿਮਿਟੇਸ਼ਨਸ ਰਹਿਣੀਆਂ ਨੇ ਕੋਈ ਬਾਉਂਡਰੀਜ਼ ਰਹਿਣੀਆਂ ਨੇ ਕੋਈ ਸੀਮਾ ਰਹਿਣੀਆਂ ਨੇ ਕਿ ਕਿੱਥੋਂ ਤੱਕ ਕੀ ਕਰਨਾ ਹੈ ਔਰ ਚਾਰੇ ਪਾਸੇ ਪਰਲੋ ਹੀ ਪਰਲੋ ਫੈਲ ਜਾਣੀ ਪਰ ਉਹਨਾਂ ਨਾਲ ਇਹ ਵੀ ਦੱਸਿਆ ਵੀ ਜਦੋਂ ਜਦੋਂ ਧਰਮ ਖਤਮ ਹੋ ਕੇ ਪਾਪ ਫੈਲਦਾ ਉਹਨੂੰ ਕੱਟਣ ਦੇ ਵਾਸਤੇ ਕਲਕੀ ਅਵਤਾਰ ਪੈਦਾ ਹੁੰਦੇ ਨੇ ਕਲਕੀ ਅਵਤਾਰ ਕਿਸੇ ਇੱਕ ਖਾਸ ਮਨੁੱਖ ਨੂੰ ਨਹੀਂ ਕਿਹਾ ਗਿਆ ਕਲ ਕੀ ਅਵਤਾਰ ਤੋਂ ਭਾਵ ਹੈ ਜਿਹੜਾ ਕਲਯੁਗ ਨੂੰ ਕੱਟਦਾ ਹੈ ਕੋਈ ਵੀ ਗੁਰਮਖ ਜਦੋਂ ਜਾਗ ਜਾਂਦਾ ਹੈ ਜਿੰਨੀ ਨਿਰੰਕਾਰ ਉਹਦੇ ਵਿੱਚ ਪਾਵਰ ਪਾਉਂਦੇ ਆ ਜਿੰਨਾ ਉਹਦੇ ਵਿੱਚ ਸ਼ਬਦ ਦਾ ਬਲ ਪਾਉਂਦੇ ਆ ਉਹ ਕਲ ਕਲਯੁਗ ਨੂੰ ਕੱਟਣ ਦਾ ਕੰਮ ਕਰਦਾ ਹੈ ਆਪਦੇ ਬਚਨਾਂ ਦੁਆਰਾ ਆਪਦੀ ਦ੍ਰਿਸ਼ਟੀ ਦੁਆਰਾ ਆਪਦੇ ਗਿਆਨ ਧਿਆਨ ਦੁਆਰਾ ਜਿਹੜਾ ਨਿਰੰਕਾਰ ਉਹਦੇ ਵਿੱਚ ਪ੍ਰਗਟ ਕਰਦੇ ਆ ਉਹ ਆਪ ਵੀ ਜਪਦਾ ਹੈ ਆਪਦੇ ਅੰਦਰੋਂ ਵੀ ਕਲ ਕਲਯੁਗ ਨੂੰ ਖਤਮ ਕਰਕੇ ਵਕਾਰਾਂ ਨੂੰ ਖਤਮ ਕਰਕੇ ਔਰ ਬਾਹਰ ਵੀ ਜਪਾਉਂਦਾ ਹੈ ਤੇ ਇੱਕ ਇੱਕ ਗੁਰਮਖ ਜਿਹੜਾ ਹੈ ਉਹ ਕਲਕੀ ਅਵਤਾਰ ਬਣ ਕੇ ਕਲਯੁਗ ਦੇ ਪਹਿਰਿਆਂ ਨੂੰ ਕੱਟਦਾ ਸੋ ਜਿੰਨੂੰ ਮਹਾਰਾਜ ਕਹਿੰਦੇ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਆਰ ਹੋਏ ਸਭ ਮਿਲਾਂਗੇ ਬਚਾ ਸ਼ਰਨ ਜੋ ਹੋਏ ਫਿਰ ਖਾਲਸਾ ਜਦੋਂ ਜਦੋਂ ਖਾਲਸਾ ਜਿਹੜੀ ਵੀ ਸਰੀਰ ਦੇ ਵਿੱਚ ਪ੍ਰਗਟ ਹੁੰਦਾ ਹੈ ਖਾਲਸਾ ਇਹ ਮਨ ਮਨ ਜਦੋਂ ਪੰਜਾਂ ਵਕਾਰਾਂ ਤੋਂ ਰਹਿਤ ਹੋ ਜਾਂਦਾ ਹੈ ਉਹ ਸ਼ੁੱਧ ਹੋ ਜਾਂਦਾ ਹੈ ਉਹ ਖਾਲਸ ਹੋ ਜਾਂਦਾ ਹੈ ਤੇ ਉਹ ਖਾਲਸਾ ਜਦੋਂ ਪ੍ਰਗਟ ਹੋ ਕੇ ਦੂਸਰਿਆਂ ਨੂੰ ਵੀ ਪ੍ਰੇਰਿਤ ਕਰਕੇ ਉਹਨਾਂ ਦੇ ਮਨ ਦਾ ਵੀ ਸ਼ੁੱਧਿਕరణ ਕਰਕੇ ਵਿਕਾਰਾਂ ਤੋਂ ਰਹਿਤ ਕਰਦਾ ਹੈ ਤੇ ਜਿਵੇਂ ਜਿਵੇਂ ਇੱਕ ਇੱਕ ਜੀਵ ਵਿਕਾਰਾਂ ਤੋਂ ਪੰਜਾਂ ਇਹਨਾਂ ਮਾਇਆ ਦੇ ਜਾਲਾਂ ਤੋਂ ਰਹਿਤ ਹੁੰਦਾ ਜਾਂਦਾ ਹੈ ਉਹ ਖਾਲਸਾ ਰਾਜ ਦੀ ਸਥਾਪਤੀ ਕਰਦਾ ਜਾਂਦਾ ਹੈ ਖਾਲਸਾ ਰਾਜ ਜਿਹੜਾ ਕਿ ਜਿੰਦੇ ਵਿੱਚ ਸੱਚ ਹੀ ਸੱਚ ਹੈ ਨਾਮ ਹੀ ਨਾਮ ਹੈ ਹੋਰ ਉਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਪਾਪ ਜਿਵੇਂ ਕਾਰ ਨਹੀਂ ਹੈਗੇ ਪਰਮਾਰਾਜ ਕਹਿੰਦੇ ਆ ਕਿ ਕਲਯੁਗ ਦੇ ਵਿੱਚ ਆ ਧਰਮ ਕਿੱਥੋਂ ਤੱਕ ਫੈਲ ਜਾਂਦਾ ਹੈ ਜਿੰਨੂੰ ਕੱਟਣ ਦੇ ਲਈ ਫਿਰ ਮਹਾਰਾਜ ਗੁਰਮਖ ਪ੍ਰਗਟ ਕਰਦੇ ਆ ਕਹਿੰਦੇ ਦੁੱਖ ਦੰਦ ਹੈ ਸੁਖ ਕੰਦ ਜੀ ਨਹੀਂ ਬੰਦ ਹੈ ਜਗ ਬੰਦ ਜੀ ਕਹਿੰਦੇ ਸਭ ਤੋਂ ਪਹਿਲਾਂ ਕਲਯੁਗ ਉਦੋਂ ਵਰਤਦਾ ਹੈ ਜਦੋਂ ਗੁਰਮਖ ਜਿਹੜੇ ਆ ਜਿਹੜੇ ਇਹ ਮਨਮੁਖ ਦਾ ਰਸਤਾ ਅਖਤਿਆਰ ਕਰ ਜਾਂਦੇ ਆ ਵੀ ਜਿਹੜੇ ਇਥੇ ਮਨੁੱਖ ਜਾਤੀ ਹੈ ਉਹ ਮਾਲਕ ਦੀ ਭਗਤੀ ਤੋਂ ਪਿੱਛੇ ਹਟ ਕੇ ਤੇ ਜਗਤ ਦੇ ਨਾਲ ਜੁੜ ਜਾਂਦੇ ਆ ਤੇ ਕੀ ਕਰਦੇ ਆ ਕਹਿੰਦੇ ਨਹੀਂ ਬੇਦਬਾਕ ਪ੍ਰਮਾਨ ਹੈ ਮਤ ਭਿੰਨ ਭਿੰਨ ਬਖਾਨ ਹੈ ਤੇ ਕਹਿੰਦੇ ਕਲ ਯੁਗ ਦੇ ਵਿੱਚ ਐਸਾ ਪਹਿਰਾ ਬਣਦਾ ਫਿਰ ਵੇਦਾਂ ਸ਼ਾਸਤਰਾਂ ਤੋਂ ਜਿਹੜੀ ਦੁਨੀਆ ਆ ਇਹ ਟੁੱਟਣਾ ਸ਼ੁਰੂ ਹੋ ਜਾਂਦੀ ਹੈ ਜਿਵੇਂ ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜੇ ਹੋਏ ਆ ਜਾਂ ਪਹਿਲਾਂ ਵੀ ਵੇਦ ਸ਼ਾਸਤਰ ਜਿਵੇਂ ਪ੍ਰਗਟ ਹੋਏ ਚਾਰ ਵੇਦ ਪ੍ਰਗਟ ਹੋਏ ਸਿਮਰਤੀਆਂ ਸ਼ਾਸਤਰ ਪ੍ਰਗਟ ਹੋਏ ਉਹਨਾਂ ਦੇ ਵਿੱਚ ਵੀ ਮਾਲਕ ਦਾ ਬਖਿਆਨ ਕੀਤਾ ਗਿਆ ਪਰ ਜਿਵੇਂ ਜਿਵੇਂ ਆਧਰਮ ਫੈਲਦਾ ਗਿਆ ਸੀ ਉਹਨਾਂ ਤੋਂ ਟੁੱਟ ਕੇ ਅੱਗੇ ਦੀ ਅੱਗੇ ਆਪਦੇ ਨਵੇਂ-ਨਵੇਂ ਰਾਹ ਚਲਾਉਣ ਲੱਗੇ ਤੇ ਮਹਾਰਾਜ ਕਹਿੰਦੇ ਐਸਾ ਹੀ ਕਲਯੁਗ ਦੇ ਵਿੱਚ ਹੋਏਗਾ ਤੇ ਇਹ ਹੁਣ ਤੁਸੀਂ ਮੈਂ ਭਵਿੱਖਵਾਨੀ ਤੁਹਾਨੂੰ ਦੱਸਦਾ ਜਾਊਂਗਾ ਤੁਸੀਂ ਦੇਖ ਲੈਣਾ ਵੀ ਕਿਹੜੀਆਂ-ਕਿਹੜੀਆਂ ਅਵਸਥਾਵਾਂ ਆ ਗਈਆਂ ਨੇ ਤੇ ਕਿਹੜੀਆਂ-ਕਿਹੜੀਆਂ ਇਹਨਾਂ ਤੋਂ ਬਾਅਦ ਹੋਰ ਆਉਣੀਆਂ ਨੇ ਲਗਭਗ ਜਿਹੜੀ ਆਪਾਂ ਵਿਚਾਰ ਕਰਾਂਗੇ ਇਹਦੇ ਵਿੱਚ ਕੁਝ ਅਵਸਥਾਵਾਂ ਤਾਂ ਐਸੀਆਂ ਨੇ ਜੋ ਚੱਲ ਹੀ ਰਹੀਆਂ ਨੇ ਕੁਝ ਐਸੀਆਂ ਨੇ ਵੀ ਜੋ ਇਹਨਾਂ ਤੋਂ ਬੱਤਰ ਹੁਣ ਅੱਗੇ ਹੋਰ ਪ੍ਰਗਟ ਹੋ ਜਾਣਗੀਆਂ ਇਹ ਭਵਿੱਖਵਾਨੀ ਮਹਾਰਾਜ ਨੇ ਲਗਭਗ ਸਵਾਕ 300 ਸਾਲ ਪਹਿਲਾਂ 24 ਸਵਤਾਰ ਨਾਮ ਦੀ ਬਾਣੀ ਦੇ ਵਿੱਚ ਕੀਤੀ ਹੈ ਮਹਾਰਾਜ ਕਹਿੰਦੇ ਨਾ ਕੁਰਾਨ ਕੋ ਮਤ ਲੈਣਗੇ ਨਾ ਪੁਰਾਨ ਦੇਖਣ ਦੇਣਗੇ ਕਹਿੰਦੇ ਜਿਹੜੇ ਕੁਰਾਨ ਤੇ ਪੁਰਾਨ ਜਿਹੜੇ ਹੋਲੀ ਬੁਕਸ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਜਿਹੜੇ ਗ੍ਰੰਥ ਨੇ ਵੇਦ ਸ਼ਾਸਤਰ ਨੇ ਕਹਿੰਦੇ ਇਹਨਾਂ ਦੀ ਕੋਈ ਮਤ ਨਹੀਂ ਲਊਗਾ ਨਾ ਤਾਂ ਆਪ ਮਤ ਲੈਣ ਦੇਣਗੇ ਤੇ ਨਾ ਕਿਸੇ ਨੂੰ ਇਹਨਾਂ ਦੇ ਨਾਲ ਜੁੜਨ ਦੇਣਗੇ ਪ੍ਰੇਰਿਤ ਨਹੀਂ ਹੋਣ ਦੇਣਗੇ ਕਿਸੇ ਨੂੰ ਜੇ ਕੋਈ ਗੁਰੂ ਗ੍ਰੰਥ ਤੇ ਕੁਰਾਨ ਤੇ ਸ਼ਾਸਤਰ ਦੀ ਵੇਦ ਦੀ ਗੱਲ ਕਰੇਗਾ ਆਪ ਵੀ ਟੁੱਟਣਗੇ ਤੇ ਅਗਲੇ ਨੂੰ ਵੀ ਤੋੜਨਗੇ ਕਹਿਣਗੇ ਇਹਦੇ ਵਿੱਚ ਕੋਈ ਫਾਇਦਾ ਨਹੀਂ ਨਾ ਪੜਨ ਦਾ ਨਾ ਲਿਖਣ ਦਾ ਨਹੀਂ ਇੱਕ ਮੰਤਰ ਜਾਪ ਹੈ ਦਿਨ ਦੁਇਕ ਥਾਪਨ ਥਾਪ ਹੈ ਤੇ ਜਿਹੜਾ ਆਪਾਂ ਵਾਹਿਗੁਰੂ ਹਰੀ ਅੱਲਾ ਦਾ ਜਾਪ ਕਰਦੇ ਆਂ ਕਹਿੰਦੇ ਇਸ ਇੱਕ ਮੰਤਰ ਦੇ ਜਾਪ ਨੂੰ ਝੂਠਾ ਕਿਹਾ ਜਾਊਗਾ ਜਿਵੇਂ ਆਮ ਤੌਰ ਤੇ ਆਪਾਂ ਸੁਣਨ ਲੱਗ ਗਏ ਆ ਨਾ ਜੀ ਇਹ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ ਹੈ ਇਹ ਤਾਂ ਇੱਕ ਤੋਤਾ ਰਟਣਾ ਹੈ ਜੀ ਇਹ ਤਾਂ ਵਾਰ-ਵਾਰ ਕਰਕੇ ਤਾਂ ਸਿਰਫ ਇੱਕ ਮੈਡੀਟੇਸ਼ਨ ਹੈ ਜੀ ਇਹ ਤੇ ਕਬੂਦਰੀਸ਼ਨ ਹੈ ਜੀ ਕਹਿੰਦੇ ਨਹੀਂ ਏਕ ਮੰਤਰ ਜਾਪ ਹੈ ਦਿਨ ਦੁਇਕ ਥਾਪਨ ਥਾਪ ਹੈ ਤੇ ਕਹਿੰਦੇ ਇਸ ਏਕ ਮੰਤਰ ਦੇ ਜਾਪ ਨੂੰ ਕੋਈ ਨਹੀਂ ਮੰਨੇਗਾ ਵੇਦ ਪੁਰਾਣ ਸ਼ਾਸਤਰਾਂ ਤੋਂ ਟੁੱਟ ਜਾਣਗੇ ਨਾ ਤਾਂ ਆਪ ਜੁੜਨਗੇ ਨਾ ਕਿਸੇ ਨੂੰ ਜੁੜਨ ਦੇਣਗੇ ਪ੍ਰਚਾਰ ਵੀ ਕਰਨਗੇ ਵੀ ਇਹਨਾਂ ਵੇਦਾਂ ਸ਼ਾਸਤਰਾਂ ਨਾਲ ਜੁੜਨ ਦਾ ਕੋਈ ਫਾਇਦਾ ਨਹੀਂ ਆਪਾਂ ਦੇਖਦੇ ਆ ਨਾ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਵੀ ਅੱਜ ਕੱਲ ਕਿੰਨੇ ਮਨਮਤੀ ਹੋ ਕੇ ਨਾ ਆਪ ਜੁੜਦੇ ਆ ਨਾ ਜੁੜਨ ਦਿੰਦੇ ਆ ਤੇ ਫਿਰ ਮਹਾਰਾਜ ਦੱਸਦੇ ਆ ਦੂਜੀ ਗੱਲ ਕਹਿੰਦੇ ਅੱਬ ਮੈਂ ਮਹਾ ਸੁਧ ਮਤ ਕਰਕੇ ਕਹੂੰ ਕਥਾ ਚਿਤ ਲਾਏ 24ਵੇਂ ਕਲਕੀ ਅਵਤਾਰਾ ਤਾਂ ਕਰ ਕਹੂੰ ਪ੍ਰਸੰਗ ਸੁਧਾਰਾ ਹੁਣ ਕਹਿੰਦੇ ਮੈਂ ਤੁਹਾਨੂੰ ਦੱਸਣ ਲੱਗਾ ਇਸ 24 ਅਵਤਾਰ ਦੇ ਅਖੀਰੀ ਪ੍ਰਸੰਗ ਦੇ ਵਿੱਚ ਵੀ ਜਦੋਂ ਕਲਯੁਗ ਪ੍ਰਗਟ ਹੋ ਜਾਊਗਾ ਕਿਵੇਂ ਦਾ ਉਹਦੇ ਵਿੱਚ ਦੋਸ਼ ਪ੍ਰਗਟ ਹੋਊਗਾ ਤੇ ਉਹਨੂੰ ਪ੍ਰਗਟ ਉਸ ਦੋਸ਼ ਨੂੰ ਖਤਮ ਕਰਨ ਵਾਸਤੇ ਕਿਵੇਂ ਇੱਕ ਕਲਕੀ ਅਵਤਾਰ ਜਨਮ ਲੈਣਗੇ ਕਹਿੰਦੇ ਇਹ ਨਹੀਂ ਕਿ ਕੱਲਾ ਮਨਮੁਖ ਹੀ ਵਾਸ ਕਰਨਗੇ ਕਲਯੁਗ ਦੇ ਵਿੱਚ ਜਦੋਂ ਮਨ ਮੁਕਤਾ ਦਾ ਜੋਰ ਵੱਧ ਜਾਂਦਾ ਹੈ ਤੇ ਮਾਲਕ ਥੌਣ ਪਾਣੀ ਬਸੰਤਰ ਧਰਤੀ ਆਕਾਸ਼ ਇਹਨਾਂ ਪੰਜਾਂ ਤੱਤਾਂ ਦੀ ਇਸ ਕੁਦਰਤ ਦੀ ਰੱਖਿਆ ਕਰਨ ਵਾਸਤੇ ਵਿੱਚ ਕੁਝ ਵਿਰਲੇ-ਵਿਰਲੇ ਗੁਰਮਖ ਵੀ ਪ੍ਰਗਟ ਕਰ ਦਿੰਦਾ ਹੈ ਜੋ ਤਪਦੀਆਂ ਹਵਾਵਾਂ ਦੇ ਵਿੱਚ ਫਿਰ ਨਾਮ ਜਪਾ ਕੇ ਪ੍ਰਚਾਰ ਕਰਕੇ ਬ੍ਰਹਮ ਦਾ ਵਿਖਿਆਨ ਕਰਕੇ ਉਹਦੇ 'ਚ ਠੰਡ ਪਾਉਂਦੇ ਆ ਪਰ ਹੁਣ ਕਿਵੇਂ ਦਾ ਫਿਰ ਮਾਹੌਲ ਹੋਏਗਾ ਕਹਿੰਦੇ ਭਾਰਾ ਕਰਿਤ ਹੋਤ ਜਬ ਧਰਣੀ ਪਾਪ ਗ੍ਰਸਤ ਕਛੂ ਜਾਤ ਨ ਬਰਣੀ ਕਹਿੰਦੇ ਇਹ ਧਰਤੀ ਆ ਜਿਹੜੀ ਇੰਨੀ ਭਾਰੀ ਹੋ ਜਾਊਗੀ ਭਾਰੀ ਤੋਂ ਭਾਵੇਂ ਨਹੀਂ ਕਹਿੰਦੇ ਉੱਤੇ ਕੋ ਦੂਜਾ ਭਾਰ ਕੋ ਹੋਰ ਦੂਜਾ ਆ ਜਾਣਾ ਹੈ ਭਾਰ ਤੋਂ ਭਾਵੇਂ ਜਦੋਂ ਜਦੋਂ ਇਸ ਧਰਤੀ ਤੇ ਕਹਿੰਦੇ ਪਾਪ ਵੱਧ ਜਾਂਦਾ ਹੈ ਇਹ ਧਰਤੀ ਭਾਰੀ ਹੋ ਜਾਂਦੀ ਹੈ ਇਹਨੂੰ ਹੋਰ ਕਿਸੇ ਦਾ ਭਾਰ ਨਹੀਂ ਲੱਗਦਾ ਇੱਕ ਮਨਮੁਖਤਾ ਦਾ ਭਾਰ ਲੱਗ ਜਾਂਦਾ ਹੈ ਪਾਪ ਗ੍ਰਸਤ ਕਛੂ ਜਾਤ ਨਾ ਬਣਣੀ ਕਹਿੰਦੇ ਇੱਥੇ ਕੋਈ ਵੀ ਜਾਤ ਨਹੀਂ ਰਹਿਣੀ ਜਾਤ ਤੋਂ ਭਾਵ ਸਭ ਰਿਸ਼ਤੇ ਖਤਮ ਹੋ ਜਾਣੇ ਨੇ ਕਿਵੇਂ ਕਹਿੰਦੇ ਭਾਂਤ ਭਾਂਤ ਤਨ ਹੋ ਉਤਪਾਤਾ ਪੁੱਤਰ ਸੇਜ ਸੁਭਤ ਲੈ ਮਾਤਾ ਕਹਿੰਦੇ ਇੱਥੋਂ ਤੱਕ ਰਿਸ਼ਤੇ ਖਤਮ ਹੋ ਜਾਣਗੇ ਜਿਹੜੇ ਮਾਤਾ ਤੇ ਪੁੱਤਰ ਦਾ ਰਿਸ਼ਤਾ ਆ ਨਾ ਇਹ ਵੀ ਕਾਮ ਦੇ ਵਿੱਚ ਬਦਲ ਜਾਏਗਾ ਮਾਤਾ ਦੇ ਸੁਖ ਦੇ ਲਈ ਪੁੱਤਰ ਦੇ ਨਾਲ ਸੰਜੋਗ ਕਰਨਾ ਚਾਹੇਗੀ ਅੱਗੇ ਕੀ ਕਹਿੰਦੇ ਸੁਤਾ ਪਿਤਾ ਤਨ ਰਮਤ નિਸ਼ੰਕਾ ਭਗਨੀ ਪਰਤ ਪ੍ਰਾਤ ਕਹ ਅੰਕਾ ਪ੍ਰਾਤ ਬਹਿਨ ਤਨ ਕਰਤ ਬਿਹਾਰਾ ਇਸਤਰੀ ਤਜੀ ਸਕਲ ਸੰਸਾਰ ਤੇ ਕਹਿੰਦੇ ਪਿਓ ਧੀ ਦਾ ਰਿਸ਼ਤਾ ਮਾਂ ਪੁੱਤ ਦਾ ਰਿਸ਼ਤਾ ਭੈਣ ਭਰਾ ਦਾ ਰਿਸ਼ਤਾ ਇਹ ਰਿਸ਼ਤੇ ਖਤਮ ਹੋ ਕੇ ਸਿਰਫ ਪੈਸੇ ਤੱਕ ਦੇ ਸੁਖ ਤੱਕ ਇਥੋਂ ਤੱਕ ਹੀ ਰਹਿ ਜਾਣਗੇ ਫੋਰ ਕੋ ਰਿਸ਼ਤਾ ਇਹਨਾਂ ਦੇ ਵਿੱਚ ਜਿਹੜਾ ਹੈ ਉਹ ਨਹੀਂ ਹੋਊਗਾ ਤੇ ਆਪਾਂ ਦੇਖਦੇ ਆਂ ਅੱਜ ਕੱਲ੍ਹ ਅਖਬਾਰਾਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ ਕਿ ਸਕੇ ਰਿਸ਼ਤੇ ਜਾਂ ਚਾਚੇ ਤਾਇਿਆਂ ਦੇ ਰਿਸ਼ਤੇ ਦੇ ਵਿੱਚ ਵੀ ਕਿੰਨਾ ਕੁਝ ਗਲਤ ਕੰਮ ਕਰਦੇ ਪਏ ਤੇ ਵੇਖੋ ਕਹਿੰਦੇ ਇਥੋਂ ਤੱਕ ਰਿਸ਼ਤਾ ਖਤਮ ਹੋ ਜਾਣਾ ਹੈ ਮਾਂ ਪੁੱਤ ਦਾ ਰਿਸ਼ਤਾ ਨਹੀਂ ਰਹਿਣਾ ਪਿਆਉ ਤੇ ਈਦਰਿਸ਼ਤਾ ਨਹੀਂ ਰਹਿਣਾ ਤੇ ਭੈਣ ਭਰਾ ਦਾ ਰਿਸ਼ਤਾ ਨਹੀਂ ਰਹਿਣਾ ਇਹ ਕਲਯੁਗ ਦੇ ਲੱਛਣ ਨੇ ਤੇ ਦੇਖੋ ਜਦੋਂ ਇੰਨੀ ਪਰਲੋ ਮਚ ਜਾਂਦੀ ਹੈ ਕੋਈ ਕਿਵੇਂ ਨਾਮ ਜਪੇਗਾ ਐਨੀ ਹਿਵਾਨੀਅਤ ਐਨਾ ਕ੍ਰੋਧ ਐਨਾ ਵਿਕਾਰ ਵੀ ਇਹ ਰਿਸ਼ਤੇ ਜਿਹੜੇ ਨੇ ਜਿਨ੍ਹਾਂ ਦੇ ਕਰਕੇ ਅੱਜ ਆਪਾਂ ਖਮਾਉਨੇ ਆ ਖਾਣੇ ਆ ਪਰਿਵਾਰ ਬਣ ਕੇ ਰਹਿੰਦਾ ਇਹ ਹੀ ਖਤਮ ਹੋ ਜਾਣੇ ਤੇ ਫਿਰ ਮਹਾਰਾਜ ਕਹਿੰਦੇ ਸ਼ੰਕਰ ਵਰਨ ਪ੍ਰਜਾ ਸਭ ਹੋਈ ਏਕ ਗਿਆਤ ਕੋ ਰਹਾ ਨਾ ਕੋਈ ਆਤਮਬਿ ਵਿਚਾਰ ਫਸੀ ਬਰਨਾਰੀ ਧਰਮ ਰੀਤ ਕੀ ਪ੍ਰੀਤ ਵਿਸਾਰੀ ਕਹਿੰਦੇ ਇੰਨਾ ਤਮਗੁਣ ਫੈਲ ਜਾਣਾ ਕਿ ਇੱਕ ਮਤ ਨਹੀਂ ਕਿਸੇ ਦੀ ਰਹਿਣੀ ਇੱਕ ਪਰਿਵਾਰ ਦੇ ਵਿੱਚ ਜੇਕਰ ਆਪਾਂ ਜੇ ਮੰਨੀਏ ਕਿ ਪੰਜ ਮੈਂਬਰ ਹੋਣਗੇ ਪੰਜਾਂ ਦੇ ਅਲੱਗ-ਅਲੱਗ ਵਿਚਾਰ ਤੇ ਅਲੱਗ-ਅਲੱਗ ਧਰਮ ਹੋਣਗੇ ਅਲੱਗ-ਅਲੱਗ ਧਰਮ ਕੀ ਪੰਜੇ ਅਲੱਗ ਵਿਚਾਰ ਧਾਰਾ ਦੇ ਹੋਣਗੇ ਜੇਕਰ ਉਹ ਵਪਾਰ ਕਰਨਗੇ ਤਾਂ ਵਪਾਰ ਦੇ ਅਲੱਗ ਵਿਚਾਰ ਹੋਣਗੇ ਇੱਕ ਕਾਮ ਕਰਨਗੇ ਤੇ ਕਾਮ ਨੂੰ ਲੈ ਕੇ ਲਾਗ ਵਿਚਾਰਨ ਹੋਣਗੇ ਜੇ ਕੋਈ ਧਰਮ ਨਾਲ ਜੁੜਨਾ ਵੀ ਚਾਹੇਗਾ ਤੇ ਉਹ ਵੀ ਕੋਈ ਕਹੇਗਾ ਮੈਂ ਦੇਵਤੇ ਨੂੰ ਮੰਨਣਾ ਹੈ ਕੋਈ ਕਹੇਗਾ ਮੈਂ ਸੰਤ ਨੂੰ ਮੰਨਣਾ ਹੈ ਕੋਈ ਕਹੇਗਾ ਮੈਂ ਪੱਥਰ ਨੂੰ ਮੰਨਣਾ ਹੈ ਕੋਈ ਕਹੇਗਾ ਮੈਂ ਕੁਰਾਨ ਨੂੰ ਮੰਨਣਾ ਹੈ ਕਹਿੰਦੇ ਇੱਕ ਇੱਕ মত ਮਿਲ ਕੇ ਨਹੀਂ ਚੱਲਣਗੇ ਤੇ ਕਹਿੰਦੇ ਜਿਹੜੀਆਂ ਅਤਬ ਵਿਚਾਰ ਫੱਸੀ ਬਰਨ ਆਰੀ ਕਹਿੰਦੇ ਕੋਈ ਵਿਰਲੀ ਨਾਰੀ ਰਹਿ ਜਾਏਗੀ ਜਿਹੜੀ ਜਤੀ ਹੋਵੇਗੀ ਨਹੀਂ ਤਾਂ ਸਾਰੀਆਂ ਨਾਰੀਆਂ ਜਿਹੜੀਆਂ ਨੇ ਉਹ ਆਪਦੀ ਸੁੰਦਰਤਾ ਦਾ ਮਾਣ ਕਰਕੇ ਲਗਪਗ ਜਿਹੜੀਆਂ ਨੇ ਆਪਦਾ ਅਚਾਰ ਵਿਚਾਰ ਨੂੰ ਤਿਆਗ ਕਰਕੇ ਤੇ ਕਾਮ ਦੇ ਵੱਲ ਪ੍ਰੇਰਿਤ ਹੋ ਜਾਣਗੀਆਂ ਕਹਿੰਦੇ ਘਰ ਘਰ ਝੂਠ ਅਮਸਿਆ ਪਈ ਸਾਚ ਕਲਾ ਸਸਕੀ ਦੂਰ ਗਈ ਜਹਤ ਹੈ ਹੋਣ ਲੱਗੇ ਉਤਪਾਤਾ ਭੋਗਤ ਪੂਜ ਸੇਤ ਚੜ ਜਾਂਦਾ ਤੇ ਕਹਿੰਦੇ ਘਰ ਦੇ ਵਿੱਚ ਇੰਨਾ ਮਸਿਆ ਦਾ ਹਨੇਰਾ ਝੂਠ ਦਾ ਹਨੇਰਾ ਇਹ ਛਾ ਜਾਵੇਗਾ ਕਿ ਕਾਮ ਦੀ ਪੂਰਤੀ ਕਰਨ ਵਾਸਤੇ ਜੇਕਰ ਬੱਚੇ ਨੂੰ ਕੋਹ ਹੋਰ ਥਾਂ ਨਾ ਮਿਲੇਗੀ ਤੇ ਕਹਿੰਦੇ ਉਹ ਆਪਦੀ ਮਾਂ ਵਰਗੇ ਪਵਿੱਤਰ ਰਿਸ਼ਤੇ ਨੂੰ ਵੀ ਤਿਆਗ ਕਰ ਦੇਗਾ ਇਥੋਂ ਤੱਕ ਪਹੁੰਚ ਜਾਣਾ ਏ ਕੰਮ ਕਹਿੰਦੇ ਢੁੰਡਤ ਸਾਚ ਨੇ ਕਿਤਹੋਂ ਪਾਇਆ ਝੂਠੀ ਸੰਗ ਸਭੋ ਚਿਤ ਲਾਇਆ ਭਿੰਨ ਭਿੰਨ ਗ੍ਰਹਿ ਗ੍ਰਹਿ ਮਤ ਹੋਈ ਸ਼ਾਸਤਰ ਸਿਮਰਤ ਛੂਏ ਨਾ ਕੋਈ ਕਹਿੰਦੇ ਲੱਭਿਆ ਨਹੀਂ ਸੱਚ ਲੱਭਣਾ ਕਿਤੇ ਵੀ ਜੇ ਤੁਸੀਂ ਕਹੋਗੇ ਨਾ ਵੀ ਕਿਤੇ ਸੱਚ ਦਾ ਕੋਈ ਆਵਾਜ਼ ਆ ਜਾਵੇ ਉਹ ਗੁਰਮੰਤਰ ਦੀ ਆਵਾਜ਼ ਆ ਜਾਵੇ ਕੋ ਸੱਚ ਅਕਾਲ ਪੁਰਖ ਦੀ ਗੱਲ ਆ ਜਾਵੇ ਕਹਿੰਦੇ ਲੱਭਿਆ ਨਹੀਂ ਸੱਚ ਲੱਭਣਾ ਐਨਾ ਤਮੋਗੁਣ ਪ੍ਰੇਰਿਤ ਹੋ ਜਾਏਗਾ ਭਿੰਨ ਭਿੰਨ ਗ੍ਰਹਿ ਗ੍ਰਹਿ ਮਤ ਹੋਈ ਹਰ ਇੱਕ ਘਰ ਦੇ ਵਿੱਚ ਵੱਖਰਾ-ਵੱਖਰਾ ਮਤ ਹੋਵੇਗਾ ਏਕ-ਇਕ ਬੰਦੇ ਦੇ ਵਿੱਚ ਵੱਖਰਾ-ਵੱਖਰਾ ਮਤ ਹੋਵੇਗਾ ਤੇ ਸ਼ਾਸਤਰ ਸਿਮਰਤ ਨੂੰ ਕਹਿੰਦੇ ਵੇਖਣ ਦੀ ਤਾਂ ਦੂਰ ਦੀ ਗੱਲ ਇਹਨਾਂ ਨੂੰ ਕਿਸੇ ਨੇ ਇਹਨਾਂ ਦੇ ਪਾਸੇ ਮੂੰਹ ਵੀ ਨਹੀਂ ਮੋੜਨਾ ਛੂਹਿਆ ਨਹੀਂ ਇਹ ਲੱਪਣੇ ਵੀ ਇਹ ਗਏ ਕਿੱਥੇ ਜਿਹੜੇ ਅੱਜ ਤਾਂ ਚਲੋ ਫਿਰ ਵੀ ਦੇਖੋ ਕਿੰਨਾ ਚੰਗਾ ਸਮਾਂ ਹੈ ਵੀ ਕਿੰਨਾ ਭਿਆੰਕਰ ਅਗੇ ਸਮਾਂ ਆ ਜਾਊਗਾ ਕਹਿੰਦੇ ਹਿੰਦੂ ਕੋਈ ਨਾ ਤੁਰਕਾ ਰਹਿ ਹੈ ਪਿੰਨ-ਪਿੰਨ ਘਰ-ਘਰ ਮਤ-ਮਤ ਗਏ ਹੈ ਏਕ-ਏਕ ਕੇ ਪੰਥ ਨਾ ਚਲ ਹੈ ਏਕ-ਏਕ ਦੀ ਬਾਤ ਉਥਲ ਹੈ ਕਹਿੰਦੇ ਜਿਹੜਾ ਇਹ ਹਿੰਦੂ ਨੇ ਜਾਂ ਮੁਸਲਮਾਨ ਅੱਜ ਤੱਕ ਅਸੀਂ ਕਹਾਉਨੇ ਆ ਕੋ ਕਹਿੰਦਾ ਹਿੰਦੂ ਵੀ ਕੋ ਮੁਸਲਮਾਨ ਕਹਿੰਦੇ ਇਹ ਸਭ ਧਰਮ ਖਤਮ ਹੋ ਜਾਏਗਾ ਨਾ ਕੋ ਹਿੰਦੂ ਹੋਵੇਗਾ ਨਾ ਮੁਸਲਮਾਨ ਬਸ ਇਸ ਤਰੀਕੇ ਦਾ ਮਾਹੌਲ ਬਣੇਗਾ ਜਿਹਨੂੰ ਆਪਾਂ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਪਾਸ਼ਾ ਨੇ ਵੀ ਦਖਿਆ ਹੈ ਅ ਗੁਰਬਾਣੀ ਦੇ ਵਿੱਚ ਉਹਨਾਂ ਦੱਸਿਆ ਨਾ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੜ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਧਰਮ ਨਹੀਂ ਕਿਸੇ ਦਾ ਰਹਿਣਾ ਇਨੇਕ ਅਧਰਮਤਾ ਦੇ ਵਿੱਚ ਆ ਕੇ ਸਾਰੇ ਆਪੋ ਆਪ ਦੀ ਜਿਹੜੀ ਆ ਆਜ਼ਾਦੀ ਨੂੰ ਮਾਨਦੇ ਹੋਏ ਕੂੜ ਦੀ ਆਜ਼ਾਦੀ ਨੂੰ ਮਾਨਦੇ ਹੋਏ ਤੇ ਭयंकर ਹੋ ਕੇ ਰੂਪ ਦੇ ਵਿੱਚ ਫਿਰਨਗੇ ਨਾ ਕੋ ਆਪਦੇ ਆਪ ਨੂੰ ਹਿੰਦੂ ਕਹਾਏਗਾ ਨਾ ਮੁਸਲਮਾਨ ਕਹਾਏਗਾ ਜਿਵੇਂ ਦਾ ਅੱਜ ਕੱਲ ਇਹ ਪ੍ਰਚਾਰ ਚੱਲ ਪਿਆ ਹੈ ਨਾ ਹੁਣ ਆਪਾਂ ਵੀ ਆਮ ਦੇਖਦੇ ਆਂ ਵਰਨ ਜਾਤ ਦੀ ਕਿਸੇ ਪ੍ਰਕਾਰ ਦੀ ਵੀ ਕੋਈ ਨਿਰਿਆ ਲੜਕੀਆਂ ਆਪਾਂ ਦੇਖਦੇ ਆਂ ਲੜਕੀਆਂ ਲੜਕੇ ਬਣ ਰਹੀਆਂ ਨੇ ਟਰਾਂਸ ਜੈਂਡਰ ਲੜਕੇ ਲੜਕੀਆਂ ਬਣ ਰਹੇ ਨੇ ਲੜਕੇ ਲੜਕੇ ਆਪਸ ਚ ਵਿਆਹ ਕਰਾ ਰਹੇ ਨੇ ਲੜਕੀਆਂ ਲੜਕੀਆਂ ਆਪਸ ਦੇ ਵਿੱਚ ਵਿਆਹ ਕਰਾਉਂਦੀਆਂ ਪਈਆਂ ਨੇ ਜਾਂ ਪਹਿਲੋਂ ਫਿਰ ਕੋਈ ਇਹ ਹੁੰਦਾ ਸੀਗਾ ਵੀ ਸਮਾਜ ਹੁੰਦਾ ਸੀ ਰਿਸ਼ਤੇਦਾਰੀ ਭੈਣ ਭਾਈ ਨੂੰ ਦੇਖ ਕੇ ਵਿਆਹ ਸ਼ਾਦੀਆਂ ਕੀਤੀਆਂ ਜਾਂਦੀਆਂ ਸੀਗੀਆਂ ਅੱਜ ਦੇਖ ਲਓ ਕੋਈ ਇੰਟਰ ਕਾਸਟ ਨਹੀਂ ਕੋਈ ਕੁਝ ਨਹੀਂ ਇੱਕ ਪਾਸੇ ਤਾਂ ਅਸੀਂ ਕਹਿ ਰਹੇ ਆਂ ਵੀ ਇਹ ਏਕਤਾ ਆ ਰਹੀ ਹੈ ਜੀ ਇਹ ਬਰਾਬਰਤਾ ਹੋ ਰਹੀ ਹੈ ਪਰ ਇਹ ਸਾਰਾ ਹੋ ਰਿਹਾ ਹੈ ਵਿਕਾਰਾਂ ਦੇ ਵਸ ਹੋ ਕੇ ਠੀਕ ਹੈ ਕੋਈ ਜਾਤ ਪਾਤ ਤਾਂ ਨਹੀਂ ਹੁੰਦੀ ਪਰ ਇਸ ਟਾਈਮ ਜੋ ਇਹ ਇੱਕ ਦੂਜੇ ਦੇ ਨਾਲ ਇਹ ਮੇਲ ਮਲਾਪ ਕੀਤੇ ਜਾ ਰਹੇ ਨੇ ਇਹਦਾ ਵਿਸ਼ਾ ਜਾਤ ਪਾਤ ਨਹੀਂ ਅੰਦਰ ਵਿਕਾਰ ਹੀ ਇੰਨੇ ਵੱਧ ਗਏ ਨੇ ਵੀ ਅੱਗੋਂ ਕਾਮ ਦੇ ਨਸ਼ੇ ਦੇ ਵਿੱਚ ਲੋਭ ਦੇ ਨਸ਼ੇ ਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਕੌਣ ਹਿੰਦੂ ਹੈ ਕੌਣ ਮੁਸਲਮਾਨ ਹੈ ਬਸ ਸਭ ਆਪੋ ਆਪ ਦੀ ਜਿੱਥੋਂ ਤੱਕ ਚੱਲਦੀ ਏ ਸਭ ਚਲਾਈ ਜਾ ਰਹੇ ਐ ਸੋ ਫਿਰ ਮਹਾਰਾਜ ਨੇ ਹੋਰ ਕੀ ਕਹਿੰਦੇ ਆ ਤੇ ਧਰਮ ਬਾਰੇ ਉਹਨਾਂ ਨੇ ਕੀ ਦੱਸਿਆ ਕਿ ਧਰਮ ਕਿਵੇਂ ਦਾ ਹੋ ਜਾਏਗਾ ਕਹਿੰਦੇ ਪਿੰਨ ਪਿੰਨ ਘਰ ਘਰ ਮਤੋ ਏਕ ਨਾ ਚਲ ਕੋਏ ਪਾਪ ਪ੍ਰਚਰ ਜਹਤ ਤਹ ਭਇਓ ਧਰਮ ਨੈ ਕਤਹੁ ਹੋਏ ਕਹਿੰਦੇ ਹਰ ਇੱਕ ਘਰ ਦਾ ਆਪ ਦਾ ਅ ਧਰਮ ਹੋਊਗਾ ਮਤਲਬ ਹੁਣ ਤਾਂ ਆਪਾਂ ਫੇਰ ਕਹਿ ਦਿੰਦਾ ਕੋਈ ਵੀ ਮੈਂ ਸਿੱਖ ਹਾਂ ਕੋਈ ਹਿੰਦੂ ਹਾਂ ਕੋਈ ਕਹਿ ਦਿੰਦਾ ਕਿ ਅਸੀਂ ਵੈਦੀ ਆਂ ਜੀ ਕੋਈ ਕਹਿ ਦਿੰਦਾ ਜੀ ਅਸੀਂ ਪੰਜਾਬੀ ਆਂ ਜੀ ਕੋ ਹਿੰਦਿਆ ਆਂ ਜੀ ਪਰ ਕਹਿੰਦੇ ਨਹੀਂ ਹਰ ਇੱਕ ਘਰ ਦੇ ਵਿੱਚ ਇੱਕ ਅਲੱਗ-ਅਲੱਗ ਮਤ ਹੋਏਗਾ ਜਿਵੇਂ ਇੱਕ ਕਹੇਗਾ ਮੈਂ ਸ਼ਿਵ ਜੀ ਨੂੰ ਪੂਜਣਾ ਦੂਜਾ ਕਹੇਗਾ ਮੈਂ ਬ੍ਰਹਮੇ ਨੂੰ ਪੂਜਣਾ ਇੱਕੋ ਪਰਿਵਾਰ 'ਚ ਹੀ ਤੀਜਾ ਕਹਦੇਗਾ ਜੀ ਨਹੀਂ ਮੈਂ ਤਾਂ ਗੁਰਨਾਨ ਸਾਹਿਬ ਨੂੰ ਪੂਜਣਾ ਚੌਥਾ ਕਹੇਗਾ ਮੈਂ ਤਾਂ ਕੁਰਾਨ ਨੂੰ ਪੂਜਣਾ ਇੱਕੋ ਹੀ ਘਰ ਦੇ ਵਿੱਚ ਵੀ ਤੁਸੀਂ ਇਹ ਲਾ ਲਓ ਵੀ ਇੱਕ ਇੱਕ ਦੁਨਿਆਵੀ ਤੌਰ ਤੇ ਗੱਲ ਹੈ ਇੱਕ ਹਿੰਦੂ ਹੋਵੇ ਇੱਕ ਮੁਸਲਮਾਨ ਹੋਵੇ ਇੱਕ ਸਿੱਖ ਹੋਵੇ ਈਸਾਈ ਹੋਵੇ ਕਿ ਜੈਨੀ ਹੋਵੇ ਇਹਨਾਂ ਪੰਜਾਂ ਨੂੰ ਮਿਲਾ ਕੇ ਇੱਕ ਪਰਿਵਾਰ ਦੇ ਵਿੱਚ ਪਾ ਦਿਓ ਸਭ ਆਪੋ ਆਪ ਦੀਚ ਲਾਉਣਗੇ ਕਹਿੰਦੇ ਐਂਡ ਬੈਂਡ ਫਿਰੇ ਸਭੈ ਸਿਰ ਏਕ ਏਕ ਨੈ ਨਿਆਏ ਹੈ ਪੁੰਨ ਔਰ ਔਰ ਨਏ ਨਏ ਮਤ ਮਾਸ ਮਾਸ ਉਚਾएंगे ਦੇਵ ਪਿਤਰਨ ਪੀਰ ਕੋ ਨਹੀਂ ਭੂਲ ਪੂਜਣ ਜਾਏਗੇ ਕਹਿੰਦੇ ਐਸਾ ਸਮਾਂ ਆ ਜਾਏਗਾ ਕਿ ਪਾਪ ਜਿਹੜਾ ਪੁੰਨ ਜਿਹੜਾ ਉਹ ਉਹਨੂੰ ਚਲਾਉਣ ਦੇ ਲਈ ਜਿਹੜਾ ਧਰਮ ਚੱਲੂਗਾ ਉਹ ਇੱਕ ਮਹੀਨੇ ਦਾ ਧਰਮ ਚੱਲਿਆ ਕਰੇਗਾ ਇੱਕ ਮਹੀਨੇ ਧਰਮ ਚੱਲੇਗਾ ਤੇ ਅਗਲੇ ਮਹੀਨੇ ਫਿਰ ਕੋ ਨਵਾਂ ਜਿਵੇਂ ਕੋਈ ਇੱਕ ਬਾਬਾ ਜੀ ਲੱਭੇ ਇੱਕ ਮਹੀਨਾ ਉਹਦੇ ਨਾਲ ਜੁੜੇ ਕਿਸੇ ਇੱਕ ਮਤ ਨੂੰ ਧਾਰਨ ਕੀਤਾ ਤੇ ਇੱਕ ਮਹੀਨਾ ਉਹਦੇ ਨਾਲ ਜੁੜੇ ਤੇ ਜਦੋਂ ਇੱਕ ਮਹੀਨੇ ਤੋਂ ਬਾਅਦ ਫਿਰ ਦੇਖਣਗੇ ਵੀ ਨਹੀਂ ਕੋਈ ਗੱਲ ਨਹੀਂ ਬਣੀ ਤੇ ਫਿਰ ਉਸ ਤੋਂ ਬਾਅਦ ਉਹਨਡਰ ਪਿੱਛੇ ਹਟ ਜਾਣਗੇ ਸਿਰਫ ਇੱਕ ਮਹੀਨਾ ਇੱਕ ਧਰਮ ਚੱਲਿਆ ਕਰੇਗਾ ਜਿਹਨੂੰ ਕਹਿੰਦੇ ਏਕ ਮਾਸ ਦੋ ਮਾਸ ਲੈ ਅਧ ਮਾਸ ਲੈ ਤੇ ਚਲਾएंगे ਫਿਰ ਕਹਿੰਦੇ ਐਸਾ ਹੋਰ ਕਲਯੁਗ ਆ ਜਾਏਗਾ ਵੀ ਧਰਮ ਨੂੰ ਅਪਣਾਉਣਗੇ ਜਿਵੇਂ ਅੱਜ ਕੱਲ ਆਪਾਂ ਦੇਖਦੇ ਆਂ ਨਾ ਜੀ ਮੈਂ ਫਲਾਣੇ ਬਾਬਾ ਜੀ ਦੇ ਕੋਲੋਂ ਵੀ ਪੁੱਛਿਆ ਸੀਗਾ ਜੀ ਸਾਲ ਕਿ ਮੈਂ ਉੱਥੇ ਹੀ ਰਿਆਂ 6 ਮਹੀਨੇ ਮੈਂ ਉੱਥੇ ਲਾਏ ਨੇ ਹੁਣ ਮੈਂ 6-7 ਬਾਬਿਆਂ ਕੋਲ ਜਾ ਕੇ ਹੁਣ ਮੈਂ ਤੁਹਾਡੇ ਕੋਲ ਆਇਆ ਤੁਸੀਂ ਦੱਸੋ ਜੀ ਰੱਬ ਕਿਵੇਂ ਮਿਲਿਆ ਜਾਂਦਾ ਮਤਲਬ ਕੋਈ ਕਮਾਈ ਕਰਕੇ ਰਾਜੀ ਨਹੀਂ ਹੋਵੇਗਾ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਸ਼ਬਦ ਦੀ ਕਮਾਈ ਕਰਵਾਈ ਜਾਂਦੀ ਸੰਤ ਸਾਧੂ ਗੁਰਮਖਾਂ ਦੇ ਨਾਲ ਰਹਿ ਕੇ 12 12 15 15 ਸਾਲ ਉਹਨਾਂ ਤੋਂ ਗਿਆਨ ਲੈ ਕੇ ਸ਼ਬਦ ਦੀ ਕਮਾਈ ਕਰਕੇ ਮਾਲਕ ਦੀ ਖੋਜ ਕੀਤੀ ਜਾਂਦੀ ਸੀ ਹੁਣ ਨਹੀਂ ਕਹਿੰਦੇ ਐਨਾ ਤਾਂ ਕਿਸੇ ਨੇ ਸਮਾਂ ਦੇਣਾ ਹੀ ਨਹੀਂ ਅਗਲਾ ਘਰ ਬੈਠਾ ਕਲਾ ਦਾ ਜੋਗ ਹੈ ਅਗਲਾ ਕਹੂਗਾ ਹਾਂਜੀ ਬਾਬਾ ਜੀ ਦੱਸੋ ਰੱਬ ਕਿਵੇਂ ਮਿਲਣਾ ਹੈ ਅੱਜ ਤੱਕ ਅੱਜ ਕਈ ਕਈਆਂ ਮੈਨੂੰ ਕਈਆਂ ਦੇ ਫੋਨ ਆਉਂਦੇ ਆ ਉਹ ਇੱਕ ਜੀ ਗੁਰਮਖ ਸਾਨੂੰ ਕਹਿੰਦਾ ਸੀ ਸਵਾ ਮਹੀਨਾ ਦਾ ਜਾਪ ਕਰ ਲਓ ਜੀ ਤੇ ਰੱਬ ਤੁਹਾਨੂੰ ਮਿਲ ਜਾਏਗਾ ਇੱਕ ਦਾ ਫੋਨ ਆ 21 ਦਿਨ ਜਾਪ ਕਰ ਲੋ ਜੀ ਤੇ ਰੱਬ ਤੁਹਾਨੂੰ ਮਿਲ ਜੇਗਾ ਮੈਂ ਕਹਾਂ ਇਹ ਰੱਬ ਨਾ ਹੋਗਾ ਮੈਂ ਕਹਾਂ ਇਹ ਤਾਂ ਹਾਈਲਾਈਟਸ ਦਾ ਕੋਰਸ ਹੀ ਹੋ ਗਿਆ ਵੀ ਕਰ ਲੋ ਜੀ ਤੇ ਛੇ ਬੈਂਡ ਆ ਜਾਣਗੇ ਹਾਂਜੀ ਕੇਕੋ ਪੀਸੀਐਸ ਆਈਸੀਐਸ ਦਾ ਕੋਰਸ ਆ ਵੀ ਤੁਸੀਂ ਮਨ ਦੀ ਗੱਲ ਆ ਮਨ ਦੇ ਵਿੱਚ ਪਿਆਰ ਪੈਦਾ ਨਹੀਂ ਹੋਇਆ ਤੇ ਐਵੇਂ ਸਵੇ ਟੇਡ ਮਹੀਨੇ ਦੇ ਵਿੱਚ ਰੱਬ ਮਿਲਦਾ ਕੋਸਾਲਾਵਦੀ ਰੱਬ ਮਿਲਦਾ ਪਤਾ ਨਹੀਂ ਕਿੰਨੇ ਜਨਮਾਂ ਦੀ ਤੇ ਯੁਗਾਂ ਦਾ ਤਪ ਲੱਗੇ ਜਾਂਦਾ ਤੇ ਮਾਲਕ ਤਿਕਰ ਜਿਹੜਾ ਪਹੁੰਚ ਪਹੁੰਚ ਨਹੀਂ ਹੁੰਦੀ ਵਿਕਾਰ ਨਹੀਂ ਖਤਮ ਹੁੰਦੇ ਤੇ ਇਸ ਤਰੀਕੇ ਦੀਆਂ ਕਹਿੰਦੇ ਧਾਰਨਾ ਚੱਲਣਗੀਆਂ ਪਹਿਲੋਂ ਤਾਂ ਮਹੀਨੇ ਦੇ ਧਰਮ ਫਿਰ ਮਹੀਨੇ ਤੋਂ ਕਹਿੰਦੇ 1 ਮਾਸ 2 ਮਾਸ ਲਈ ਅਧ ਮਾਸ ਲੈ ਤੇ ਚਲਾएंगे ਫਿਰ 15 ਦਿਨੀ ਦਾ ਇੱਕ ਧਰਮ ਚ ਲਿਆ ਕਰੂਗਾ ਐਨੀ ਕੁ ਸੋਚ ਹੋ ਜੂਗੀ 15 ਕ ਦਿਨ ਕੁਛ ਕਰਕੇ ਦੇਖਿਆ ਕਰਨਗੇ ਤੇ 15 ਦਿਨਾਂ ਦੇ ਵਿੱਚ ਜੇ ਕੁਛ ਨਾ ਮਿਲਿਆ ਤੇ ਚਲੋ ਜੀ ਫਿਰ ਅਗਲਾ ਧਰਮ ਫਿਰ ਨਵਾਂ ਬਾਬਾ ਜੀ ਲੱਭੋ ਧਰਮ ਦੀ ਮੈਂ ਤੁਹਾਨੂੰ ਦੱਸਦਾ ਵੀ ਕਿਵੇਂ ਦਾ ਪਹਿਲੇ ਤਾਂ ਦੱਸਿਆ ਨਾ ਵੀ ਰਿਸ਼ਤੇ ਕਿਸ ਹੱਦ ਤੱਕ ਖਤਮ ਹੋ ਜਾਣੇ ਆ ਤੇ ਧਰਮ ਐ ਹੱਦ ਤੱਕ ਖਤਮ ਹੋ ਜਾਣਾ ਕੋਈ ਸਿੱਖ ਕੋਈ ਕ੍ਰਿਸਚਨ ਕੋਈ ਮਾਸ ਕੋਈ ਵੇਦ ਪੁਰਾਣ ਸ਼ਾਸਤਰ ਨਹੀਂ ਬਸ ਕੋ ਨਵੀਂ ਜੀ ਆਪਾਂ ਗਿਆਨ ਲੱਭਣਾ ਨਵੀਂ ਕੋ ਚੀਜ਼ ਲੱਭਣੀ ਹੈ ਕਰਕੇ ਦੇਖਣੀ ਹੈ ਜੇ ਮਿਲਦਾ ਕੁਝ ਠੀਕ ਨਹੀਂ ਤਾਂ ਅਗਲਾ ਬਾਬਾ ਲੱਭ ਲੋ ਬਾਬੇ ਵੀ ਓਵੇਂ ਦੇ ਸੰਗਤਾਂ ਵੀ ਓਵੇਂ ਦੀ ਫਿਰ ਕਹਿੰਦੇ ਵੇਦ ਔਰ ਕਤੇਬ ਕੇ ਦੋ ਦੂ ਕੀਮਤ ਡਾਰ ਹਿਤ ਆਪਣੇ ਤੇ ਠੌਰ ਭਿੱਤਰ ਜੰਤਰ ਮੰਤਰ ਉਚਾਰ ਹੈ ਕਹਿੰਦੇ ਵੇਦ ਕਤੇਬ ਦੀ ਨਹੀਂ ਕੋ ਮੰਨੇਗਾ ਇਹਨਾਂ ਨੂੰ ਆਪ ਦੇ ਵਸ ਕਰਕੇ ਇਹਨਾਂ ਦੇ ਸਿਰ ਦੇ ਉੱਤੇ ਆਪ ਦੀ ਦੁਕਾਨਤਾਰੀ ਚਲਾਈ ਜਾਏਗੀ ਨਾਮ ਇਹਨਾਂ ਦਾ ਲੈਣਗੇ ਤੇ ਕਹਾਣੀ ਆਪ ਦੀ ਦੱਸਣਗੇ ਜਿਵੇਂ ਆ ਆਮ ਤੌਰ ਤੇ ਹੀ ਆਪਾਂ ਦੇਖਦੇ ਆਂ ਆਮ ਤੌਰ ਤੇ ਬਾਬੇ ਕੀ ਕਰਦੇ ਆ ਕਿਉਂਕਿ ਸਾਰਿਆਂ ਨੇ ਗੁਰਬਾਣੀ ਖੋਜੀ ਨਹੀਂ ਹੁੰਦੀ ਗੁਰਬਾਣੀ ਦਾ ਨਾਮ ਲੈ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੁੰਦੇ ਸੀ ਗੱਲ ਅੱਗੇ ਆਪਣੀ ਕਹਿ ਜਾਂਦੇ ਆ ਐਂ ਕਰਨਾ ਚਾਹੀਦਾ ਐਂ ਕਰਨਾ ਚਾਹੀਦਾ ਗੁਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁੰਦੇ ਸੀ ਫਿਰ ਕਹਾਣੀ ਅਗਲੀ ਆਪ ਦੀ ਕਹਿ ਦਿੰਦੇ ਆ ਕਿਉਂਕਿ ਹੁਣ ਜੇ ਤਾਂ ਗੁਰਮਖਾਂ ਨੇ ਗੁਰਬਾਣੀ ਖੋਜੀ ਹੋਵੇ ਉਹ ਕਹਿਣਗੇ ਬਾਬਾ ਜੀ ਗੁਰਬਾਣੀ ਚ ਕਿੱਥੇ ਲਿਖਿਆ ਗੱਲ ਆਪ ਦੀ ਕਹਿ ਦੇਣੀ ਨਾਮ ਗੁਰੂ ਗ੍ਰੰਥ ਸਾਹਿਬ ਦਾ ਲੈ ਦੇਣਾ ਤੇ ਫਿਰ ਕੀ ਕਹਿੰਦੇ ਆ ਮੁਖ ਵੇਦ ਔਰ ਕਤੇਬ ਕੇ ਕੋਈ ਨਾਮ ਨਾ ਲੇਵਨਾ ਦੇਂਗੇ ਕਿਸ ਨੂੰ ਕੌਡੀ ਪੁੰਨ ਤੇ ਕਭ ਹੁਨਾ ਕਿਉਂ ਹੀ ਦੇਂਗੇ ਕਹਿੰਦੇ ਐਸਾ ਘੋਰ ਸਮਾਂ ਆ ਜਾਏਗਾ ਕਿ ਤੁਸੀਂ ਮੁਖੋਂ ਜੇ ਕੋਈ ਵੇਦ ਸ਼ਾਸਤਰ ਦੀ ਗੱਲ ਕਰੋਗੇ ਜਾਂ ਕੋ ਮੰਤਰ ਉਚਾਰਨ ਕਰੋਗੇ ਜਾਂ ਵਾਇਗੁਰੂ ਕਰੋਗੇ ਜਾਂ ਗੁਰਬਾਣੀ ਦੇ ਸ਼ਬਦ ਕਹਿੰਦੇ ਤੁਹਾਨੂੰ ਕਿਸੇ ਨੇ ਮੁਖੋਂ ਬੋਲਣ ਵੀ ਨਹੀਂ ਦੇਣਾ ਐਨਾ ਧਰਮ ਆ ਧਰਮ ਫੈਲ ਜਾਏਗਾ ਬਿਲਕੁਲ ਤੁਹਾਨੂੰ ਕਹਿਣਗੇ ਵੀ ਨਹੀਂ ਗੁਰਬਾਣੀ ਦੀ ਤਾਂ ਗੱਲ ਕਰਨੀ ਨਹੀਂ ਆ ਸ਼ਬਦ ਦੀ ਤਾਂ ਗੱਲ ਕਰਨੀ ਨਹੀਂ ਅੱਜ ਵੀ ਆਪਾਂ ਦੇਖਦੇ ਆਂ ਬੀਜੇ ਕਿਤੇ ਸਾਸਗ੍ਰਾਸ ਆਪ ਸਿਮਰਨ ਨਹੀਂ ਕਰਾਉਣਾ ਹੋਵੇ ਨਾ ਹਜੇ ਵੀ ਉਹ ਇੰਨਾ ਸਮਾਂ ਨਹੀਂ ਬਣਿਆ ਤੇ ਜੇ ਕਿਸੇ ਗੁਰਦੁਆਰੇ ਚ ਸਮਾਂ ਲੈਣਾ ਵੀ ਪੈ ਜੇ ਤੇ ਛੇਤੀ ਕਰਕੇ ਗੁਰਦੁਆਰੇ ਜਾਂ ਮੰਦਰ ਚ ਕਿਸੇ ਮਰਜ਼ੀ ਕਿਤੇ ਸਮਾਂ ਨਹੀਂ ਮਿਲਦਾ ਨਹੀਂ ਸਾਸਗ੍ਰਾਸ ਸਿਮਰਨ ਨਹੀਂ ਕਰਾਉਣਾ ਉਹ ਕੀ ਹੁੰਦਾ ਹੈ ਤਾਂ ਯੋਗਮਤ ਹੈ ਜੀ ਹਾਲਾਂਕਿ ਸਾਰੀ ਗੁਰਬਾਣੀ ਦੇ ਵਿੱਚ ਲਿਖਿਆ ਪਿਆ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਜਿਵੇਂ ਅਸੀਂ ਸੁਖਮਣੀ ਸਾਹਿਬ ਦੀ ਪਹਿਲੀ ਅਸ਼ਟਪਦੀ ਪੜ੍ਹੀ ਹੈ ਤੇ ਕਿੰਨਾ ਸਿਮਰਨ ਦਾ ਦੱਸਿਆ ਹੋਇਆ ਹੈ ਕਿੰਨੀਆਂ ਜੁਗਤੀਆਂ ਵਿਧੀਆਂ ਸਿਮਰਨ ਕਰਨੀਆਂ ਦੱਸੀਆਂ ਨੇ ਪਰ ਸਿਮਰਨ ਜੇਕਰ ਕਰਾਉਣ ਦੀ ਗੱਲ ਕਰੀਏ ਤੇ ਸਮਾਂ ਹੀ ਨਹੀਂ ਮਿਲਦਾ ਉਹ ਕੀ ਹੈ ਵੀ ਕਰਨਾ ਹੀ ਨਹੀਂ ਤੇ ਕਹਿੰਦੇ ਸਿਮਰਨ ਦੀ ਤਾਂ ਗੱਲ ਵੀ ਜਿਹੜਾ ਇਹ ਗੁਰਬਾਣੀ ਵੇਸ਼ ਸ਼ਸਤਰਾਂ ਦੇ ਮੰਤਰ ਨੇ ਇਹਨਾਂ ਨੂੰ ਵੀ ਕਿਸੇ ਨੇ ਬੋਲਣ ਦਾ ਸਮਾਂ ਨਹੀਂ ਦੇਣਾ ਐਨੀ ਅਪਵਿੱਤਰਤਾ ਫੈਲ ਜਾਏਗੀ ਫਿਰ ਕਹਿੰਦੇ ਏਕ ਨੇਕ ਉਠਾਇਕੈ ਮਤ ਪਿੰਨ ਪਿੰਨ ਦਿਨੰ ਦਿਨਾ ਫੋਕਟੇ ਧਰਮੰਸਬੈ ਕਲ ਕੇਵਲੰ ਪ੍ਰਭੰ ਬਿਨਾ ਏਕ ਦਿਵਸ ਚਲੈ ਕੋ ਮਤ ਦੋਏ ਦੋਸ ਚਲਾਏਗੇ ਨਿਰਪਜੋਰ ਕਰੋਰ ਕੈ ਦਿਨ ਤੀਸਰੇ ਮਿਟ ਜਾਏਗੇ ਫਿਰ ਕਹਿੰਦੇ 15 ਦਿਨੀ ਤੋਂ ਬਾਅਦ ਐਸਾ ਸਮਾਂ ਆ ਜਾਏਗਾ ਹਫਤਾ ਕੀ ਕੋਈ ਲਹਿਰ ਚੱਲਿਆ ਕਰੋਗੀ ਹਫਤਾ ਕਿ ਕਿਸੇ ਗਿਆਨ ਨੂੰ ਧਾਰਨ ਕੀਤਾ ਜਿਵੇਂ ਕਿਸੇ ਨੂੰ ਸੁਣਿਆ ਹਫਤਾ ਕਿ ਕੀਤਾ ਉੱਥੇ ਫਿਰ ਹਫਤੇ ਤੋਂ ਕਹਿੰਦੇ ਦੋ ਤਿੰਨ ਦਿਨਾਂ ਦਾ ਹੀ ਧਰਮ ਐਨਾ ਖਤਮ ਹੋ ਜਾਊਗਾ ਐਨੀ ਚੰਚਲਤਾ ਮਨ ਦੇ ਵਿੱਚ ਆ ਜਾਊਗੀ ਦੋ ਜਾਂ ਤਿੰਨ ਦਿਨ ਕਿਸੇ ਦੀ ਗੱਲ ਸੁਣੀ ਮੰਨੀ ਠੀਕ ਹੈ ਤੇ ਬਸ ਫਿਰ ਅਗਲੇ ਬੰਨੇ ਫਿਰ ਦੋ ਚਾਰ ਦਿਨ ਕੁਝ ਕਰਕੇ ਦੇਖਿਆ ਫਿਰ ਛੱਡ ਦਿੱਤਾ ਫਿਰ ਦੋ ਚਾਰ ਦਿਨ ਵੀ ਮਾਲਕ ਲਈ ਕੋ ਸਮਾਂ ਨਹੀਂ ਕੱਢੇਗਾ ਅੱਜ ਵੀ ਆਪਾਂ ਦੇਖਦੇ ਹਾਂ ਜਿਵੇਂ ਹੁਣ ਆਪਾਂ ਆਪਣੀ ਕਥ ਦੀ ਵਿਚਾਰਿਆ ਇਹ ਇੰਟਰਨੈਟ ਤੇ ਗੁਰਮੁਖ ਵਟਸਐਪ ਤੇ ਵੀ ਪਾਉਂਦੇ ਆ YouTube ਤੇ ਵੀ ਪਾਉਂਦੇ ਆ ਜਿਵੇਂ ਹੁਣ ਆਪਾਂ ਦੇਖੀਏ ਨਾ ਵੀ ਵਟਸਐਪ ਜਾਂ ਆਪਾਂ 500 700 ਨੰਬਰ ਆ ਜਿਵੇਂ ਕੀ ਇਹਨਾਂ ਦੇ ਵਿੱਚ ਸੁਣਨ ਵਾਲੇ ਕਿੰਨੇ ਆ ਜਦੋਂ ਨਵੀਂ ਨਵੀਂ ਚੱਲਦੀ ਆ ਜਾਂ YouTube ਤੇ ਜਾਂ ਕਿਤੇ ਵੀ ਤੇ ਸੁਣਨ ਵਾਲੇ ਬਹੁਤ ਹੁੰਦੇ ਆ ਫਿਰ ਹੌਲੀ ਹੌਲੀ ਇਨੀ ਜੀ ਗੱਲਾਂ ਤਾਂ ਉਹੀ ਨੇ ਉਹੀ ਬਾਤ ਐ ਜੀ ਉਹੀ ਕਥਾ ਐ ਜੀ ਤੇ ਸੁਣਨ ਵਾਲੇ ਮੇਰੇ ਹਿਸਾਬ ਨਾਲ 500 700 ਦੇ ਵਿੱਚੋਂ ਜੋਰ ਮਾਰ ਕੇ ਕੋ 150 200 ਹੀ ਹੋਣਗੇ ਕੋਈ ਨਹੀਂ ਸੁਣਦਾ ਕਿਉਂ ਬਸ ਉਹ ਉਹੀ ਚੀਜ਼ ਤਾਂ ਆਉਂਦੀ ਪਈ ਆ ਵੀ ਸਾਲ ਸਾਲ ਤੋਂ 6 ਮਹੀਨਿਆਂ ਦਾ ਧਰਮ 6 ਤੋਂ 3 ਦਾ 3 ਤੋਂ ਮਹੀਨੇ ਦਾ ਮਾਰੇ ਕਹਿੰਦੇ ਫਿਰ 15 ਦਿਨੀ ਆਨੰਦ ਜਾਇਆ ਕਰੂਗਾ ਜੋ ਛੁੱਟਿਆ ਕਰੂਗਾ ਫਿਰ 37 ਦਿਨੀ ਫਿਰ 30 ਦਿਨੀ ਤੇ ਫਿਰ ਅੱਗੇ ਤਾਂ ਕੀ ਕਹਿੰਦੇ ਪਏ ਆ ਮਹਾਰਾਜ ਕਹਿੰਦੇ ਆ ਏਕ ਦਿਵਸ ਚਲੇ ਕੋ ਮਤ ਨਹੀਂ ਗੁਰਬਾਣੀ ਦੇ ਵਿੱਚ ਦੱਸਦੇ ਪਿਆ ਏਕ ਨੇਕ ਉਠਾਏ ਕੇ ਮਤ ਪਿੰਨ ਪਿੰਨ ਦਿਨ ਦਿਨਾਂ ਨੂੰ ਕਹਿੰਦੇ ਫਿਰ ਰੋਜ਼ ਦਾ ਨਵਾਂ ਧਰਮ ਤੇ ਰੋਜ਼ ਦੀ ਨਵੀਂ ਬਾਤ ਗਿਆਨ ਧਿਆਨ ਓਟ ਆਸਰਾ ਵਿਸ਼ਵਾਸ ਤਾਂ ਰਹਿ ਹੀ ਨਹੀਂ ਜਾਣਾ ਨਿਤਨਿਤ ਜਿਵੇਂ ਕੋ ਰੱਬ ਬਾਰੇ ਦੱਸੂਗਾ ਬਸ ਓਵੇਂ ਓਨਾ ਕ ਮੰਨ ਲਿਆ ਤੇ ਓਨਾ ਕਹਿਤਾ ਤੇ ਕਿਉਂ ਸਿਰਫ ਕਰਮ ਵਾਸਤੇ ਹੀ ਕਰਨਗੇ ਇਹ ਨਹੀਂ ਕਿ ਮਾਲਕ ਦੀ ਪ੍ਰਾਪਤੀ ਵਾਸਤੇ ਕਰਨਗੇ ਫਿਰ ਕੀ ਕਹਿੰਦੇ ਧਰਮ ਛਤਰ ਉਤਾਰ ਕੈ ਰਨ ਛੋਰ ਛਤਰੀ ਭਾਜ ਹੈ ਸੂਦਰ ਵੈਸ ਜਹਾਂ ਤਹ ਗਹਿ ਅਸਤਰ ਆਵਹ ਕਾਜ ਬ੍ਰਾਹਮਣ ਆਪਦੀ ਬ੍ਰਾਹਮਣਗੀਰੀ ਛੱਡ ਜਾਊਗਾ ਛਤਰੀ ਜਿਹੜਾ ਜਿੰਨੇ ਰੱਖਿਆ ਕਰਨੀ ਆ ਆਪਦੇ ਤਨ ਦੀ ਵੀ ਬਾਹਰ ਦੀ ਵੀ ਉਹ ਛਤਰੀ ਪੁਣਾ ਛੱਡ ਕੇ ਛੂਦਰ ਬਿਰਤੀ ਦੇ ਸਾਰੇ ਹੋ ਜਾਣਗੇ ਛੂਦਰ ਬਿਰਤੀ ਤੋਂ ਭਾਵ ਕਿ ਜਿਵੇਂ ਛੂਦਰ ਬਿਰਤੀ ਦਾ ਕੰਮ ਹੁੰਦਾ ਸੀ ਸਮਾਜ ਦੇ ਵਿੱਚ ਜੋ ਨੌਕਰੀ ਦਾ ਕੰਮ ਹੁੰਦਾ ਸੀ ਜਾਂ ਗੰਦਗੀ ਦਾ ਕੰਮ ਹੁੰਦਾ ਸੀ ਜਾਂ ਜੋ ਲੋਕਾਂ ਦੀ ਜਾ ਕੇ ਨੌਕਰੀ ਕਰਨੀ ਜਾਂ ਭਾਂਡੇ ਮਾਂਜਣੇ ਨਾਲੀਆਂ ਸਾਫ਼ ਕਰਨੀਆਂ ਜਾਂ ਪਸ਼ੂਆਂ ਨੂੰ ਪਾਲਣਾ ਐਵੇਂ ਦੇ ਕੰਮ ਕਹਿੰਦੇ ਇਸ ਨੀਚ ਬਿਰਤੀ ਦੇ ਨੂੰ ਅ ਜਿਹੜਾ ਆ ਉੱਪਰ ਲਿਆ ਕੇ ਬਿਠਾ ਦਿੱਤਾ ਜਾਊਗਾ ਜਿਹਨੂੰ ਕਹਿੰਦੇ ਆ ਨਾ ਕੁੱਤਾ ਰਾਜ ਬਹਾਲਿਆ ਫਿਰ ਚੱਕੀ ਚੱਟੇ ਬਿਰਤੀ ਹੋਵੇਗੀ ਕੁੱਤਿਆਂ ਵਾਲੀ ਤੇ ਬਿਠਾ ਦਿੱਤਾ ਜਾਵੇਗਾ ਰਾਜ ਤੇ ਇਸ ਤਰੀਕੇ ਦੇ ਰਾਜੇ ਹੋਣਗੇ ਜਿਵੇਂ ਉਹਨੂੰ ਕੁੱਤੇ ਨੂੰ ਬਿਠਾ ਵੀ ਦਈਏ ਤੇ ਉਹਨੇ ਚੱਕੀ ਚੱਟਣੀ ਆ ਨਾ ਜਿਹਨੂੰ ਕਹਿੰਦੇ ਕਰਨੀ ਕੁੱਤਾ ਦਰਫਰਮਾਨ ਜਿਹੜੇ ਰਾਜੇ ਹੋਣਗੇ ਕਰਨੀ ਉਹਨਾਂ ਦੀ ਕੁੱਤਿਆਂ ਵਾਲੀ ਹੋਊਗੀ ਕਸਾਈ ਹੋਣਗੇ ਬਿਰਤੀ ਉਹਨਾਂ ਦੀ ਸ਼ੁਦਰਾਂ ਵਾਲੀ ਹੋਊਗੀ ਨੀਚ ਹੋਊਗੀ ਪਰ ਅਹੁਦੇ ਉਹਨਾਂ ਨੂੰ ਉੱਚੇ ਦੇ ਦਿੱਤੇ ਜਾਣਗੇ ਕਹਿੰਦੇ ਧਰਮ ਭਰਮ ਉਡਿਓ ਜਹਾਂ ਤਹਾਂ ਪਾਪ ਪਗ ਰਹੋẽਗੇ ਨਿਜ ਸਿਖ ਨਾਰ ਗੁਰੂ ਰਮੈ ਗੁਰਦਾਰਾ ਸੋ ਸਿਖ ਸੋẽਗੇ ਕਹਿੰਦੇ ਧਰਮ ਇਹ ਨਾ ਜਿਹੜਾ ਇਹ ਤਾਂ ਭਰਮ ਦੇ ਵਿੱਚ ਹੀ ਉੱਡ ਜਾਊਗਾ ਭਰਮ ਹੀ ਐਨਾ ਹੋ ਜਾਊਗਾ ਭਾਵ ਕੇ ਕੋਈ ਰਸਤਾ ਹੀ ਨਹੀਂ ਮਿਲਣਾ ਕਿਸੇ ਨੂੰ ਸਮਝ ਹੀ ਨਹੀਂ ਆਉਣੀ ਕਿ ਮੈਂ ਜਾਵਾਂ ਕਿਹੜੇ ਪਾਸੇ ਇੰਨੇ ਆ ਲਹਿਰਾ ਇੰਨੇ ਗਿਆਨ ਇੰਨੇ ਬਚਨ ਪ੍ਰਗਟ ਹੋ ਜਾਣਗੇ ਹੁਣ ਹੀ ਆਪਾਂ ਦੇਖ ਲਈਏ ਵੀ ਇਹ ਇੱਕ ਸੱਚ ਦੀ ਗੱਲ ਹੀ ਸੁਣਨ ਵਾਸਤੇ ਜੇਕਰ ਆਪਾਂ ਵੇਖਣਾ ਹੋਵੇ ਤੇ ਖੋਜ ਕਰਨ ਲੱਗ ਜાઓ ਤੁਸੀਂ ਬਾਹਰ ਨਿਕਲ ਜਿਓ ਕੋਈ ਤੁਹਾਨੂੰ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਅੱਜ ਕਿੰਨੇ ਕਿੰਨੇ ਭਿੰਨ-ਭਿੰਨ ਮੱਤ ਚੱਲੇ ਪੈ ਨੇ ਉਹੀ ਤਾਂ ਕਹਾਣੀ ਆਉਂਦੀ ਪਈ ਹੈ ਵੀ ਜਿਹੜਾ ਗੁਰੂ ਹੋਵੇਗਾ ਕਹਿੰਦੇ ਨਿਜ ਸਿੱਖ ਨਾਰ ਗੁਰੂ ਰਮੈ ਕਹਿੰਦਾ ਜਿਹੜਾ ਗੁਰੂ ਹੋਵੇਗਾ ਉਹ ਸਿੱਖਾਂ ਦੀ ਪ੍ਰਤੀਤ ਛੱਡ ਕੇ ਉਹ ਆਪਦੇ ਭੋਗ ਵਿਲਾਸਾਂ ਦੇ ਵਿੱਚ ਪੈ ਕੇ ਤੇ ਉਹ ਕਾਮ ਕਾਮ ਦੀ ਬਿਰਤੀ ਵਿੱਚ ਆ ਕੇ ਨਾਰਾਂਵਾਂ ਪ੍ਰੇਰਿਤ ਹੋ ਜਾਏਗਾ ਆਪਾਂ ਦੇਖਦੇ ਪਏ ਆ ਡੇਰੀਆਂ ਦੇ ਵਿੱਚ ਕੀ ਹੁੰਦਾ ਡੇਰੇ ਬਣਾਏ ਕਿਉਂ ਸੀ ਨਾਮ ਜਪਾਉਣ ਵਾਸਤੇ ਅੱਛੇ ਕਰਨ ਸਿਖਾਉਣ ਵਾਸਤੇ ਤੇ ਉੱਥੇ ਹੁੰਦਾ ਕੀ ਏ ਆਪਾਂ ਦੇਖਦੇ ਆ ਨਾ ਕਿਵੇਂ ਉੱਥੇ ਦੇਵਪਾਰ ਦੇ ਤੰਦੇ ਹੋ ਰਹੇ ਆ ਕਿੰਨੇ ਕਿੰਨੇ ਵੱਡੇ ਵੱਡੇ ਜੋ ਆਪਦੇ ਆਪ ਨੂੰ ਗੁਰੂ ਕਹਾਉਂਦੇ ਸੀ ਤੇ ਜੇਲਾਂ ਦੇ ਵਿੱਚ ਛੁੱਟੇ ਪਿਆ ਤੇ ਅਨੇਕਾਂ ਹੀ ਬੱਚੀਆਂ ਦੇ ਉਹਨਾਂ ਦੇ ਉੱਥੋਂ ਫਿਰ ਨਿਕਲੇ ਆ ਰਿਕਾਰਡ ਵੀ ਕਿੰਨੀਆਂ ਬੱਚੀਆਂ ਦੇ ਨਾਲ ਉਹਨਾਂ ਨੇ ਮਾੜੇ ਕਰਮ ਕੀਤੇ ਆਹੀ ਇਹ ਦਸ਼ਮੇਸ਼ ਵੀ ਤਾਂ ਪਹਿਲਾਂ ਦੱਸ ਗਏ ਸੀ ਤੇ ਅੱਗੇ ਹੋਰ ਵੱਧ ਜਾਣ ਤੇ ਕਹਿੰਦੇ ਜਿਹੜੇ ਸਿੱਖ ਹੋਣਗੇ ਉਹ ਗੁਰੂ ਕੋਲ ਦਿਖਿਆ ਲੈਣ ਜਾਣਗੇ ਪਰ ਗੁਰੂ ਜਿਹੜਾ ਉਥੇ ਅੱਨਾ ਬੈਠਾ ਹੈ शूद्र ਵਰਤੀ ਦਾ ਬੈਠਾ ਹੈ ਉਹ ਉਹਨਾਂ ਜਿਹੜੇ ਸਿੱਖਾਂ ਦਾ ਭਾਵ ਕੇ ਜਿਹੜੇ ਉਹਦੇ ਤੋਂ ਦਿਖਿਆ ਲੈਣ ਉਹ ਤਾਂ ਸੱਚ ਦਾ ਭੇਤ ਲੈਣ ਜਾਣਗੇ ਉਹ ਉਹਨਾਂ ਦਾ ਸ਼ੋਸ਼ਣ ਕਰੇਗਾ ਦੇ ਕਰਕੇ ਵੀ ਮਨ ਕਰਕੇ ਵੀ ਤਨ ਕਰਕੇ ਵੀ ਔਰ ਪੈਸੇ ਕਰਕੇ ਵੀ ਉਹਨਾਂ ਨੂੰ ਸ਼ੋਸ਼ਣ ਕਰ ਕਰਕੇ ਤੇ ਕਹਿੰਦੇ ਉਹਨਾਂ ਦਾ ਗਲਤ ਉਪਯੋਗ ਕਰਕੇ ਆਪ ਵੀ ਜੁਨਾਂ ਚ ਜਾਏਗਾ ਤੇ ਉਹਨਾਂ ਨੂੰ ਵੀ ਜੁਨਾਂ ਦੇ ਵਿੱਚ ਕਰੇਗਾ ਅਭਿਵੇਕ ਔਰ ਵਿਵੇਕ ਕੋ ਨਾਉ ਵਿਵੇਕ ਵੇਠ ਵਿਚਾਰ ਹੈ ਪੁੰਨ ਝੂਠ ਬੋਲ ਕਮਾਉਣਗੇ ਸਿਰ ਸਾਚ ਬੋਲ ਉਤਾਰ ਹੈ ਕਹਿੰਦੇ ਪੈਸੇ ਦੇ ਲਈ ਕਾਮ ਦੇ ਲਈ ਝੂਠ ਬੋਲਣਗੇ ਜਿਹੜਾ ਪੁੰਨ ਹੈ ਉਹ ਝੂਠ ਬੋਲ ਕੇ ਕਮਾਉਣਗੇ ਭਾਵ ਕਿ ਆਪ ਦਾ ਨਾਮ ਚਮਕਾਉਣ ਦੇ ਲਈ ਆਪ ਦੇ ਡੇਰੇ ਚ ਲਾਉਣ ਦੇ ਲਈ ਆਪ ਦੀ ਪ੍ਰਤਿਸ਼ਠਾ ਬਣਾਉਣ ਦੇ ਲਈ ਜਿਹੜਾ ਆ ਝੂਠਾ ਪ੍ਰਚਾਰ ਕਰਨਗੇ ਜਿਵੇਂ ਹੁਣ ਆਪਾਂ ਦੇਖਦੇ ਆਂ ਕੁਝ ਬਾਬਿਆਂ ਦੇ 10 15 20 ਬੰਦੇ ਹੁੰਦੇ ਆ 50 ਕ ਬੰਦੇ ਹੁੰਦੇ ਆ ਉਹਨਾਂ ਦੇ ਮੂੰਹ ਦੇ ਵਿੱਚ ਹੀ ਗੱਲ ਹੁੰਦੀ ਐ ਵੀ ਰਾਤ ਤਾਂ ਬਾਬਾ ਜੀ ਕਮਰੇ 'ਚ ਚੱਲੇ ਸੀਗੇ ਤੇ ਇੱਕਦਮ ਮੈਂ ਵੇਖਿਆ ਜੀ ਪ੍ਰਕਾਸ਼ ਹੋਇਆ ਇਹਨਾਂ ਦੀ ਤਾਂ ਕਿਰਪਾ ਹੀ ਬਹੁਤ ਐ ਤਾਂ ਸਾਰਾ ਦਿਨ ਬੋਲਦੇ ਹੀ ਨਹੀਂ ਉਹ ਇੱਕ ਉਹ 5-7 ਬਾਬੇ ਨੇ ਆਪਦੇ ਆਲੇ ਦੋਲੇ ਛੱਡੇ ਹੁੰਦੇ ਆ ਤੇ ਉਹਨਾਂ ਦੀ ਇਹੋ ਜੀ ਝੂਠੀ ਗੱਲ ਹੁੰਦੀ ਉਹ ਸੰਗਤ ਵਿੱਚ ਗੱਲ ਫੈਲ ਜਾਂਦੀ ਐ ਅੱਛਾ ਜੀ ਇਸ ਤਰ੍ਹਾਂ ਹੋਇਆ ਜੀ ਭਾਈ ਸਾਹਿਬ ਤਾਂ ਦੱਸ ਰਹੇ ਸੀਗੇ ਕਿ ਵੀ ਰਾਤ ਵੱਡੇ ਸੰਤ ਗੇਟ ਕੋਲ ਖੜੇ ਸੀ ਉਹਨਾਂ ਦੇ ਉੱਪਰ ਤਾਂ ਜੀ ਬੜਾ ਪ੍ਰਕਾਸ਼ ਹੋਇਆ ਜੀ ਕਿੰਨਾਂ ਨੇ ਦੇਖਿਆ ਜੀ ਉਹ ਉਹਨਾਂ ਅੱਛਾ ਜੀ ਵਾਹ ਜੀ ਵਾਹ ਜੀ ਵਾਹ ਬਸ ਐ ਫੈਲ ਗਈ ਗੱਲ ਜੀ ਇਹ ਆ ਆ ਗੁਰਮੁਖ ਤਾਂ ਦੱਸ ਰਹੇ ਸੀਗੇ ਜੀ ਕਿ ਸੰਤ ਆਉਂਦੇ ਪਏ ਸੀਗੇ ਤੇ ਇੱਕਦਮ ਇਹ ਉੱਡਣ ਲੱਗੇ ਜੀ ਉੱਡਦੇ ਉੱਡਦੇ ਫਿਰ ਉਹ ਛਪਣ ਹੋ ਗਏ ਜੀ ਮਤਲਬ ਝੂਠ ਮਾਰ ਮਾਰ ਕੇ ਆਪਦੀ ਪਬਲਿਸਿਟੀ ਇਹ ਤਾਂ ਗੁਪਤ ਹੋ ਜਾਂਦੇ ਨੇ ਜੀ ਇਹ ਤਾਂ ਇਸ ਤਰ੍ਹਾਂ ਹੱਥ ਕਰ ਦੇਣ ਜੀ ਪੈਸੇ ਪ੍ਰਗਟ ਹੋ ਜਾਂਦੇ ਨੇ ਜੀ ਹਾਂ ਜੀ ਜਿਵੇਂ ਆ ਹੁਣ ਉਹ ਕਹਿੰਦੇ ਕਿ ਕਹਿੰਦੇ ਸਾਡਾ ਬਾਬਾ ਜੇਲ੍ਹ 'ਚ ਕਹਿੰਦੇ ਨਾ ਨਾ ਜੇਲ੍ਹ 'ਚ ਥੋੜੀ ਨਾ ਉਹ ਉਹ ਤਾਂ ਉੱਥੋਂ ਜੇਲ੍ਹ ਵਿੱਚੋਂ ਤਾਂ ਛਪਣ ਹੋ ਗਿਆ ਕਹਿੰਦੇ ਸਰਕਾਰ ਤਾਂ ਆਪਦੀ ਨਕਾਮੀ ਪਰੋਂ ਨਹੀਂ ਉਹ ਦੱਸਦੀ ਪਈ ਕਹਿੰਦੇ ਕਦੇ ਖਬਰ ਆਈ ਏ ਸਾਡਾ ਬਾਬਾ ਜੇਲ੍ਹ 'ਚ ਥੋੜੀ ਨਾ ਉਹ ਤਾਂ ਉੱਥੋਂ ਛਪਣ ਹੋ ਗਿਆ ਉਹ ਤਾਂ ਕੁਲਾ ਨੂੰ ਤਾਰਦਾ ਫਿਰਦਾ ਕਹਿੰਦਾ ਉਹ ਤਾਂ ਦੂਜੇ ਲੋਕਾਂ ਵਿੱਚ ਚਲਾ ਗਿਆ ਮਤਲਬ ਉਹੀ 5-7 ਆਪਦੇ ਬੰਦੇ ਛੱਡੇ ਹੋਏ ਆ ਜਿਹੜੇ ਜਨਤਾ ਨੂੰ ਭਰਮਾਈ ਜਾਂਦੇ ਆ ਕਹਿੰਦੇ ਕਿਸੇ ਨੇ ਬੁੱਧੀ ਨਹੀਂ ਪਰਖਣੀ ਕਿਸੇ ਦੀ ਵੀ ਆਪਦੀ ਬੁੱਧੀ ਮੁਤਾਬਕ ਅਗਲੇ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਜਾਏਗੀ ਬਾਰੋਂ ਇੰਨੀ ਪ੍ਰਤਿਸ਼ਠਾ ਬਣਾ ਦਿੱਤੀ ਜਾਏਗੀ ਵੀ ਇਹਦੇ ਵਰਗਾ ਕੋ ਬੰਦਾ ਹੀ ਨਹੀਂ ਹੈਗਾ ਤੇ ਜਦੋਂ ਅੰਤਰਗਤ ਵੜ ਕੇ ਦੇਖਾਂਗੇ ਤੇ ਕੀ ਹੋਊਗਾ ਚੋਰੀ ਯਾਰੀ ਠੱਗੀ ਵੈਸਪੁਣਾ ਲੋਭ ਕਾਮ ਇਹ ਤਾਂ ਹੀ ਆਪਾਂ ਨੂੰ ਦੱਸ ਕੇ ਗਿਆ ਨਾ ਗੁਰਮਖ ਵੀ ਤੁਸੀਂ ਕਿਸੇ ਨਾਲ ਵੀ ਬਲਾਈਂਡ ਫੇਧ ਕਰਕੇ ਉਹਦੇ ਪਿੱਛੇ ਨਹੀਂ ਜੁੜ ਜਾਣਾ ਕਿਸੇ ਨਾਲ ਵੀ ਜੁੜਨਾ ਆ ਪਹਿਲਾਂ ਉਹਦਾ ਜੀਵਨ ਵੇਖੋ ਉਹਦੇ ਨਾਲ ਰਹਿ ਕੇ ਵੇਖੋ ਵੀ ਜੋ ਇਹ ਕਹਿੰਦਾ ਆ ਉਹ ਇੱਕ ਕਹਿਣੀ ਤੇ ਇਹਦੀ ਕਰਨੀ ਏਕੀ ਆ ਕਿ ਸਾਨੂੰ ਹੀ ਮੂਰਖ ਬਣਾਉਂਦਾ ਪਿਆ ਹੈ ਠੀਕ ਹੈ ਕਿ ਨਹੀਂ ਸਾਨੂੰ ਤਾਂ ਨਹੀਂ ਏ ਠੱਗੀ ਜਾ ਰਿਹਾ ਸਾਨੂੰ ਤਾਂ ਕਹਿੰਦਾ ਸਾਦਾ ਖਾਓ ਸਾਦਾ ਪਾਓ ਸਾਦਾ ਪੈਨੋ ਸਾਦਾ ਚੱਲੋ ਤੇ ਆਪ ਕਿਤੇ ਇਹ ਜੇਕਰ ਆਤ ਕਹਿ ਦਈਏ ਵੀ ਪੱਖੇ AC ਤੋਂ ਬਿਨਾ ਪੈ ਜਾ ਤੇ ਪਿਆ ਹੀ ਨਾ ਜਾਵੇ ਇੱਕ ਰਾਤ ਕਹਿ ਦਈਏ ਵੀ ਸਾਦਾ ਘਾ ਕੇ ਸੌ ਜਾਏ ਹੀ ਨਾ ਜਾਵੇ ਆਪ ਕਿਤੇ 50-50 ਲੱਖ ਵਾਲੀ ਗੱਡੀ ਤੇ ਚੜਿਆ ਫਿਰਦਾ ਹੋਵੇ ਤੇ ਸਾਨੂੰ ਕਵੇ ਵੀ ਸਾਦਾ ਜੀਵਨ ਜੀਓ ਸੋ ਆਪ ਪਹਿਲਾਂ ਵਿਚਾਰਨਾ ਹੈ ਵੀ ਜੋ ਇਹ ਸਾਨੂੰ ਉਪਦੇਸ਼ ਕਰਦਾ ਪਿਆ ਹੈ ਜਿਵੇਂ ਸਾਨੂੰ ਸਿਮਰਨ ਦਾ ਉਪਦੇਸ਼ ਕਰ ਰਿਹਾ ਜਿਵੇਂ ਸਾਨੂੰ ਗਿਆਨ ਦਾ ਉਪਦੇਸ਼ ਕਰ ਰਿਹਾ ਜਿਵੇਂ ਸਾਨੂੰ ਜੀਵਨ ਦਾ ਉਪਦੇਸ਼ ਕਰ ਰਿਹਾ ਕੀ ਇਹ ਦਾ ਖੁਦ ਦਾ ਹੈਗਾ ਹੋਰ ਗੋਬਿੰਦ ਸਿੰਘ ਜੀ ਨੇ ਦੱਸਿਆ ਨਾ ਅਨਾੜੀ ਸੰਤ ਬਣਿਆ ਬੈਠਾ ਕਹਿੰਦੇ ਨਾ ਧਰਮ ਕਰਮ ਕੋ ਕਰੈ ਬਿਰਥਾ ਕਥਾ ਸੁਨੇ ਰਰ ਕਹਿੰਦੇ ਧਰਮ ਦੀ ਕਥਾ ਸ਼ਬਦ ਦੇ ਅਭਿਆਸ ਦੀ ਕਥਾ ਮਾਲਕ ਦੀ ਕਮਾਈ ਦੀ ਕਥਾ ਨਹੀਂ ਕੋਈ ਸੁਨੇਗਾ ਝੂਠੀਆਂ ਕਥਾ ਕਹਾਣੀਆਂ ਸੁਣਾਉਣ ਵਾਲੇ ਬਾਬੇ ਬਹੁਤ ਹੋ ਜਾਣਗੇ ਜਿਵੇਂ ਆਪਾਂ ਦੇਖਦੇ ਆਂ ਨਾ ਕਿ ਐਵੇਂ ਕਿਤੋਂ ਦੀ ਕੋਈ ਗੱਲ ਜੋੜਤੀ ਪੰਜਾਬੀ ਚ ਇੱਕ ਕਹਾਵਤ ਹੈ ਗੱਲ ਦੀ ਲੱਲ ਬਣਾ ਦੇਣੀ ਕਿ ਕਥਾ ਕਹਾਣੀਆਂ ਸੁਣਾ ਕੇ ਫਲਾਣੇ ਸੰਤ ਐ ਕਰਦੇ ਸੀ ਜੀ ਉਹ ਉਹ ਸਾਧੂ ਇਸ ਤਰ੍ਹਾਂ ਹੁੰਦੇ ਸੀਗੇ ਜੀ ਉਹ ਖੇਤਾਂ ਵਿੱਚ ਜਾਂਦੇ ਸੀਗੇ ਜੀ ਉਹਨਾਂ ਨੇ ਕਦੂਆਂ ਦੇ ਮੇਵੇ ਬਣਾਤੇ ਜੀ ਮੇਵਿਆਂ ਤੋਂ ਅੱਲਾ ਬਣਾਤੀਆਂ ਜੀ ਇਹੋ ਜਿਹੀਆਂ ਗੱਲਾਂ ਸੁਣਾ ਕੇ ਕੂੜ ਕਹਾਣੀਆਂ ਦੁਨਿਆਵੀ ਕਹਾਣੀਆਂ ਸੁਣ ਕੇ ਸਭ ਨੂੰ ਠੱਗਣਗੇ ਬ੍ਰਹਮ ਦੀ ਕਹਾਣੀ ਨਹੀਂ ਕੋਈ ਸੁਣਾਵੇਗਾ ਨਾ ਕੋ ਸੁਣਾਵੇਗਾ ਤੇ ਨਾ ਕੋ ਸੁਣਨਾ ਚਾਹਵੇਗਾ ਹੁਣ ਦੇਖੋ ਆਪਾਂ ਸ਼ਬਦ ਦੇ ਅਭਿਆਸ ਦੀ ਗੱਲ ਕਰਦੇ ਆਂ ਨਾਮ ਦੀ ਕਮਾਈ ਦੀ ਗੱਲ ਕਰਦੇ ਆ ਬੈਠ ਕੇ ਗੁਰਮੰਤਰ ਦੀ ਵੀ ਇੰਨੀ ਗੁਰਬਾਣੀ ਪੜੋ ਇੰਨਾ ਆਜਪ ਤਪ ਕਰੋ ਉਹ ਕਥਾ ਨਹੀਂ ਕੋਈ ਸੁਣਦੀ ਪਸੰਦ ਕਰਦਾ ਹਾਂ ਸਾਨੂੰ ਜੀ ਕੋਈ ਕਹਾਣੀ ਸੁਣਾਓ ਜੀ ਕੋਈ ਸਾਖੀ ਸੁਣਾਓ ਜੀ ਕੋਈ ਲੜਾਈ ਦੀ ਗੱਲ ਸੁਣਾਓ ਜੀ ਕੋਈ ਇਤਿਹਾਸ ਦੀ ਗੱਲ ਸੁਣਾਓ ਜੀ ਇਤਿਹਾਸ ਸੁਣਨਾ ਜ਼ਰੂਰੀ ਹੈ ਪਰ ਸਿਰਫ ਇਥੋਂ ਤੱਕ ਤਾਂ ਨਹੀਂ ਨਾ ਰਹਿ ਜਾਣਾ ਵੀ ਗੱਲਾਂ ਇਤਿਹਾਸ ਸੁਣ ਸੁਣ ਕੇ ਉਹਨੂੰ ਯਾਦ ਕਰੀ ਜੋ ਜਿਹੜੇ ਸ਼ਬਦ ਦੀ ਨਾਮ ਦੀ ਇਹ ਕਮਾਈ ਕਰਨੀ ਆ ਇਹ ਕੌਣ ਕਰੂਗਾ ਜੇ ਕੱਲੀਆਂ ਅਸੀਂ ਕਥਾ ਹੀ ਸੁਣਾਵਾਂਗੇ ਕਹਿੰਦੇ ਨਾ ਧਰਮ ਕਰਮ ਕੋ ਕਰੈ ਬਿਰਥਾ ਕਥਾ ਸੁਨੇ ਰਹਿ ਬਿਰਥੀਆਂ ਗੱਲਾਂ ਹੀ ਝੂਠੀਆਂ ਗੱਲਾਂ ਦੰਦ ਕਥਾ ਕੋ ਕਰਮ ਕਰਮ ਮੋ ਫਸੇ ਸਤ ਛਾੜ ਧਰਮ ਵਾ ਨਸੇ ਪੁਰਾਣ ਕਾਬ ਨਾ ਪੜੈ ਕੁਰਾਨ ਲੈਨੇ ਨੈ ਰੜੈ ਆ ਧਰਮ ਕਰਮ ਕੋ ਕਰੈ ਸੋ ਧਰਮ ਜਾਸਤੇ ਡਰੈ ਨਾ ਕੋ ਪੁਰਾਣ ਪੜੇਗਾ ਨਾ ਕੋ ਕੁਰਾਨ ਪੜੇਗਾ ਇਸ ਤਰੀਕੇ ਹੋ ਜਾਣਗੇ ਕਹਿੰਦੇ ਜਿਵੇਂ ਇੱਕ ਆਲੇ ਦੇ ਵਿੱਚ ਰੱਖੀਆਂ ਹੁੰਦੀਆਂ ਕਿਤਾਬਾਂ ਨੇ ਨਾ ਜਿਨ੍ਹਾਂ ਦੇ ਉੱਤੇ ਜਾਲਾ ਚੜ ਜਾਂਦਾ ਕਹਿੰਦੇ ਉਸ ਤਰੀਕੇ ਧਾਰਮਿਕ ਗ੍ਰੰਥਾਂ ਦਾ ਹਿਸਾਬ ਹੋ ਜਾਣਾ ਫਿਰ ਕੀ ਕਹਿੰਦੇ ਗ੍ਰਹਿੰ ਗ੍ਰਹਿੰ ਨਹੀਂ ਮਤੰਗ ਭਈ ਤਰੰਗ ਨਹੀਂ ਗਤੰਗ ਹਰ ਘਰ ਦੇ ਵਿੱਚ ਨਵਾਂ ਮਤ ਅੱਜ ਅੱਜ ਆਪਾਂ ਅੱਜ ਹੀ ਆਪਾਂ ਘਰਾਂ ਦੇ ਵਿੱਚ ਕਰ ਲਈਏ ਤੇ ਤਕਰੀਬਨ ਇਹ ਹੀ ਆ ਗਿਆ ਕੋਈ ਕਿਸੇ ਸੰਤ ਨੂੰ ਮੰਨਦਾ ਪਿਆ ਕੋਈ ਕਿਸੇ ਸੰਤ ਨੂੰ ਮੰਨਦਾ ਪਿਆ ਜੋ ਮੇਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਟੀਚਾ ਹੈ ਜਾਂ ਕਾਲਪੁਰਖ ਦਾ ਟੀਚਾ ਹੈ ਉਹ ਨਹੀਂ ਕੋਈ ਮੰਨਦਾ ਪਿਆ ਕਿੰਨੇ ਪਿੰਡਾਂ ਦੇ ਵਿੱਚ ਬਾਬੇ ਹੋ ਗਏ ਨੇ ਕਿੰਨੇ ਮੜੀਆਂ ਮਸਾਣੀਆਂ ਹੋ ਗਈਆਂ ਨੇ ਤੇ ਤੁਸੀਂ ਕਿਸੇ ਨੂੰ ਪੁੱਛ ਲੋ ਕੋਈ ਕਹਿੰਦਾ ਜੀ ਮੈਂ ਲੱਖਾਂ ਦਾ ਤੇ ਨੂੰ ਮੰਨ ਕੋਈ ਕਹਿੰਦਾ ਜੀ ਮੈਂ ਖੇਤਰਪਾਲ ਜੀ ਨੂੰ ਮੰਨਣਾ ਕੋਈ ਕਹਿੰਦਾ ਜੀ ਅਸੀਂ ਤਾਂ ਆਪਣੇ ਪੂਰਵਜਾਂ ਨੂੰ ਮੰਨਣੇ ਆ ਕੋਈ ਕਹਿੰਦਾ ਜੀ ਅਸੀਂ ਮੜੀ ਨੂੰ ਮੰਨਣੇ ਆ ਕੋਈ ਕਹਿੰਦਾ ਜੀ ਅਸੀਂ ਤਾਂ ਸਾਡੇ ਬਜ਼ੁਰਗਾਂ ਨੂੰ ਮੰਨਣੇ ਆ ਹਰੇਕ ਪਿੰਡ ਦੇ ਵਿੱਚ ਦੋ ਦੋ ਚਾਰ ਚਾਰ ਸੰਤ ਨੇ ਉਹਨਾਂ ਦੇ ਨਾਲ 15 20 20 ਬੰਦੇ ਜੁੜੇ ਬੈਠੇ ਨੇ ਤੇ ਰੱਬ ਨੂੰ ਭੁੱਲ ਕੇ ਤੇ ਦੇਹਾਂ ਦੇ ਨਾਲ ਜੁੜਦੇ ਪਏ ਨੇ ਇਹ ਇਹ ਗੁਰੂ ਗੋਬਿੰਦ ਸਿੰਘ ਨੇ ਗੱਲ ਕਹੀ ਸੀ ਕਲਯੁਗ ਦੇ ਵਿੱਚ ਇਹ ਹਾਲ ਹੋ ਜਾਣਾ ਜਿਹਨੂੰ ਕਹਿੰਦੇ ਪਰਪੰਚ ਪੰਚ ਹੋਏ ਗੜਾ ਅਪਰਪੰਚ ਪੰਖ ਕਹਿ ਉਡਾ ਕੋ ਕਰਮ ਵਿਚਰਤ ਜਗੰ ਸੁਕਰਮ ਸਰੂਪਗੰ ਕੋ ਕਰਮ ਦਾ ਇੰਨਾ ਹੋ ਜਾਣਾ ਹੈ ਕਿ ਪਰਪੰਚ ਇੰਨਾ ਖੇលਿਆ ਜਾਊਗਾ ਕਿ ਸੱਚ ਦੀ ਨਾਮ ਦੀ ਤੇ ਉਹਦੀ ਤਾਂ ਪਹਿਚਾਣ ਰਹਿ ਹੀ ਨਹੀਂ ਜਾਣੀ ਕਹਿੰਦੇ ਕਹੂੰ ਨਾ ਪੂਜਾ ਕਹੂੰ ਨਾ ਅਰਚਾ ਕਹੂੰ ਨਾ ਸਤਰ ਧੁਨ ਸਿਮਰਤ ਨਾ ਚਰਚਾ ਕਹੂੰ ਨਾ ਹੋਮੰਗ ਕਹੂੰ ਨਾ ਦਾਨੰਗ ਕਹੂੰ ਨਾ ਸੰਜਮ ਕਹੂੰ ਨਾ ਸਨਾਨਾ ਫਿਰ ਇੱਥੋਂ ਤੱਕ ਆਜੂਗਾ ਜਿਹੜਾ ਪੂਜਾ ਅਰਚਨਾ ਸਿਮਰਤियां ਸ਼ਾਸਤਰ ਦਾਨ ਪੁੰਨ ਹਵਨ ਕੁੰਡ ਸਭ ਬੰਦ ਹੋ ਜਾਣਗੇ ਸਾਰੇ ਪਾਸੇ ਜਿੱਥੇ ਤੁਸੀਂ ਦੇਖੋਗੇ ਕਾਮ ਹੀ ਕਾਮ ਨਸ਼ਾ ਹੀ ਨਸ਼ਾ ਅਧਰਮ ਹੀ ਅਧਰਮ ਕਹੂ ਨਾ ਚਰਚਾ ਕਹੂ ਨਾ ਬੇਦੰ ਕਹਿੰਦੇ ਸੰਗਤ ਨਹੀਂ ਕਿਤੇ ਵੀ ਹੋਊਗੀ ਜਿਵੇਂ ਆ ਤਾਂ ਆਪਾਂ ਨਾਲ ਕੇ ਸੱਚ ਦੀ ਗੱਲ ਕਰਦੇ ਪਏ ਆ ਕਹਿੰਦੇ ਕਿਤੇ ਵੀ ਸੱਚ ਦੀ ਚਰਚਾ ਨਹੀਂ ਹੋਊਗੀ ਕਹੂ ਨਾ ਬੇਦੰ ਜਿਹੜੇ ਵੇਦ ਨੇ ਸ਼ਾਸਤਰ ਨੇ ਗੁਰੂ ਗ੍ਰੰਥ ਸਾਹਿਬ ਇਹ ਮਹਾਰਾਜ ਸੱਚਦੇ ਆ ਇਹ ਨੇ ਜੋ ਪੋਥੀ ਪਰਮੇਸ਼ਰ ਕਾ ਥਾਣੇ ਕਹਿੰਦੇ ਇਹ ਜਿਹੜੇ ਧਾਰਮਿਕ ਵੇਦ ਨੇ ਇਹਨਾਂ ਨੂੰ ਵੀ ਲੁਪਤ ਕਰ ਦੇਣਗੇ ਗੁਪਤ ਕਰ ਦੇਣਗੇ ਵੀ ਇਹ ਵੀ ਤੁਹਾਨੂੰ ਵੇਖਿਆ ਕਿਤੇ ਲੱਭਣੇ ਨਹੀਂ ਕਹੂ ਨਿਵਾਸ ਨੇ ਕਹੂ ਕਤੇਬੰ ਕੋਈ ਗੁਰਦੁਆਰਾ ਨਹੀਂ ਕੋ ਮੰਦਿਰ ਨਹੀਂ ਕੋ ਮਸਜਿਦ ਨਹੀਂ ਕਾਲਯੁਗ ਨੇ ਸਭ ਖਤਮ ਕਰ ਦੇਣਾ ਕਹੂ ਨਾ ਤਸਬੀਹ ਕਹੂ ਨਾ ਮਾਲਾ ਕਹੂ ਨਾ ਹੋਮੰ ਕਹੂ ਨਾ ਜਵਲਾ ਕੋਈ ਤੀਰਥ ਨਹੀਂ ਰਹਿਣ ਦੇਣਾ ਇਹਨੇ ਸਭ ਆਪ ਦੇ ਵਸ ਕਰ ਲੈਗਾ ਇਹ ਤੋਂ ਦੇ ਕਰਤਮ ਨੂੰ ਖਤਮ ਕਰ ਦੇਗਾ ਔਰ ਹੀ ਕਰਮੰਗ ਔਰ ਹੀ ਧਰਮੰਗ ਕਹਿੰਦੇ ਇਹ ਕਰਮ ਧਰਮ ਤਾਂ ਇਹਦਾ ਰਹਿਣਾ ਹੀ ਨਹੀਂ ਪਤਾ ਨਹੀਂ ਹੋਰ ਹੀ ਨਵੀਆਂ ਨਵੀਆਂ ਗੱਲਾਂ ਚੱਲਣਗੀਆਂ ਉਹ ਕਾਲ ਦੇ ਹੀ ਕਰਮ ਤੇ ਕਾਲ ਦੇ ਹੀ ਧਰਮ ਚੱਲਣਗੇ ਜੋ ਅਸਲ ਸੱਚੇ ਇਹ ਤਾਂ ਖਤਮ ਹੀ ਹੋ ਜਾਏਗਾ ਔਰ ਹੀ ਭਾਵੰਗ ਔਰ ਹੀ ਮਰਮੰਗ ਕਹਿੰਦੇ ਨਾ ਕੋਈ ਰਿਸ਼ਤਾ ਰਹਿਣਾ ਤੇ ਨਾ ਕੋਈ ਰਾਜ ਰਹਿਣਾ ਸਭ ਕੋਈ ਆਪੋ ਆਪ ਦਾ ਰਾਜਾ ਆਪ ਬਣੇਗਾ ਆਪ ਹੀ ਜਰਨੈਲ ਤੇ ਆਪ ਹੀ ਨੌਕਰ ਕਿਸੇ ਨੂੰ ਬੁਲਾਓਗੇ ਤੇ ਕਹਿੰਦੇ ਅਗਣ ਤੋਂ ਭਾਵ ਮਾਰਕੁੱਟ ਤੋਂ ਭਾਵ ਗੰਦੀ ਨਿਗਾਹ ਤੋਂ ਭਾਵ ਜਦੋਂ ਮਾਂ ਤੇ ਪੁੱਤਰ ਦਾ ਹੀ ਨਹੀਂ ਰਿਸ਼ਤਾ ਰਿਆ ਪਿਓ ਤੇ ਧੀ ਦਾ ਹੀ ਨਹੀਂ ਰਿਸ਼ਤਾ ਰਿਆ ਤੇ ਦੇਖੋ ਵੀ ਉਹ ਕਿਵੇਂ ਦਾ ਸਮਾਂ ਇਹ ਕਿੰਨਾ ਨਾਲ ਹੋਣਾ ਜਿਹੜੇ ਨਾਮ ਨਾ ਜਪਣਗੇ ਤੇ ਜੁਨਾਂ ਦੇ ਵਿੱਚ ਭਟਕਦੇ ਭਟਕਦੇ ਫਿਰ ਉਹਨਾਂ ਨੂੰ ਐਸੇ ਸਮੇਂ ਵੀ ਵੇਖਣੇ ਪੈਣਗੇ ਤਾਂ ਹੀ ਤਾਂ ਕਹਿੰਦੇ ਆ ਵੀ ਹੁਣ ਤੁਹਾਡੇ ਕੋਲ ਇਹੀ ਤੇਰਾ ਅਉਸਰ ਹੈ ਤੇਰੀ ਵਾਰ ਅਗਾ ਤੈਨੂੰ ਮਾੜੇ ਸਮਾਂ ਨਾ ਵੇਖਣਾ ਪਵੇ ਆਪਦਾ ਅਉਸਰ ਤੇ ਵਾਰੀ ਸੰਭਾਲ ਕੇ ਤੇ ਆਪਦੇ ਘਰ ਚਲਾ ਜਾ ਇਸ ਦੇਨ ਛੱਡ ਕੇ ਸਦਾ ਵਾਸਤੇ ਸੱਚ ਦੇ ਵਿੱਚ ਵਾਸ ਕਰ ਲੋ ਨਹੀਂ ਤਾਂ ਐਸੇ ਸਮੇਂ ਵੀ ਫਿਰ ਵੇਖਣੇ ਪੈਣਗੇ ਜਦੋਂ ਐਸੇ ਸਮੇਂ ਵੇਖਦੇ ਆ ਤੇ ਫਿਰ ਇਹ ਦੇਖੇ ਨਹੀਂ ਜਾਂਦੇ ਤੇ ਫਿਰ ਕੀ ਕਹਿੰਦੇ ਨਵੇਂ ਨਵੇਂ ਮਾਰਗ ਚਲੇ ਜਗ ਮੋ ਬੜਾ ਅਧਰਮ ਰਾਜਾ ਪਰਜਾ ਸਭੇ ਲਗੇ ਜੈ ਤੈ ਕਰਨ ਕੋ ਕਰਮ ਨਵੇਂ ਨਵੇਂ ਮਾਰਗ ਚੱਲਣਗੇ ਤੇ ਰਾਜਾ ਤੇ ਪਰਜਾ ਏ ਨਹੀਂ ਵੀ ਰਾਜਾ ਪਰਜਾ ਦੀ ਰੱਖਿਆ ਕਰੇਗਾ ਤੇ ਇਹ ਪਰਜਾ ਰਾਜੇ ਦਾ ਸਾਥ ਦੇਗੀ ਰਾਜਾ ਵੀ ਖਤਮ ਤੇ ਪਰਜਾ ਵੀ ਖਤਮ ਸਾਰੇ ਇੱਕ ਦੂਜੇ ਨੂੰ ਠੱਗਣਗੇ ਜਹ ਤਹਿ ਕਰਨ ਕੁਕਰਮ ਪਰਜਾ ਰਾਜਾ ਨਰ ਨਾਰੀ ਰਾਜਾ ਪਰਜਾ ਦੇ ਨਾਲ ਮਾੜੇ ਕਰਮ ਕਰੇਗਾ ਤੇ ਪਰਜਾ ਰਾਜੇ ਨੂੰ ਮਾਰਨ ਦੀ ਸੋਚੇਗੀ ਤੇ ਰਾਜਾ ਪਰਜਾ ਨੂੰ ਮਾਰਨ ਦੀ ਸੋਚੇਗਾ ਪਾਪ ਕਰੰਤਾ ਧਰਾ ਭਲੀ ਪਲ ਨਾ ਸਕਤ ਠਹਿਰਾਏ ਕਾਲਪੁਰਖ ਤੋਂ ਧਿਆਨ ਤਰ ਰੋਵਤ ਪਈ ਬਣਾਏ ਲੋਕੀ ਕਹਿੰਦੇ ਰੋਣਗੇ ਰੱਬ ਨੂੰ ਯਾਦ ਕਰ ਕਰਕੇ ਵੀ ਸਾਡੇ ਨਾਲ ਹੁੰਦਾ ਕੀ ਪਿਆ ਪਰ ਰੱਬ ਦੀ ਪਹਿਚਾਨ ਨਹੀਂ ਹੋਣੀ ਵੀ ਰੱਬ ਹੈ ਕਿੱਥੇ ਰੋਣਗੇ ਤੇ ਜ਼ਰੂਰ ਹੈ ਵੀ ਸਾਨੂੰ ਕੋਈ ਆ ਕੇ ਬਚਾ ਲਵੇ ਸਾਡੀ ਕੋ ਰੱਖਿਆ ਕਰ ਲਵੇ ਪਰ ਜਦੋਂ ਰਾਹ ਹੀ ਨਹੀਂ ਹੈਗਾ ਕਿਸੇ ਪਾਸੇ ਕੋਈ ਦਿਖੇ ਤਾਂ ਕੋਈ ਆ ਕੇ ਬਚਾਅ ਕਰੇ ਜੇ ਕੋ ਰਸਤਾ ਹੋਵੇ ਪਾਪ ਵੀ ਕਰਨਗੇ ਤੇ ਰੋਣਗੇ ਵੀ ਤੇ ਰਸਤਾ ਵੀ ਨਹੀਂ ਪਤਾ ਹੋਣਾ ਤੇ ਫਿਰ ਐਸੇ ਦੇਸ਼ ਦੇ ਵਿੱਚ ਤੇ ਐਸੇ ਪੇਸ ਦੇ ਵਿੱਚ ਕੌਣ ਬਚਾਊਗਾ ਸੁਣੇ ਦੇਸ ਦੇ ਸੰਗ মুনੰਗ ਪਾਪ ਕਰਮਾ ਚੁਨੇ ਜੂਠ ਕੂਠੰਗ ਸਤਰੰਗ ਛੋਰ ਧਰਮਾ ਤਜੈ ਧਰਮ ਨਾਰੀ ਤਕੈ ਪਾਪ ਨਾਰੰਗ ਮਹਾਰੂਪ ਪਾਪੀ ਪਵਿੱਤਰਤਾ ਤਾਰਣ ਕਹਿੰਦੇ ਨਰ ਤੇ ਨਾਰੀ ਦਾ ਤਾਂ ਰਿਸ਼ਤਾ ਸਿਰਫ ਕਾਮ ਤੱਕ ਰਹਿ ਜਾਣਾ ਵੀ ਕਾਮ ਦੀ ਪੂਰਤੀ ਦੇ ਲਈ ਜਿਵੇਂ ਆਪਾਂ ਦੇਖਦੇ ਆਂ ਜਾਨਵਰ ਕਾਮ ਦੀ ਪੂਰਤੀ ਦੇ ਲਈ ਕੁੱਤਿਆਂ ਨੂੰ ਦੇਖਦੇ ਬਾਂਦਰਾ ਨੂੰ ਦੇਖਦੇ ਘੋਰ ਦੇਖਦੇ ਆਂ ਨਾ ਵੀਹ ਕਾਮ ਦੀ ਪੂਰਤੀ ਵਾਸਤੇ ਕੋਈ ਇਹਨਾਂ ਦਾ ਲਿਵਾਸ ਨਹੀਂ ਤੇ ਕੋਈ ਇਹਨਾਂ ਦੀ ਜਗ੍ਹਾ ਨਹੀਂ ਹੁੰਦੀ। ਇਸੇ ਤਰੀਕੇ ਕਹਿੰਦੇ ਜਾਨਵਰਾਂ ਦੀ ਤਰ੍ਹਾਂ ਕਾਮ ਪੂਰਤੀ ਕਰਨ ਦੇ ਲਈ ਕੋਈ ਰਿਸ਼ਤਾ ਨਹੀਂ ਕੋ ਘਰ ਨਹੀਂ ਕੋ ਜਿੱਥੇ ਹੋਵੇਗੀ ਕਾਮ ਦੀ ਪੂਰਤੀ ਕਰਨ ਦੇ ਲਈ ਉੱਥੇ ਹੀ ਆਪ ਦੀ ਪੂਰਤੀ ਨੂੰ ਕਰਿਆ ਕਰਨੀ। ਮੈਂ ਨਏ ਨਿਤ ਮਤੰਗ ਉਠੇ ਏਕ ਏਕੰਗ ਰੋਜ ਦਾ ਨਵਾਂ ਧਰਮ ਹੋਣਾ ਕਿੰਦੀ ਮੰਨੋਗੇ? ਹੁਣ ਤਾਂ ਆਪਾਂ ਕਹਿ ਦਿੰਨੇ ਆ ਵੀ ਤੇਰਾ ਬਾਪੂ ਐ ਕਹਿੰਦਾ ਹੁੰਦਾ ਸੀ ਉਹਦੀ ਸੋਚ ਤੇਰਾ ਪਿਓ ਐਂ ਕਰਦਾ ਹੁੰਦਾ ਸੀ ਜਾਂ ਤੁਹਾਡਾ ਬਜ਼ੁਰਗ ਐਂ ਕਰਦਾ ਹੁੰਦਾ ਸੀ ਤੇ ਉਹਨਾਂ ਨੇ ਰੋਜ ਦਾ ਨਵਾਂ ਧਰਮ ਹੀ ਉਹ ਕਹਿੰਦਾ ਕਿਹੜਾ ਬਜ਼ੁਰਗ ਉਹ ਤਾਂ ਗਈ ਗੱਲ ਰਾਤ ਗਈ ਬਾਤ ਗਈ ਕਿਹੜੇ ਬਜ਼ੁਰਗ ਦੀ ਗੱਲ ਕਰਦੇ ਠੀਕ ਹੈ ਨਹੀਂ ਉਹ ਕਹਿੰਦਾ ਜਦੋਂ ਧਰਮ ਹੀ ਰੋਜ ਦਾ ਨਵਾਂ ਹੋ ਗਿਆ ਆਪਸ ਦੇ ਵਿੱਚ ਕਿਸੇ ਦੀ ਮਾਤੀ ਨਹੀਂ ਮਿਲਦੀ ਪਈ ਤੇ ਇਹ ਤੁਸੀਂ ਦੇਖੋ ਇਹ ਭੂਤਾਂ ਪ੍ਰੇਤਾਂ ਤੋਂ ਵੀ ਮਾੜੀ ਅਵਸਥਾ ਹੈ ਠੀਕ ਹੈ ਕਿ ਨਹੀਂ ਕਹਿੰਦੇ ਚੀਨ ਹੈ ਨਾ ਬਾਤੰ ਪਰ ਤਰੀ ਰਾਤੰ ਧਰਮਨ ਕਰਮ ਉਦਾਸੀ ਕਹਿੰਦੇ ਗੱਲ ਨੂੰ ਸਮਝਣਾ ਨਹੀਂ ਸੁਖ ਲੈਣ ਦੇ ਲਈ ਸਿਰਫ ਇੱਕ ਕਾਮ ਹੀ ਸਹਾਰਾ ਹੋਏਗਾ ਤੇ ਉਹ ਕਾਮ ਦੀ ਪੂਰਤੀ ਕਰਨੀ ਹੈ ਜਿਵੇਂ ਤਵੇਂ ਜਿਵੇਂ ਮਰਜ਼ੀ ਕਰ ਲੋ ਬਸ ਪਰ ਤਰੀ ਰਸ ਰਾਚੇ ਸਤ ਕੇ ਕਾਚੇ ਨਿਜ ਤਰੀ ਗਮਨ ਨ ਕਰ ਹੈ ਕਹਿੰਦੇ ਆਪ ਦੀ ਤੇ ਪਰਾਈ ਇਸਤਰੀ ਦਾ ਤਾਂ ਕੋਈ ਫਰਕ ਰਹਿ ਹੀ ਨਹੀਂ ਜਾ ਆਪ ਦੇ ਮਰਦ ਤੇ ਪਰਾਈ ਮਰਦ ਦਾ ਤਾਂ ਕੋਈ ਫਰਕ ਰਹਿ ਹੀ ਨਹੀਂ ਜਾ ਬਸ ਫੋਕਟ ਧਰਮਨ ਰਾਤ ਕੋ ਕਰਿਤ ਬਿਨਾ ਮਤ ਕਹੋ ਕਹਾਂ ਫਲ ਪੇ ਹੈ ਤੇ ਕਹਿੰਦੇ ਇਹੇ ਜੇ ਧਰਮ ਕਰਕੇ ਇਹੇ ਜੇ ਰਿਸ਼ਤਿਆਂ ਦੇ ਵਿੱਚ ਰਹਿ ਕੇ ਤੇ ਦੱਸੋ ਵੀ ਕਿਵੇਂ ਮਾਲਕ ਮਿਲੇਗਾ ਕਹਿੰਦੇ ਜਹਤ ਹੈ ਭਈ ਧਰਮ ਗਤ ਲੋਪੰ ਪਾਪੈ ਲਗੀ ਚੌਗਨੀ ਓਪੰ ਜਦੋਂ ਧਰਮ ਰਹਿ ਹੀ ਨਹੀਂ ਜਾਣਾ ਤੇ ਕਹਿੰਦੇ ਫਿਰ ਕਿਸ ਤਰੀਕੇ ਇਹਦੇ ਵਿੱਚੋਂ ਨਿਕਲਿਆ ਜਾਊਗਾ ਸਾਧੂਆਂ ਦੀ ਲੁੱਟ ਪੈ ਜਾਣੀ ਹੈ ਸਾਧੂਆਂ ਦੇ ਵਹਿਸ ਦੇ ਵਿੱਚ ਕਾਲ ਆ ਜਾਏਗਾ ਨਹੀਂ ਨਹੀਂ ਹੋਣ ਲਗੀ ਨਿਤ ਬਾਤ ਜਹ ਤਹ ਬਾੜ ਚਲਿਓ ਉਤਪਾਤ ਸਭ ਜਗ ਚਲਤ ਔਰ ਹੀ ਕਰਮ ਜਹ ਤਹ ਘਟ ਗਇਓ ਧਰਾ ਤੇ ਧਰਮ ਲੋ ਤੇ ਫਿਰ ਕੀ ਕਹਿੰਦੇ ਵੀ ਜੇ ਕੋ ਲੱਭੇਗਾ ਵਿਚਨ ਸਾਧੂਆਂ ਨੂੰ ਲੱਭੀਏ ਪਹਿਲੀ ਗੱਲ ਤਾਂ ਧਰਮ ਐਨੇ ਸਾਧੂ ਐਨੇ ਕਰਮ ਐਨੇ ਫਿਰ ਕਹਿੰਦੇ ਸਾਧੂ ਜੇ ਲੱਭਣ ਜਾਓਗੇ ਨਾ ਕਹਿੰਦੇ ਅਤ ਸਾਧੂ ਅਤ ਰਾਜਾ ਕਰਨ ਲਗੇ ਦੁਰ ਕਾਜਾ ਪਾਪ ਹਿਰਦੇ ਮੈਂ ਠਾਨ ਕਰਤ ਧਰਮ ਕੀ ਆਣ ਸਾਧੂ ਐਨੇ ਕਾਲ ਅਨਾੜੀ ਸਾਧੂ ਪ੍ਰਗਟ ਕਰ ਦੇਗਾ ਤੁਹਾਨੂੰ ਪਛਾਣ ਨਹੀਂ ਆਣੀ ਕਿਹੜਾ ਸੱਚਾ ਕਿਹੜਾ ਝੂਠਾ ਰਾਜ ਕਰਨ ਵਾਸਤੇ ਰਾਜੇ ਐਨੇ ਹੋ ਜਾਣਗੇ ਤੁਹਾਨੂੰ ਪਤਾ ਨਹੀਂ ਲੱਗਣਾ ਨਿਆ ਕਿਹੜਾ ਦੇਵੇਗਾ ਸਾਰੇ ਪਾਸੇ ਅਨਿਆ ਹੀ ਨੇ ਆਤ ਪਪਿਸ਼ਟ ਅਜਾਣ ਕਰਤ ਧਰਮ ਕੀ ਆਣ ਧਰਮ ਦਾ ਓਟ ਆਸਰਾ ਲੈ ਕੇ ਜਨਤਾ ਦਾ ਸ਼ੋਸ਼ਣ ਕੀਤਾ ਜਾਊਗਾ ਇਥੋਂ ਤੱਕ ਲੀਕੋ ਤੇ ਕਹਿੰਦੇ ਨਸ਼ੇ ਦੀ ਪੂਰਤੀ ਕਰਨ ਦੇ ਲਈ ਇਨਸਾਨਾਂ ਦੇ ਸਰੀਰ ਤੱਕ ਨੂੰ ਨੋਚ ਲਿਆ ਜਾਏਗਾ ਹੁਣ ਤਾਂ ਮਾਸ ਖਾਂਦੇ ਨਾ ਇਹਨਾਂ ਦਾ ਆਮ ਤੌਰ ਤੇ ਕੋ ਮੁਰਗਾ ਖਾਂਦਾ ਕੋ ਖਾਂਦਾ ਬੱਕਰਾ ਖਾਂਦਾ ਕੋ ਮੱਛੀ ਖਾਂਦਾ ਤੇ ਕਹਿੰਦੇ ਇਨਸਾਨਾਂ ਦਾ ਮਾਸ ਨੋਚ ਨੋਚ ਕੇ ਖਾਂਦੇ ਇੱਕ ਦੂਜੇ ਨੂੰ ਵੱਢ ਕੇ ਮਾਸ ਬਣਾ ਕੇ ਖਾਣਗੇ ਤੇ ਨਸ਼ੇ ਐਸੇ ਐਸੇ ਨਿਕਲੇ ਆਣਗੇ ਕਿ ਜਿਨ੍ਹਾਂ ਨੂੰ ਪੀਣ ਤੇ क्रूर ਸੁਭਾਅ ਹੋ ਜਾਏਗਾ ਜਿਹੜਾ ਅੱਗੇ ਆਏਗਾ ਉਹਨੂੰ ਵੱਢ ਦੇਗਾ ਨਾ ਕੋ ਹਿੰਦੂ ਦੀ ਸੌਂ ਰਹੀ ਨਾ ਮੁਸਲਮਾਨ ਦੀ ਸੌਂ ਰਹੀ ਧਰਮ ਇੱਥੋਂ ਧਿੱਕਰ ਖਤਮ ਹੋ ਗਏ ਇੱਕ ਜਗ੍ਹਾ ਤਾਂ ਇਹ ਵੀ ਦੱਸਿਆ ਕਿ ਜਿਹੜੀ ਉਮਰ ਆ ਉਹ ਘਟ ਕੇ ਅੱਧੀ ਤੋਂ ਵੀ ਅੱਧੀ ਹੋ ਜਾਣੀ ਹੈ ਔਰ ਬਣਸਪਤੀ ਬਾਰੇ ਦੱਸਿਆ ਹੈ ਕਿ ਐਸੀ ਬਨਸਪਤੀ ਆ ਜਾਣੀ ਹੈ ਜਿਵੇਂ ਹੁਣ ਤਾਂ ਆਪਣੀ ਫਸਲ ਛਮਾਈ ਤੇ ਆਉਂਦੀ ਹੈ। ਯਾ ਕੋ ਸੱਤ ਮਹੀਨਿਆਂ ਦੇ ਕੋ ਸਾਲ ਦੀ ਫਸਲ ਹੈ। ਤੇ ਕਹਿੰਦੇ ਫਸਲ ਐਸੀ ਆਏ ਕਰੇਗੀ ਕਿ ਰਾਤ ਨੂੰ ਕੋ ਬੂਟਾ ਲਾਇਆ ਤੇ ਅਗਲੀ ਸ਼ਾਮ ਤੱਕ ਪ੍ਰਗਟ ਹੋ ਜਾਏ ਕਰੇਗੀ। ਜਿਵੇਂ ਆਪਾਂ ਦੇਖਦੇ ਆ ਨਾ ਪਹਿਲੋ ਟਾਲੀਆਂ ਨਿੰਮਾ ਕਿਨੇ ਕਿਨੇ ਚਿਰਚ ਹੁੰਦੀਆਂ ਸੀ ਅੱਜ ਕੱਲ੍ਹ ਆ ਬੂਟੇ ਵੇਖੋ ਲੱਗਦੇ ਨੇ ਮਹੀਨੇ 2 ਮਹੀਨੇ ਦੇ ਵਿੱਚ ਛਾਂ ਵਾਲੇ ਹੋ ਜਾਂਦੇ ਆ। ਫਸਲਾਂ ਵੀ ਇਥੋਂ ਤੱਕ ਰਾਜਣ ਕਰਨੀ। ਨਸ਼ੇ ਐਸੇ ਆ ਜਾਣ ਕਰਨਗੇ। ਵੀ ਜਨਨ ਪਿੰਡ ਤੇ ਸੁਧ ਬੋਦੀ ਨਹੀਂ ਰਹਿਣੀ ਫਿਰ ਕਹਿੰਦੇ ਐਸੀ ਐਸੇ ਭਾਵ ਦੇ ਵਿੱਚ ਫਿਰ ਬਚਾਉਣ ਦੇ ਲਈ ਕੀ ਪ੍ਰਗਟ ਕਰਦਾ ਆ ਆਓ ਫਿਰ ਆਪਾਂ ਸਿਮਰਨ ਕਰਨ ਤੋਂ ਬਾਅਦ ਵੀ ਜਿਹੜੇ ਕੋ ਦਿਨ ਵਿੱਚ ਹੋਣਗੇ ਜਿਹੜੇ ਕੱਢਣ ਵਾਲੇ ਹੋਣਗੇ ਉਹਨਾਂ ਨੂੰ ਫਿਰ ਕਿਵੇਂ ਕੱਢੇਗਾ ਐਨੇ ਭਾਰੇ ਕਲਯੁਗ ਦੇ ਵਿੱਚ ਜਿੰਦੇ ਵਿੱਚ ਕੋਈ ਮਾਂ ਦਾ ਨਹੀਂ ਕੋ ਪਿਓ ਦਾ ਨਹੀਂ ਰਿਸ਼ਤੇਦਾਰੀਆਂ ਸਭ ਖਤਮ ਕੋ ਘਰ ਨਹੀਂ ਰਹਿਣਾ ਕੋ ਮੰਦਰ ਮਸਜਿਦ ਨਹੀਂ ਰਹਿਣੀ ਵੇਦ ਪੁਰਾਣ ਸ਼ਾਸਤਰ ਉਹਨੇ ਸੁਣਨੀ ਨਹੀਂ ਦੇਣੇ ਉਸ ਤੋਂ ਮੁੜ ਕੇ ਖਤਮ ਹੀ ਕਰ ਦੇਣੇ ਆ ਤੀਰਤ ਵੀ ਖਤਮ ਕਰ ਦੇਣੇ ਆ ਇਹ ਜਿਹੜਾ ਸਤੋ ਗੁਣੇ ਤਾਂ ਬੰਦ ਹੀ ਕਰ ਦੇਣਾ ਕੋ ਰਾਜ ਨਹੀਂ ਰਹਿ ਜਾਣਾ ਕੋ ਪਰਜਾ ਨਹੀਂ ਰਹਿ ਜਾਣੀ ਜਿੰਦੇ ਹੱਥ ਜੋ ਆਏਗਾ ਬਸ ਮਾਰ ਦੇਗਾ ਜਿਵੇਂ ਆਪਾਂ ਕਹਿੰਦੇ ਨਾ ਜਿੰਦੀ ਡਾਂਗ ਉਹਦੀ ਮੱਝ ਜਿਸकी लाठी ਉਸਦੀ भैंस ਐਸਾ ਸਮਾਂ ਹੈ ਦਿਨੋਂ ਦਿਨ ਹੁਣੇ ਬਣਦਾ ਜਾਣਾ ਤੇ ਜੇ ਤਾਂ ਆਪਾਂ ਸ਼ਬਦ ਦਾ ਅਭਿਆਸ ਕਰਕੇ ਨਾਮ ਦੇ ਨਾਲ ਜੁੜ ਕੇ ਹੁਣ ਨਿਕਲ ਜਾਾਂਗੇ ਤੇ ਆਪਣਾ ਜਨਮ ਮਰਨ ਖਤਮ ਕਰ ਜਾਾਂਗੇ ਆਪਾਂ ਇਹ ਮਾੜਾ ਸਮਾਂ ਕਿਉਂ ਵੇਖੀਏ ਤੇ ਕਹਿੰਦੇ ਜਿਹੜੇ ਰਹਿਣਗੇ ਜਿਹੜੇ ਨਹੀਂ ਮੰਨਦੇ ਉਹ ਇਹ ਸਮਾਂ ਵੇਖਣਗੇ ਐਨਾ ਕੋਰ ਕਾਲਯੁਗ ਵੇਖਣਗੇ ਜਿੰਦੇ ਵਿੱਚ ਕੋ ਕਿਸੇ ਦੀ ਰੱਖਿਆ ਹੀ ਨਹੀਂ ਕੋ ਆਪ ਦੀ ਘਰਵਾਲੀ ਦੀ ਨਹੀਂ ਰੱਖਿਆ ਕਰ ਸਕਦਾ ਘਰਵਾਲੀ ਦੀ ਰੱਖਿਆ ਕੀ ਕਰਨੀ ਮਾਂ ਦੀ ਰੱਖਿਆ ਕੀ ਕਰਨੀ ਆਪ ਹੀ ਉਹਦੇ ਪ੍ਰਤੀ ਗਲਤ ਹੋ ਜਾਣਗੇ ਐਨੀ क्रूर ਪੰਜ ਜਿਹੜੇ ਆ ਬੁੱਧੀ ਕਰ ਦੇਣਗੇ ਆਓ ਫਿਰ ਥੋੜਾ ਜਿਹਾ ਸਿਮਰਨ ਕਰੀਏ ਜੀ ਕਰੋ ਸ਼ੁਰੂ ਜੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ Why? Guru? Why? Guru? Why? Guru. 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 Why? Guru? Why? Why? Guru. Why? Guru why? guru why? guru why? guru why? guru why? guru oh okay. why? guru oh. why? guru oh so why? guru why? guru

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਮਹਾਰਾਜ ਕਹਿੰਦੇ ਜਦੋਂ ਇਸ ਤਰੀਕੇ ਧਰਮ ਹੋ ਜਾਂਦਾ ਵੀ ਕਰਮ ਵੀ ਨਹੀਂ ਪਤਾ ਧਰਮ ਵੀ ਨਹੀਂ ਪਤਾ ਹੁਣ ਅਸੀਂ ਕਰਮ ਤਾਂ ਤਾਂ ਕਰਦੇ ਆ ਨਾ ਚਲੋ ਮਾਲਕ ਖੁਸ਼ ਰਵੇ ਘਟੋ ਘਟ ਫਿਰ ਵੀ ਭਾਉ ਹੈਗਾ ਕਹਿੰਦੇ ਜਦੋਂ ਧਰਮ ਹੀ ਨਹੀਂ ਰਿਹਾ ਤੇ ਫਿਰ ਕਰਮ ਦੀ ਜਾਂਚ ਵੀ ਨਹੀਂ ਰਹਿਣੀ ਕਹਿੰਦੇ ਲਹੈ ਨ ਅਰਥੰ ਕਹੈ ਅਨਰਥੰ ਬਚਨ ਨਾ ਸਾਚੇ ਮਤ ਕਰ ਕਾਚੇ ਜਿਨ੍ਹਾਂ ਦਾ ਅਰਥ ਹੀ ਨਹੀਂ ਕੋ ਨਿਕਲਦਾ ਐਸੇ ਬਚਨ ਕਰੀ ਜਾਣਗੇ ਆਪਾਂ ਦੇਖਦੇ ਆ ਨਾ ਕਹਿੰਦੇ ਬਾਬਾ ਜੀ ਮੇਰੇ ਘਰ ਕਿਰਪਾ ਨਹੀਂ ਹੁੰਦੀ ਆਂਦਾ ਵੀ ਗਲਾਬ ਜਮਨ ਵੰਡ ਦਿਓ ਗਰੀਬਾਂ ਦੇ ਵਿੱਚ ਕਿਰਪਾ ਆਣੀ ਸ਼ੁਰੂ ਹੋ ਜਾਈ। ਦੇਖਨੇ ਆ ਨਾ। ਲਹਨ ਅਰਥੰ ਕਹੇ ਅਨਰਥੰ ਕੁਇ ਅਰਥ ਨਿਕਲਦਾ ਉਸ ਗੱਲ ਦਾ। ਹਾਂਜੀ ਕਿਰਪਾ ਨਹੀਂ ਹੋ ਰਹੀ। ਹਾਂਜੀ ਡੋਸਾ ਕਬ ਖਾਇਆ ਥਾ। ਹਾਂਜੀ ਬਾਬਾ ਜੀ ਪਿਛਲੇ ਮਹੀਨੇ ਖਾਇਆ ਥਾ। 10-12 ਡੋਸੇ ਗਲੀ ਵਿੱਚ ਵੰਡ ਦੇਣਾ ਕਿਰਪਾ ਆਣੀ ਸ਼ੁਰੂ ਹੋ ਜੇ। ਲਓ। ਇਹੇ ਜੀ ਬਾਬੇ। ਹੈਂ? ਦੇਖਦੇ ਆ ਨਾ। ਇਹੀ ਤੇ ਮਹਾਰਾਜ ਕਹਿੰਦੇ ਪੈ ਨੇ ਇਹੇ ਇਹੇ ਜੇ ਬਾਬੇ ਹੋਣਗੇ ਤੇ ਅੱਧਾ ਕ ਸਮਾਂ ਤਾਂ ਇਹ ਆ ਗਿਆ ਤੇ ਇਹੀ ਸਮਾਂ ਜੇ ਵਧਦਾ ਜਾਊਗਾ ਤੇ ਆ ਜਿਹੜੇ ਕਰੋੜ ਸਮਾਂ ਦੱਸਿਆ ਤੇ ਇੱਥੋਂ ਤੱਕ ਵੀ ਪਹੁੰਚ ਜਾਊਗਾ ਕਹਿੰਦੇ ਬਾਬੇ ਕਿਵੇਂ ਦੇ ਨੇ ਕਹਿੰਦੇ ਧਰਮ ਨਾ ਕਰਹੀਂ ਹਰ ਨਾ ਉਚਰਹੀਂ ਪਰ ਕਰ ਡੋਲੇ ਜਲੇ ਬਿਰੋਲੇ ਪਾਣੀ ਵਿੱਚ ਮਧਾਣੀ ਪਾਉਣਗੇ ਵਾਇਗਰੂ ਨਾਲ ਸ਼ਬਦ ਨਾਲ ਗੁਰਮੰਤਰ ਦੇ ਗਿਆਨ ਦੇ ਨਾਲ ਨਹੀਂ ਕਿਸੇ ਨੇ ਜੋੜਨਾ ਬਸ ਕੱਚੇ ਬਚਨ ਜੋ ਕਹਿੰਦਾ ਮੂੰਹ ਕੱਢੀ ਜੋ ਬਸ ਸਾਡੇ ਪਿੰਡ ਮੱਝਾਂ ਦਾ ਪਾਲੀ ਹੁੰਦਾ ਸੀ ਸਾਡਾ ਕਰੋਂ ਦੇ ਤਿੰਨ ਭੈਣਾ ਜਵਾਕ ਵਿਆਹ ਹੋ ਗਿਆ ਤੇ ਅੱਗੇ ਤਿੰਨ ਜਵਾਕ ਹੋ ਗਏ ਭੈਣਾ ਵਿਆਹੀਆਂ ਨਿਕਲੀਆਂ ਜਵਾਕ ਅੱਗੇ 7-8 ਦਾ ਪਰਿਵਾਰ ਹੋ ਗਿਆ ਉਹਨੇ ਕੀ ਕੀਤਾ ਉਹਨਾਂ ਦੀ ਕੋਈ ਜਗ੍ਹਾ ਸੀਗੀ 10 ਮਰਲੇ ਉਹਦੇ ਵਿੱਚੋਂ ਦੋ ਮਰਲੇ ਘੇਰ ਕੇ ਉਹਨੇ ਤੇ ਇੱਟਾਂ ਜੋੜ ਕੇ ਤੇ ਕਹਿੰਦਾ ਸਾਡਾ ਤਾਂ ਬਜ਼ੁਰਗਾਂ ਦਾ ਦੋ ਚਾਰਾਂ ਨੂੰ ਇਸ ਤਰ੍ਹਾਂ ਵੀ ਪੁੱਛਣਾ ਦੇਣ ਲੱਗੇ ਹਣ ਦਸਾਂ ਦੇ ਵਿੱਚੋਂ ਕੋਈ ਇੱਕ ਅੱਧੇ ਦਾ ਕੋਈ ਕੰਮ ਜਦੋਂ اٹੇ ਛਟੇ ਲਾਈ ਗਿਆ ਇਸ ਟਾਈਮ ਹੁੰਦੀ ਐਸੀ ਚੜਾਈ ਹੈ ਜੀ ਵੀਰਵਾਰ ਤੇ ਮੇਰੇ ਖਿਆਲ ਨਾਲ ਉਹ ਇੱਕ ਐਤਵਾਰ ਤੇ ਦੋ ਦਿਨ ਲਾਉਂਦਾ ਤੇ 3 ਵਜੇ ਉਹ ਕੰਮ ਸ਼ੁਰੂ ਕਰਦਾ 7 ਵਜੇ ਦੇ ਨੂੰ ਹੁੰਦੇ ਕਿ 10-10 ਤੇ 50-50 100-100 ਵਾਲੇ ਨੇਟਾਂ ਦੀ ਢੇਰੀ ਹੁੰਦੀ। ਕਹਿੰਦਾ ਕਿਸੇ ਨੂੰ ਕੁਝ ਨਹੀਂ ਬਸ ਜਿਹੜਾ ਉਹਦੇ ਕੋਲ ਜਾਂਦਾ ਤੁਹਾਡੇ ਘਰ ਕੋਈ ਅਨੇਾਈ ਮੌਤ ਤਾਂ ਨਹੀਂ ਸੀ ਮਰਿਆ? ਤੇਰੇ ਘਰ ਕੋਈ ਪੀਰ ਤਾਂ ਨਹੀਂ ਸੀ ਹੈਗਾ? ਰਾਤ ਨੂੰ ਕੋਈ ਨੀਲੇ ਕੱਪੜੇ ਵਾਲਾ ਵਿਖਦਾ ਉਹਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਸੁਖਮ ਨੀਲੇ ਕੱਪੜੇ ਕਿਹੜੇ ਦਰਜੀ ਤੋਂ ਸਵਾ ਕੇ ਪਾਉਂਦੇ ਨੇ ਭਾਈ। ਵਾਸਾ ਇਹ ਕਿਹ ਕਿਹਨੂੰ ਕਹਿੰਦਾ ਇੱਥੇ ਲੱਡੂ ਲਾ ਦਿਓ ਕਿਸ ਨੂੰ ਕਹਿੰਦਾ 40 ਕਿਲੋ ਲੱਡੂ ਲਾ ਦਿਓ ਕਿਸ ਨੂੰ ਕਹਿੰਦਾ ਖੀਰ ਬਣਾ ਦਿਓ ਕਿ ਇਹ ਜੇ ਲੋਕ ਜਿਹੜਾ ਉਹਦੇ ਪਿੱਛੇ ਤੇ ਇਹ ਜੇ ਸਾਡੇ ਪਿੰਡ ਦੀ ਕਿਹੜੀ ਗੱਲ ਆ ਪੰਜਾਬ ਹਰਿਆਣਾ ਰਾਜਸਥਾਨ ਪਤਾ ਨਹੀਂ ਕਿੰਨੇ ਕੁ ਬਾਬੇ ਮੜੀਆਂ ਮਸਾਣੀਆਂ ਜਿੱਥੇ ਚਾਰ ਇਟਾਂ ਲਾ ਦਿਓ ਤੇ ਕਰ ਦਿਓ ਸੰਦੂਰ ਛੱਟ ਕੇ ਪੂਜਾ ਸ਼ੁਰੂ ਕੋਈ ਪਿੱਪਲ ਪੂਜੀ ਜਾਂਦਾ ਕੋਈ ਝੰਡੀ ਪੂਜੀ ਜਾਂਦਾ ਕੋਈ ਨਿੰਮ ਪੂਜੀ ਜਾਂਦਾ ਮੂਰਖ ਬਣਾਇਆ ਲੋਕਾਂ ਨੂੰ ਇਹ ਛੋਟੇ ਲੈਵਲ ਦੇ ਆ ਤੇ ਜਿਹੜੇ ਵੱਡੇ ਲੈਵਲ ਦੇ ਨੇ ਉਹ ਬਾਹਰ 2-200 ਕਮਰਿਆਂ ਦੇ ਬਣਾ ਕੇ ਡੇਰੇ ਉਹ ਬੈਠੇ ਨੇ ਕੰਟਾ ਦਰਸ਼ਨ ਦਿੰਦੇ ਨੇ ਬਸ ਸੰਗਤਾਂ ਨੂੰ ਐ ਹੱਥ ਜੇ ਕਰਕੇ ਚਲੋ ਜੀ ਤੇ ਗਰਮੀ ਹੁਣ ਬਾਬਾ ਜੀ ਗਰਮੀ ਨਹੀਂ ਉਹ ਤਾਂ ਗਰਮੀ ਗਰਮੀ ਤਾਂ ਬਾਬਾ ਜੀ ਅਮਰੀਕਾ ਰਹਿੰਦੇ ਕੈਨੇਡਾ ਰਹਿੰਦੇ ਸਰਦੀਆਂ ਚਾਹੁੰਦੇ ਨੇ ਕਿਉਂ ਗਰਮੀਆਂ ਦੇ ਵਿੱਚ ਫਿਰ ਇਥੋਂ ਪਾਪ ਨਹੀਂ ਵੇਖਦਾ ਇੰਡੀਆ ਦੇ ਵਿੱਚ ਫਿਰ ਦਿਖਦਾ ਨਹੀਂ ਵੀ ਕੋਈ ਤੜਫਦਾ ਪਿਆ ਬਸ ਹੁਣ ਤਾਂ ਚਲੇ ਜਾਣਾ ਮਹਾਪੁਰਖਾਂ ਨੇ ਬਾਅਦ 3 ਕੁ ਮਹੀਨੇ ਉਧਰ ਜਾਣਗੇ ਫਿਰ ਇੱਥੇ ਆਉਣ ਇਹੇ ਜੇ ਮਹਾਪੁਰਖ ਹੈ ਜਿਹਨਾਂ ਨੂੰ ਮੰਨਣ ਵਾਲੇ ਮਹਾਂਪੁਰਖ ਤੁਸੀਂ ਆਪ ਉਹ ਜਿਹੜੇ ਮਹਾਂਪੁਰਖ 1430 ਅੰਗਾਂ ਦੇ ਵਿੱਚ ਬੈਠੇ ਉਹਨਾਂ ਦੀ ਵਿਚਾਰ ਨਹੀਂ ਕੀਤੀ ਤੇ ਫਿਰ ਸੱਚੀਆਂ ਹੀ ਡਾਂਗਾਂ ਪੈਂਦੀਆਂ ਫਿਰ ਉੱਥੋਂ ਕਿੰਨੇ ਕਿੰਨੇ ਵੱਡੀਆਂ ਉਹਨਾਂ ਦੀਆਂ ਸਲਤਨਤਾਂ ਬਣੀਆਂ ਪਈਆਂ ਨੇ ਹਜ਼ਾਰ-ਹਜ਼ਾਰ ਦੋ-ਦੋ ਹਜ਼ਾਰ ਕਿੱਲੇ ਜ਼ਮੀਨਾਂ ਉਹਨਾਂ ਦੇ ਕੋਲ ਨੇ ਗੱਡੀਆਂ ਕਰੋੜਾਂ ਰੁਪਏ ਫੇਰ ਅਹੀਂ ਮੱਥੇ ਟੇਕੀ ਜਾਂਦੇ ਹਾਂ ਕਿਰਪਾ ਕਰਨਗੇ ਅਕਾਲ ਪੁਰਖ ਨੇ ਉਹ ਨਹੀਂ ਤੇ ਆਉਣਾ ਇਹਨਾਂ ਝੂਠਿਆਂ ਤੋਂ ਕਿਰਪਾ ਮੰਗਣੀ ਆ ਤੇ ਅਸੀਂ ਉਹਨਾਂ ਨੂੰ ਬਣਾਉਣ ਵਾਲੇ ਅਸੀਂ ਲੜਾਈਆਂ ਪਾਉਣ ਵਾਲੇ ਜਦੋਂ ਉਹਨਾਂ ਤੋਂ ਅੱਗੋਂ ਚਾਰ ਤੇਲੇ ਹੋਰ ਤਿਆਰ ਹੁੰਦੇ ਨੇ ਉਹ ਫਿਰ ਆਪਸ ਵਿੱਚ ਲੜਦੇ ਨੇ ਬਾਬਾ ਮੈਨੂੰ ਦੇ ਫਿਰ ਬਾਬਾ ਅੱਗੋਂ ਫਿਰ ਕੇ ਕੋਈ ਸ਼ਹਿਰ ਕਿਤੇ ਡੇਰਾ ਬਣਾ ਕੇ ਚੜ ਦਿਓ ਜੀ ਕਿਰਪਾ ਇੱਥੇ ਇਹ ਬੈਠੇਗਾ ਇੱਥੇ ਇਹ ਬੈਠੇ ਉਹ ਜਿਹੜੇ ਚੇਲੇ ਨੇ ਉਹਨਾਂ ਨੂੰ ਏਰੀਆ ਵੰਡਣੇ ਔਖੇ ਹੋ ਜਾਂਦੇ ਨੇ ਇਹ ਚੇਲੇ ਆਖੋ ਏਰੀਆ ਪਿੱਛੇ ਲੜਦੇ ਨੇ ਇਹ ਮੇਰੇ ਏਰੀਆ 'ਚ ਕਥਾ ਨਹੀਂ ਕਰੇਗਾ ਜੀ ਐਸ ਏਰੀਆ ਦੀ ਸੰਗਤ ਮੇਰੀ ਏ ਐਸ ਏਰੀਆ ਦੀ ਮੇਰੀ ਏ ਤੇ ਜੇ ਕਿਤੇ ਗਰੀਬ ਕੋ ਚਲਾ ਜਿਉਂਦੇ ਏਰੀਆ ਵਿੱਚ ਜਿਵੇਂ ਹੁੰਦਾ ਨਾ ਕਾਂਗਰਸ ਕਾਲੀਆਂ ਦੇ ਵਿੱਚ ਜਿਵੇਂ ਜਿਸ ਏਰੀਆ ਦਾ ਬੰਦਾ ਉਸ ਏਰੀਆ ਦਾ ਐਮਐਲਏ ਕ ਇਵੇਂ ਕਿਤੇ ਕਿਤੇ ਦੂਸਰੇ ਏਰੀਆ 'ਚ ਕਿਤੇ ਕਥਾ ਵੀ ਕਰਨ ਕੋ ਚਲਾ ਜੇ ਕੋ ਵਿਚਾਰ ਕਰਨ ਨੂੰ ਲੜ ਪੈਂਦੇ ਆ ਵੇ ਡੰਗਾ ਲੱਗੇ ਮੇਰੇ ਏਰੀਆ 'ਚ ਆਇਆ ਕਥਾ ਕਰਨ ਮੈਨੂੰ ਦੱਸ ਨਾਮ ਜਪਾਣਾ ਵੈਗਰੂ ਦਾ ਤੇ ਏਰੀਆ ਕਹਦਾ ਸੋਖਮਣੀ ਸਾਹਿਬ ਦਾ ਪਾਠ ਕਰਨਾ ਤੇ ਇੱਕ ਸੰਤ ਦੂਜੇ ਦੇ ਏਰੀਆ 'ਚ ਜਾ ਕੇ ਕਰ ਨਹੀਂ ਸਕਦਾ ਉਦੋਂ ਉਸੇ ਸੰਤ ਨੂੰ ਕਹੋ ਜੀ ਉਹ ਹੀ ਕਰੇਗਾ ਸੋਖਮਣੀ ਸਾਹਿਬ ਦਾ ਗਰੰਥੀ ਲੜ ਪੈਂਦੇ ਨੇ ਪਿੰਡਾਂ ਦੇ ਇਹ ਮੇਰੇ ਘਰ ਸੀ ਇਹ ਉੱਥੇ ਜਾ ਕੇ ਲਾਵਾ ਪੜ ਆਇਆ ਜੀ ਇਹ ਮੇਰਾ ਘਰ ਸੀ ਮੈਂ ਇੱਥੇ ਵਿਸਾਖੀ ਦਾ ਪਾਠ ਰੱਖਣਾ ਸੀ ਲੈ ਦੱਸ ਇਸੰਤ ਨੇ ਤੇ ਸਾਰੇ ਆਪਾਂ ਇਹਨਾਂ ਨੂੰ ਚੜਾਇਆ ਹੋਇਆ ਆਪ ਨਹੀਂ ਐਸੇ ਸਿੱਖਾਂਗੇ ਤੇ ਉਹ ਤਾਂ ਫਿਰ ਕੁਝ ਕਰਨ ਨਹੀਂਗੇ ਜਦੋਂ ਅਸੀਂ ਗੁਰਬਾਣੀ ਪੜ੍ਹਨੀ ਨਹੀਂ ਜਾਣਦੇ ਅਸੀਂ ਆਪਦੇ ਬੱਚਿਆਂ ਨੂੰ ਨਹੀਂ ਸਿਖਾਈ ਆ ਆਪਦੇ ਪਰਿਵਾਰ 'ਚ ਸੀ ਨਹੀਂ ਪੜ ਸਕਦੇ ਤੇ ਜੇ ਆਪਾਂ ਫਿਰ ਦੂਜੇ ਨੂੰ ਦੋਸ਼ ਦੇਨੇ ਆ ਉਹ ਵੀ ਗਲਤ ਹੈ ਆਪ ਪੜੋ ਆਪ ਸਿੱਖੋ ਅਖੰਡ ਪਾਠ ਸਾਹਿਬ ਸਹਿਜ ਪੜ ਜੋ ਤੁਸੀਂ ਕਰਨਾ ਹੈ ਆਪ ਕਰੋ ਜਦੋਂ ਤੁਸੀਂ ਆਪਦੇ ਬੱਚੇ ਨੂੰ ਤਾਂ ਇਹ ਸਿਖਾਉਣਾ ਨਹੀਂ ਚਾਹੁੰਦੇ ਤੁਸੀਂ ਅਸੀਂ ਇਹ ਲੋ ਸਟੈਂਡਰਡ ਸਮਝਦੇ ਆ ਗੁਰਬਾਣੀ ਪੜ੍ਹਨਾ ਸੁਣਨਾ ਤੇ ਫਿਰ ਜਿਹੜੇ ਹੈ ਨੇ 2 4 5 ਜਿਹੜੇ ਬੱਚੇ ਆ ਜੋ ਰੋਟੀ ਕਰਕੇ ਚਲਾ ਰਹੇ ਆ ਜਾਂ ਕੋਈ ਕੁਝ ਹੈਗੇ ਆ ਕੋ ਸਾਰੇ ਵੀ ਰੋਟੀ ਕਰਕੇ ਨਹੀਂ ਕੁਛ ਚਾਹੋ ਵਾਲੇ ਵੀ ਹੈਗੇ ਹੁਣ ਇੱਕ ਪਿੰਡ ਦੇ ਵਿੱਚ ਗੁਰਬਾਣੀ ਪੜਨ ਵਾਲੇ 5 ਜਾਂ 7 ਆ 10 ਆ ਤੇ ਜਦੋਂ ਅਖੰਡ ਪਾਠ ਸਾਹਿਬ ਉੱਥੇ ਉਸ ਪਿੰਡ ਚ ਪੰਜ ਰੱਖੇ ਗਏ ਤੇ ਆਪੇ ਫਿਰ ਹੁਣ ਉਹਨਾਂ ਨੇ ਵਿਚਾਰੇ ਨੇ ਪੂਰੇ ਕਰਨਾ ਗਲਤੀ ਤੇ ਸਾਡੀ ਅਸੀਂ ਨਹੀਂ ਪੜਨਾ ਜਾਣਦੇ ਅਸੀਂ ਨਹੀਂ ਸਮਝਣਾ ਜਾਣਦੇ ਧਰਮ ਤਾਂ ਅਸੀਂ ਖਤਮ ਕੀਤਾ ਹੈ ਨਾ ਤੇ ਜਿਹੜੇ 5-7 ਨੇ ਉਹਨਾਂ ਨੂੰ ਦੋਸ਼ ਦੇ ਰਹੇ ਆ ਕਿ ਉਹ ਪੰਜਾਂ ਸੱਤਾਂ ਨੂੰ ਉਹਨਾਂ ਲੋਭ ਲਾਲਚ ਹੋ ਜਾਂਦਾ ਉਹ ਖੰਡ ਪੜ ਦੇ ਨਾਲ ਧਾਗਾ ਬਣਾਉਣਾ ਮੱਝ ਦਾ ਕਿਲਾ ਬਣਾਉਣਾ ਦੁੱਧ ਮੰਦਰ ਦਿੰਦੇ ਨੇ ਨજર ਲਾਉਣੀ ਉਹ ਇਹ ਜਿਹਾ ਕੋਈ ਕੰਮ ਨਾਲ ਵਿਚਾਰਾ ਸਾਈਡ ਬਿਜ਼ਨਸ ਕਰ ਲੈਂਦੇ ਨੇ ਅੱਜੇ ਕਾਫੀ ਐਸੇ ਗੁਰਦੁਆਰੇ ਨੇ ਜਿਹੜੇ ਕਹਿੰਦੇ ਬਾਬਾ ਜੀ ਨੇ ਮਹਾਰਾਜ ਦਾ ਪ੍ਰਕਾਸ਼ ਕੀਤਾ ਤੇ ਇੱਧਰਲੇ ਬੰਨੇ ਪੀਰ ਦੀ ਕਬਰ ਹੈ ਜੀ ਤੇ ਉੱਥੇ ਚੜਾ ਦਿਓ ਫਿਰ ਦਿੰਦੇ ਆ ਹਵਾਲਾ ਦੇ ਦਿੰਦੇ ਨੇ ਚੰਡਾ ਸਾਹਿਬ ਨਹੀਂ ਤੁਸੀਂ ਵੇਖਿਆ ਜੀ ਉੱਥੇ ਦਸ਼ਮੇਸ਼ ਪਿਤਾ ਦੇ ਗੁਰਦੁਆਰੇ ਦੇ ਬਾਹਰ ਬਣਿਆ ਹੋਇਆ ਹੈ ਇਹਦੇ ਵਿੱਚ ਕੀ ਗਲਤ ਹੈ ਤੇ ਬਹਾਦਰਗੜ੍ਹ ਸਾਹਿਬ ਨਹੀਂ ਦੇਖਿਆ ਪਟਿਆਲੇ ਉੱਥੇ ਵੀ ਬਾਹਰ ਬਣਿਆ ਹੋਇਆ ਹੈ ਤੇ ਉੱਥੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਆ ਤਾਂ ਅੱਗੇ ਤਾਂ ਨਹੀਂ ਬਣਾ ਕੇ ਦਿੰਦੇ ਇਹੋ ਜਿਹਾ ਅਸੀਂ ਉੱਥੇ ਜਾਣ ਵਾਲੇ ਕੋਈ ਬਾਬਾ ਜੀ ਸ਼ਬਦ ਦੱਸੋ ਜੰਤਰੀ ਦੱਸੋ ਹੂੰ ਮਝੇ ਇੱਕ ਮਰਗ ਹੋ ਗਈ ਤੇ ਕਹਿੰਦਾ ਇਹਦਾ ਚੌਥਾ ਕਰਨਾ ਕੋਈ ਕੰਜਕਾਂ ਤਾਂ ਨਹੀਂ ਆਉਂਦੀਆਂ ਮੈਨੂੰ ਤਾਂ ਪਤਾ ਹੀ ਨਹੀਂ ਕੰਜਕਾਂ ਕੀ ਹੁੰਦੀਆਂ ਨੇ ਗੰਡ ਮੂਲ ਕੰਜਕਾਂ ਮੈਂ ਤਾਂ ਸੁਣਨਾ ਹੁਣ ਜਦੋਂ ਪ੍ਰਚਾਰ ਦੇ ਰੀਜ ਪਏ ਚੌਥੇ ਵਿੱਚ ਦੱਸੋ ਮਰੇ ਜੀਵ ਦਾ ਭੋਗ ਪਾਉਣਾ ਉਹ ਮੈਂ ਕਹਾ ਉਹ ਤਾਂ ਜਾਨ ਛਡਾ ਗਿਆ ਸਵਾਸ ਪੂਰੇ ਹੋ ਗਏ ਇਹਦੀਆਂ ਕਿਹੜੀਆਂ ਕੰਜਕਾਂ ਮੰਜਕਾਂ ਰਹਿ ਗਈਆਂ ਸਰਾਧਾਂ ਵਿੱਚ ਆਹ ਨਹੀਂ ਕਰਨਾ ਉਹ ਨਹੀਂ ਕਰਨਾ ਪਤਾ ਨਹੀਂ ਕੀ ਅਹੀਂ ਤਾਂ ਮੈਂ ਤਾਂ ਤੁਹਾਨੂੰ ਦੱਸਣਾ ਜਦੋਂ ਸਰਾਧ ਹੁੰਦੇ ਆ ਮੇਰੇ ਚੀਜ਼ੀ ਉਦੋਂ ਖਰੀਦਣਾ ਮਾਰਕੀਟ ਡਾਊਨ ਹੁੰਦੀ ਏ ਸਭੋ ਦੇ ਸੋਨਾ ਵੀ ਸਸਤਾ ਹੁੰਦਾ ਕੱਪੜਾ ਵੀ ਸਸਤਾ ਤੇ ਨਰਾਤਿਆਂ 'ਚ ਤਾਂ ਮਹਿੰਗਾਈ ਵਧ ਜਾਂਦੀ ਦੇਖੋ ਸੋ ਮਹਾਰਾਜ ਤਾਂ ਫਿਰ ਕਹਿੰਦੇ ਪਿਆ ਪਾਰਤਰੀ ਰਾਚੇ ਘਰ ਘਰ ਜਾਚੇ ਜੈ ਤੈਂ ਡੋਲੇ ਰਹਿ ਰਹਿ ਬੋਲੇ ਧਨ ਨਹੀਂ ਛੋੜੈ ਨਿਸਕਰਪੁਰਾ ਪੈਸਾ ਨਹੀਂ ਛੱਡਣਾ ਪੈਸੇ ਦੇ ਵਸਤੇ ਤਾਂ ਜੋ ਮਰਜ਼ੀ ਕਰਨਾ ਪੈ ਜੇ ਉੱਥੋਂ ਤੱਕ ਤੁਹਾਡੇ ਪਰ ਪੈਰ ਫੜ ਲੈਣਗੇ ਪਰ ਤ੍ਰੀ ਰਾਚੇ ਕਹਿੰਦੇ ਤੁਸੀਂ ਸੰਤਾਂ ਮਹਾਤਮਾ ਕੋਲ ਜਾਓਗੇ ਉਹਨਾਂ ਨੇ ਤੁਹਾਨੂੰ ਨਿਗਾਹ ਹੀ ਐਸੀ ਦੇਖਣੀ ਆ ਵੀ ਜਿਹੜੀਆਂ ਕੁੜੀਆਂ ਨੇ ਉਹਨਾਂ ਦਾ ਸਾਧੂ ਸੰਤਾ ਤੱਕ ਲੈ ਜਾਣ ਦਾ ਹਾਲ ਹੀ ਨਹੀਂ ਰਹਿ ਜਾਣ ਕਹਿੰਦੇ ਸਿੱਖ ਮੁਖ ਮੋਰਾਂ ਪ੍ਰੇਤ ਨਿਰ ਪਛੋਰਾਂ ਤਜ ਤ੍ਰੀ ਪ੍ਰਤਾ ਬਿਸਰੋ ਕਰਤਾ ਸੇਖ ਉਹਨਾਂ ਦੇ ਨਾਲ ਮੁਖ ਜੋੜਨਗੇ ਪਰ ਉਹ ਉਹਨਾਂ ਦੇ ਜੁੜੇ ਹੋਏ ਮੁੱਖਾਂ ਦਾ ਇਸਤੇਮਾਲ ਗਲਤ ਕਰਨਗੇ ਨਾਮ ਨਮ ਕਰਮ ਮੰਗ ਵੱਢ ਗਏ ਹੋ ਪਰਮੰਭਾ ਫਿਰ ਕਹਿੰਦੇ ਜਦੋਂ ਇਸ ਤਰੀਕੇ ਫਿਰ ਚੱਲੇਗਾ ਫਿਰ ਮਾਲਕ ਕਹਿੰਦੇ ਦੀਨਨ ਕੀ ਰੱਛਾ ਨਿਮਤ ਕਰ ਹੈ ਆਪ ਪਾਏ ਪਰਮਪੁਰਖ ਪਾਵਨ ਸਦਾ ਆਪ ਪ੍ਰਗਟ ਹੈ ਆਏ ਫਿਰ ਦੀਨਨ ਜਿਹੜੇ ਵਿੱਚ ਉਹ ਵਿਰਲੇ-ਵਿਰਲੇ ਗੁਰਮਖ ਵਰਾਗੀ ਹੋਣਗੇ ਜਾਂ ਜੋ ਜਿਹੜੇ ਯਾਦ ਕਰਨਗੇ ਮਾਲਕ ਨੂੰ ਕਹਿਣਗੇ ਪਛਤਾਵਾ ਆਪ ਦਾ ਕਰਨਗੇ ਬੇਨਤੀਆਂ ਅਰਦਾਸਾਂ ਕਰਨਗੇ ਉਹਨਾਂ ਦੀ ਫਿਰ ਰੱਛਾ ਦੇ ਲਈ ਉਹ ਆਪ ਆਊਗਾ ਪਰਮਪੁਰਖ ਪਾਵਨ ਸਦਾ ਆਪ ਪ੍ਰਗਟ ਹੈ ਆਏ ਗੁਰਮਖ ਦੇ ਰਾਹੀ ਫਿਰ ਉਹ ਪ੍ਰਗਟ ਹੁੰਦਾ ਹੈ ਉਹਨਾਂ ਦੇ ਲਈ ਆਪ ਪ੍ਰਗਟ ਹੈ ਆਏ ਦੀਨ ਰੱਛਾ ਕੇ ਕਾਰਨ अवतारी सवतार ਧਰਾ ਕੇ ਭਾਰ ਉਤਾਰਨ ਫਿਰ અવਤਾਰ ਧਾਰਨ ਕਰਦਾ ਹੈ ਕਹਿੰਦੇ ਮਾਲਕ ਜਦੋਂ ਵੀ ਇਸ ਤਰੀਕੇ ਆਧਰਮ ਵੱਧ ਜਾਂਦਾ ਹੈ ਫਿਰ ਕਹਿੰਦੇ ਜਦੋਂ ਇਹ ਕਲਯੁਗ ਦਾ ਇਹ ਨਾ ਧਰਮ ਵੱਜੇਗਾ ਫਿਰ ਇਸ ਚੀਜ਼ ਨੂੰ ਖਤਮ ਕਰਨ ਦੇ ਲਈ ਉਹ ਪ੍ਰਚਾਰ ਕਰਦਾ ਹੈ ਕਲਯੁਗ ਕੇ ਅੰਤੇ ਸਮੇ ਸਤਜੁਗ ਲਾਗਤ ਆਦ ਦੀਨਨ ਕੀ ਰੱਛਾ ਲਈਏ ਧਰੇ ਹੈ ਰੂਪ ਅਨਾਦ ਉਦੋਂ ਫਿਰ ਇੱਕ અવਤਾਰ ਰੂਪ ਬਣ ਕੇ ਪ੍ਰਗਟ ਹੋਏਗਾ ਜਦੋਂ ਵੇਦ ਪੁਰਾਣ ਸ਼ਾਸਤਰ ਵੀ ਖਤਮ ਹੋ ਜਾਣਗੇ ਤੀਰਥ ਵੀ ਨਹੀਂ ਕੋਈ ਰਹਿਣਾ ਉਹਦੇ ਵਿੱਚ ਫਿਰ ਇੱਕ ਵੱਡਾ ਅਵਤਾਰ ਬਣ ਕੇ ਪ੍ਰਗਟ ਹੋਏਗਾ ਜਿੰਨੂੰ ਆਪਾਂ ਕਲਕੀ ਅਵਤਾਰ ਕਹਿ ਦਈਏ ਗੁਰਮਖ ਅਵਤਾਰ ਕਹਿ ਦਈਏ ਇੱਕ ਵਾਰੀ ਤਾਂ ਹੁਣ ਮਹਾਰਾਜ ਦਾ ਅਵਤਾਰ ਹੈ ਹੀ ਇਹ ਇੰਨਾ ਜੱਪ ਤਪ ਸੰਜਮ ਚੱਲਦਾ ਪਿਆ ਜਦੋਂ ਕਹਿੰਦੇ ਵੀ ਇਹ ਕੋਈ ਬਾਣੀ ਦਾ ਸ਼ਬਦ ਜਾਂ ਕੋ ਗੁਰਮੰਤਰ ਵਾਹਿਗੁਰੂ ਬੋਲੇਗਾ ਤੇ ਉਹਨੂੰ ਸਜ਼ਾ ਹੋ ਜੇ ਕਰੇਗੀ ਜੇ ਕੋ ਨਾਮ ਲਏ ਬਦਨਾਮੀ ਕਲ ਕੇ ਲਖਣੇ ਜੇ ਕੋ ਨਾਮ ਲਏਗਾ ਬਦਨਾਮੀ ਹੋਗੀ ਉਹਨੂੰ ਸਜ਼ਾ ਦੇਣ ਕਰਨਗੇ ਵੀ ਇਹ ਨਾਮ ਜਪਦਾ ਹੈ ਜੀ ਉਦੋਂ ਫਿਰ ਕਹਿੰਦੇ ਕਲਯੁਗ ਕੇ ਅੰਤੇ ਸਮੇ ਸਤਜੁਗ ਲਾਗਤ ਆਦ ਫਿਰ ਕਲਯੁਗ ਦਾ ਜਦੋਂ ਅੰਤ ਹੁੰਦਾ ਨਾ ਉਹਦੇ ਵਿੱਚ ਸਤਜੁਗ ਦੀ ਸ਼ੁਰੂਆਤ ਕਰਨ ਦੇ ਲਈ ਫਿਰ ਅਵਤਾਰ ਰੂਪ ਹੋ ਕੇ ਉਹ ਪ੍ਰਗਟ ਹੁੰਦਾ ਏ ਧਰ ਕੇ ਰੂਪ ਅਨਾਦ ਕਲੈ ਕਬ ਤੱਕ ਕਹਿ ਭਾਰੀ ਸ਼ਤਰਨ ਕੇ ਨਾਸਾਰਥ ਨਮਤ ਅਵਤਾਰ ਅਵਤਾਰੀ ਫਿਰ ਕਹਿੰਦੇ ਜਦੋਂ ਉਹ ਕਲਯੁਗ ਦਾ ਅੰਤ ਕਰਨ ਦੇ ਲਈ ਅਨਾਦ ਰੂਪ ਪ੍ਰਗਟ ਕਰੇਗਾ ਨਾ ਕਬ ਤੱਕ ਕਹਿ ਪਾਰੀ ਐਨੀ ਤਾਕਤ ਦੇ ਨਾਲ ਫਿਰ ਉਹ ਅਵਤਾਰ ਪ੍ਰਗਟ ਹੋਏਗਾ ਵੀ ਜਿੱਦੜ ਉਹ ਨਿਗਾਹ ਵੀ ਕਰੂਗਾ ਨਾ ਉਹ ਅਵਤਾਰ ਕਲਯੁਗ ਛਲਨੀ ਛਲਨੀ ਹੋ ਜਾਊਗਾ ਐਨੇ ਨਾਮ ਦੇ ਬਲ ਵਾਲੇ ਨੂੰ ਫਿਰ ਸੁੰਨ ਦੇ ਵਿੱਚ ਉਹ ਪ੍ਰਗਟ ਕਰਦਾ ਉਹਨਾਂ ਪੰਜ ਤਤਾਂ ਨਾਮ ਦੇ ਵਿੱਚੋਂ ਪ੍ਰਗਟ ਕਰਦਾ ਹੈ ਛਤਰਨ ਕੇ ਨਾਸਾਰਥ ਨਮਤ ਅਵਤਾਰ ਅਵਤਾਰੀ ਜਿਵੇਂ ਕਹਿੰਦੇ ਇੱਕ ਸ਼ਸਤਰ ਹੁੰਦਾ ਨਾ ਜਿਵੇਂ ਇੱਕ ਤਲਵਾਰ ਦੀ ਧਾਰ ਹੁੰਦੀ ਹੈ ਤੇ ਉਹ ਵੱਢਦੀ ਜਾਂਦੀ ਹੈ ਇਸ ਤਰੀਕੇ ਦਾ ਅਵਤਾਰ ਪਾਪ ਨੂੰ ਖਤਮ ਕਰਨ ਦੇ ਲਈ ਮਹਾਰਾਜ ਫਿਰ ਉਸ ਅਵਤਾਰ ਨੂੰ ਪ੍ਰਗਟ ਕਰਦੇ ਆ ਜਿਹਨੂੰ ਕਹਿੰਦੇ ਸਤਜੁਗ ਆਦ ਕਲਜੁਗ ਅੰਤੈ ਜੈ ਤੈ ਆਨੰਦ ਸੰਤ ਮਹੰਤੈ ਜੈ ਤਹਿ ਗਾਵਤ ਬਜਾਵਤ ਤਾਲੀ ਨਾਚਤ ਸ਼ਿਵਜੀ ਹਸਤ ਜਵਾਲੀ ਸਤਜੁਗ ਦੇ ਆਦ ਨੂੰ ਕਰਨ ਦੇ ਲਈ ਮਾਲਕ ਫਿਰ ਇੱਕ ਨੂੰ ਪ੍ਰਗਟ ਕਰਦਾ ਇੱਕ ਇੱਕ ਗੁਰਮੁਖ ਪਾਵਰ ਵਾਲਾ ਪੈਦਾ ਹੁੰਦਾ ਜਿਵੇਂ ਗੁਰੂ ਨਾਨਕ ਸੱਚੇ ਪਾਛਾ ਇੱਕ ਪ੍ਰਗਟ ਹੋਏ ਨਾ ਉਹ ਇੱਕ ਅਨੇਕਾਂ ਨੂੰ ਪ੍ਰਗਟ ਕਰ ਦਿੰਦਾ ਹੈ ਆਪਦੇ ਬਚਨਾਂ ਦੇ ਦ੍ਰਿਸ਼ਟੀ ਦੁਆਰਾ ਉਹ ਕਿਵੇਂ ਕਰਦਾ ਹੈ ਕਹਿੰਦੇ ਸਤਜੁਗ ਆਇਓ ਸਭ ਸੁਣ ਪਾਇਓ ਮਨ ਮਨ ਪਾਇਓ ਗੁਣ ਗਨ ਗਾਇਓ ਸਭ ਜਗ ਜਾਣੀ ਅਕਥ ਕਹਾਣੀ ਮਨ ਗਨ ਮਾਨੀ ਕਿਨੋ ਨਾ ਜਾਣੀ ਉਹ ਸਤਜੁਗ ਦਾ ਪ੍ਰਗਟ ਕਰਦਾ ਫਿਰ ਉਹ ਆ ਕੇ ਇੱਥੇ ਅਕਥ ਦੀ ਕਹਾਣੀ ਦੱਸਦਾ ਜਿਹੜੇ ਸੁੱਤੇ ਹੋਏ ਮਨ ਨੇ ਹੋਣ ਦੇ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕਰਨਗੇ ਜਿਨ੍ਹਾਂ ਨੂੰ ਪੰਜਾਂ ਨੇ ਐਨੇ ਕਰੂਰ ਕਰ ਦਿੱਤਾ ਹੈ ਪਰ ਉਹਦੇ ਅੰਦਰ ਕਹਿੰਦੇ ਨਾਮ ਦਾ ਪ੍ਰਤਾਪ ਹੀ ਇੰਨਾ ਹੋਊਗਾ ਵੀ ਇਹਨਾਂ ਦਾ ਵਾਰ ਨਹੀਂ ਚੱਲੇਗਾ ਉਹ ਪ੍ਰਗਟ ਵੀ ਹੋ ਜੇ ਕਰੇਗਾ ਗੁਪਤ ਵੀ ਹੋ ਜੇ ਕਰੇਗਾ ਇਹ ਹੁੰਦੇ ਉੱਤੇ ਹਥਿਆਰ ਚਲਾਉਣਗੇ ਉਹਦੀ ਇੰਨੀ ਅਵਸਥਾ ਹੋ ਗਈ ਉਹ ਆਪਦੇ ਇਸ ਪਉ ਪੰਜ ਪੌਤਕ ਸਰੀਰ ਨੂੰ ਵੀ ਤਤਾਂ ਚ ਤਤ ਮਿਲਾ ਕੇ ਸੁੰਨ ਚ ਹੋ ਜੇ ਕਰੇਗਾ ਉਹਨਦੇ ਉੱਤੇ ਕੋਈ ਅਗਣ ਨਹੀਂ ਵਾਰ ਕਰੇਗੀ ਕੋ ਪਾਣੀ ਨਹੀਂ ਵਾਰ ਕਰੇਗਾ ਜਿਵੇਂ ਪ੍ਰਿਲਾਦ ਭਗਤ ਨੂੰ ਹੋਲਕਾ ਦੀ ਗੋਦੀ ਚ ਬਿਠਾ ਕੇ ਅੱਗ ਲਾ ਦਿੱਤੀ ਸੀ ਨਾ ਹਰਨਾਕਸ਼ ਨੇ ਪਰ ਉਹਨੇ ਤਤਾਂ ਚ ਤਤ ਮਿਲਾ ਤੇ ਹੋਲਕਾ ਸੜ ਗਈ ਸੀ ਪ੍ਰਿਲਾਦ ਬਚ ਗਿਆ ਸੀ ਇਵੇਂ ਕਬੀਰ ਸਾਹਿਬ ਨੂੰ ਜੰਜੀਰੀਆਂ ਚ ਬੰਨ ਕੇ ਗੰਗਾ ਵੇ ਛੱਡ ਦਿੱਤਾ ਸੀ ਉਹਨਾਂ ਨੇ ਤਤਾਂ ਚ ਤਤ ਮਿਲਾਤੇ ਤੇ ਜੰਜੀਰੀਆਂ ਅਲੱਗ ਹੋ ਗਈਆਂ ਤੇ ਕਬੀਰ ਸਾਹਿਬ ਬਚ ਗਏ ਜਿਹਨੂੰ ਕਹਿੰਦੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗਸ਼ਾਲਾ ਪਰ ਬੈਠੇ ਕਬੀਰ ਕਹਿੰਦੇ ਗੰਗਾ ਚ ਮੈਨੂੰ ਜੰਜੀਰੀਆਂ ਚ ਬੰਨ ਕੇ ਛੱਡਦਾ ਕਹਿੰਦੇ ਜੰਜੀਰੀਆਂ ਅਲੱਗ ਹੋ ਗਈਆਂ ਮੈਂ ਅਲੱਗ ਹੋ ਗਿਆ ਉਹ ਫਿਰ ਇਸ ਤਰੀਕੇ ਹੋਊਗਾ ਉਹ ਸਰੀਰ ਨੂੰ ਵੀ ਗੁਪਤ ਪ੍ਰਗਟ ਕਰਦਾ ਜਾਣਦਾ ਹੋਊਗਾ ਸਭ ਜਗ ਦੇਖਾ ਅਨ ਅਨਪੇਖਾ ਸੋਛਾ ਬਸੇਖਾ ਸਹਿਤ ਵਿਪੇਖਾ ਕਹਿੰਦੇ ਜਿਹੜੇ ਅਨੇਕ ਧਰਮ ਇਥੇ ਪ੍ਰਗਟ ਕਰ ਦਿੱਤੇ ਆ ਉਹ ਕਹਿੰਦਾ ਆਪ ਦੀ ਦ੍ਰਿਸ਼ਟੀ ਦੁਆਰਾ ਹੀ ਇਹਨਾਂ ਨੂੰ ਚੱਕ ਚੱਕ ਕੇ ਇਹਨਾਂ ਦੇ ਧਿਆਨ ਨੂੰ ਚੱਕ ਕੇ ਉਸ ਸੱਚ ਤੇ ਉਸ ਨਾਦ ਦੇ ਨਾਲ ਜੋੜ ਦੇਗਾ ਜਿਸ ਸਮੇਂ ਦੇ ਵਿੱਚ ਕੋਈ ਨਾਮ ਨਹੀਂ ਜਪਣ ਦੇਵੇਗਾ ਕੋ ਗਿਆਨ ਨਹੀਂ ਕਰਨ ਦੇਵੇਗਾ ਉਸ ਸਮੇਂ ਦੇ ਵਿੱਚ ਬਿਨਾਂ ਜਪਣ ਵਾਲੇ ਨਾਮ ਦੇ ਨਾਲ ਉਹ ਧਿਆਨ ਜੋੜੇਗਾ ਉਹ ਦ੍ਰਿਸ਼ਟੀ ਦੇ ਰਾਹੀ ਹੀ ਕਹਿੰਦੇ ਗੁਰਮਖੰਡ ਦੇ ਅੰਦਰੋਂ ਨਾਦ ਨੂੰ ਪ੍ਰਗਟ ਕਰਕੇ ਜਿਹਨੂੰ ਸਿਰਫ ਸੁਣਿਆ ਹੀ ਜਾ ਸਕਦਾ ਜਪਿਆ ਨਹੀਂ ਜਾ ਸਕਦਾ ਇਸ ਤਰੀਕੇ ਕੱਢੇਗਾ ਜਿਹੜੇ ਗੁਰਮਖ ਵਰਾਗੀ ਹੋਣਗੇ ਉਹਨਾਂ ਦੇ ਅੰਦਰ ਉਹ ਨਾਦ ਦਾ ਭੇਦ ਦੇ ਕੇ ਨਾਦ ਦਾ ਧਿਆਨ ਜੋੜ ਕੇ ਨਾਦ ਦੇ ਨਾਲ ਉਹਨਾਂ ਦੀ ਸੁਰਤ ਜੋੜ ਕੇ ਨਾਦ ਸਿਰਫ ਸੁਣਿਆ ਜਾ ਸਕਦਾ ਹੈ ਚਾਹੇ ਤੁਹਾਡੇ ਸਾਹਮਣੇ ਕੋ ਬੈਠਾ ਰਹੇ ਤੁਸੀਂ ਸੁਣੀ ਜੋ ਸੱਚ ਵੇਖਿਆ ਜਾ ਸਕਦਾ ਵੇਖੀ ਜੋ ਉੱਥੇ ਫਿਰ ਇਸ ਤਰੀਕੇ ਕਾਲਯੁਗ ਦੀ ਪਕੜ ਦੇ ਵਿੱਚ ਉਹ ਗੁਰਮਖਾਂ ਨੂੰ ਛੁਡਾਏਗਾ ਤੇ ਹੁੰਦਾ ਵੀ ਹੁਣ ਵੀ ਇਹੀ ਹੈ ਹੁਣ ਇੰਨਾ ਧਰਮ ਹੈ ਇੱਥੇ ਤੁਸੀਂ ਕਿਸੇ ਨੂੰ ਕਹੋ ਕੋਈ ਮੰਨਦਾ ਹੀ ਨਹੀਂ ਤੇ ਇੱਥੇ ਵੀ ਜਿਹੜਾ ਨਾਦ ਸੱਚ ਦੇ ਸਨਮੁਖ ਹੈਗੇ ਆ ਉਹ ਨਿਕਲੀ ਜਾਂਦੇ ਆ ਜੇ ਤਾਂ ਬਾਹਰ ਬਾਬਿਆਂ ਕੋਲ ਚਲੇ ਜਾਓ ਫਸ ਜਾਓਗੇ ਭੇਟਾ ਦੇ ਦੇ ਫਸ ਜਾਓਗੇ ਤੇ ਜਿਹੜਾ ਪੂਰਨ ਗੁਰਮੁਖ ਨੇ ਜਿਨ੍ਹਾਂ ਨੂੰ ਅੱਛੀ ਕਹਾਣੀ ਪਤਾ ਹੈ ਉਹਨਾਂ ਦੇ ਨਾਲ ਕੋਈ ਜੁੜਦਾ ਨਹੀਂ ਕਿਉਂਕਿ ਉਹ ਮਿਹਨਤ ਕਰਾਉਂਦੇ ਆ ਉਹ ਖੇਲਦਾ ਭੇਟ ਦੱਸਦੇ ਆ ਤੇ ਜਿੱਥੇ ਮਿਹਨਤ ਆ ਉੱਥੇ ਕੋਈ ਜੁੜਦਾ ਨਹੀਂ ਅਗਲਾ ਕਹਿੰਦਾ ਅਸੀਂ ਤੈਨੂੰ ਹੀ 11000 ਦੇ ਦੇਨੇ ਆ ਤੂੰ ਹੀ ਕੋਈ ਕਰ ਦੇ ਸਾਡੀ ਅਰਦਾਸ ਤੂੰ ਹੀ ਸਾਡਾ ਕੋ ਕਾਰਜ ਸਵਾਰ ਦੇ ਅਸੀਂ ਤੇਰੇ ਕੋਲ ਕਰ ਦਿੰਨੇ ਤੇ ਜਿਹੜਾ ਪੁਰਾਣੇ ਉਹਨੂੰ ਕਹਿੰਦੇ ਨੇ ਇਹ ਕੀ ਜਿੱਥੇ ਸਾਧੂ ਨੂੰ ਜਾਂ ਨਾਮ ਨੂੰ ਜਾਂ ਕਿਤੇ ਧਰਮ ਨੂੰ ਦਾਨ ਕਰਨ ਦੀ ਗੱਲ ਆਉਂਦੀ ਉੱਥੇ ਦਾਨ ਕਰਨਾ ਨਹੀਂ ਹਾਂ ਵੀ ਜਿਵੇਂ ਆਪਾਂ ਬਾਹਰ ਇੱਥੇ ਕੋਈ ਦੇਖੀਦਾ ਨਾ ਵੀ ਬਲੈਕ ਮਨੀ ਕਰਕੇ ਤੇ ਸੀਏ ਨੂੰ ਕਹਿੰਦੇ ਨੇ ਤੂੰ 50000 ਲੈ ਲੈ ਤੂੰ ਹੀ ਸਾਡਾ ਕੋ ਐਸਾ ਕੇਸ ਬਣਾ ਦੇ ਵੀ ਸਾਡੇ ਉੱਤੇ ਕੋਈ ਬਲੈਕ ਮਨੀ ਦਾ ਕੋ ਪਤਾ ਨਾ ਲੱਗੇ ਇਸੇ ਤਰੀਕੇ ਹੀ ਸੰਤਾਂ ਨੂੰ ਖਰੀਦਣਾ ਚਾਹੁੰਦੇ ਨੇ ਵੀ ਤੁਹਾਡਾ ਚਾਹ ਪਾਣੀ ਕਰ ਦਿੰਨੇ ਆ ਜੀ ਤੁਸੀਂ ਕੋ ਵਧੀਆ ਜੀ ਅਰਦਾਸ ਕਰੋ ਤੇ ਸਾਡੇ ਕਰਮ ਘਟਾ ਦਿਓ ਤੇ ਉਹ ਉਹ ਜਿਹੜੇ ਅਨਾੜੀ ਆ ਉਸ ਚੀਜ਼ ਦਾ ਫਾਇਦਾ ਚੱਕਦੇ ਆ ਉਹ ਕਹਿੰਦੇ ਜਿਹੇ ਜੇ ਮੈਂ ਇਹ ਜੇ ਇਹ ਉਹ ਕਹਿੰਦਾ ਕਰ ਦਿਓ ਜੀ 51000 ਤੁਹਾਡਾ ਕੋ ਤਕੜਾ ਜਿਹਾ ਪਾਠ ਕਰਦੇ ਆ ਫਿਰ 21 ਦਿਨ ਕਰਾਂਗੇ ਐਨੇ ਚੋਲੇ ਇੰਨਾ ਕੇਸੀਸ ਨਾਲ ਇੰਨਾ ਖਰਚਾ ਘਰ ਦੇ ਬਾਹਰ ਕਿਸੇ ਨੂੰ ਤੁਸੀਂ ਜਾਣ ਨਹੀਂ ਦੇਣਾ ਅੰਦਰ ਨਹੀਂ ਵੜਨ ਦੇਣਾ ਹਮਣ ਕਰ ਦਿਆਂਗੇ ਬਸ ਤੁਹਾਡਾ ਆ ਸਮਗਰੀ ਲੱਗਣੀ ਹੈ બસ ਅਸੀਂ ਵੀ ਇਹੀ ਖੁਸ਼ ਹਾਂ ਤੇ ਜੇ ਕਹਿਦੀ ਹੈ ਗੁਰਮਖੋ ਇੰਨੇ ਕੁਛ ਕਰਨ ਦੀ ਲੋੜ ਹੀ ਨਹੀਂ ਤੁਸੀਂ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਆ ਉਹ ਨਾਮ ਜਪ ਲਓ ਸੱਚ ਦੇ ਪਿਆਰ ਦੇ ਵਿੱਚ ਬੈਠ ਕੇ ਜਿੰਨਾ ਵੀ ਸਮਾਂ ਤੁਸੀਂ ਲਾ ਦਿਓਗੇ ਤੁਹਾਡੇ ਕਾਰਜ ਉਹ ਆਪ ਸਵਾਰ ਦੇਗਾ ਵੀ ਗੁਰਬਾਣੀ ਤਾਂ ਕਹਿੰਦੀ ਪਈ ਆ ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ ਵੀ ਤੂੰ ਮਾਲਕ ਦੇ ਨਾਲ ਰਹਿ ਤੇਰਾ ਕਾਰਜ ਆਪ ਸਵਾਰ ਦੂਗਾ ਤੇਰੇ ਦੁੱਖ ਕੱਢ ਦੂਗਾ ਤੂੰ ਇਹਦੇ ਇਹਦੇ ਭਰੋਸਿਆਂ 'ਚ ਕਿੱਥੇ ਆਇਆ ਫਿਰਦਾ ਇਹਦਾ ਠੱਗਾ ਫਿਰ ਘਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਤੂੰ ਫਿਰ ਘਰ ਚ ਆ ਜਾ ਵਿਚਾਰਾਂ ਤੋਂ ਰਹਿਤ ਹੋ ਜਾ ਸਿਮਰਨ ਕਰ ਤੇਰੇ ਕਾਰਜ ਆਪ ਸਵਾਰੂਗਾ ਉਧਰ ਨਹੀਂ ਅਸੀਂ ਜਾਵਾਂਗੇ ਉਧਰ ਨਹੀਂ ਅਸੀਂ ਜਾਂਦੇ ਵੀ ਯਾਰ ਅਸੀਂ ਆਪਦਾ ਕਾਰਜ ਇਹਨੂੰ 51000 ਦੇ ਕੇ ਇਸ ਠੱਗ ਨੂੰ ਹੋਰ ਠੱਗ ਬਣਾ ਰਹੇ ਆ ਕਿਉਂ ਨਾ ਅਸੀਂ ਆਪ ਸਿਮਰਨ ਕਰਕੇ ਆਪਦਾ ਕਾਰਜ ਆਪ ਸਵਾਰ ਲਈ ਸਿਆਣੇ ਤਾਂ ਆਪ ਆਪਦਾ ਕਾਰਜ ਆਪ ਸਵਾਰਦੇ ਆ ਜੇ ਆਪ ਨਹੀਂ ਸਵਾਰ ਸਕਦੇ ਤੇ ਕਹਿੰਦੇ ਮਾਲਕ ਦੇ ਨਾਲ ਧਿਆਨ ਜੋੜ ਕੇ ਬਹਿ ਜਾਓ ਤੁਹਾਡੇ ਕਰ ਜੋ ਸਵਾਰ ਦੇਗਾ ਸੰਤਾ ਕੇ ਕਰਜ ਆਪ ਖਲੋਇਆ ਹਰ ਕੰਮ ਕਰਾਉਣਾ ਯਾਰ ਸੋ ਜਿੱਥੇ ਪੂਰਨ ਦੀ ਗੱਲ ਆ ਉਹਨਾਂ ਨੂੰ ਪਿੱਛੇ ਕਰ ਦੇ ਆਮ ਤੌਰ ਤੇ ਇੱਕ ਗੁਰਮਖ ਨੇ ਆਖਿਆ ਕਹਿੰਦੇ ਜੀ ਅਸੀਂ ਬਾਹਰ ਦਾ ਕਾਰਜ ਤੁਹਾਡਾ ਬਣਾਉਣਾ ਪਰ ਜਦੋਂ ਉਹਨਾਂ ਨੂੰ ਜਿਨ੍ਹਾਂ ਨਾਲ ਉਹਨਾਂ ਨੇ ਗੱਲ ਕੀਤੀ ਪਤਾ ਲੱਗਿਆ ਨਾ ਵੀ ਉਹ ਤਾਂ ਸਾਸਗ੍ਰਾ ਸਿਮਰਨ ਕਰਾਉਂਦੇ ਆ ਜਾਂ ਨਾਦ ਦੀ ਆ ਬਾਹਰ ਦੀ ਅੰਦਰ ਦੀ ਖੇਲ ਦੱਸਦੇ ਤੇ ਜਾਂ ਅੰਦਰ ਦੀ ਉਹ ਕਹਿੰਦੇ ਜੀ ਇਹ ਜਾਂ ਨਹੀਂ ਅਸੀਂ ਬਾਹਰ ਦਾ ਇੱਧਰ ਤਾਂ ਨਹੀਂ ਬਣ ਸਕਦਾ ਕੋਈ ਵਧੀਆ ਜੱਥਾ ਦੱਸੋ ਜਿਹੜਾ ਕੋ ਧਾਰਨਾ ਜਾਂ ਕੋ ਕੀਰਤਨ-ਕੁਰਤਨ ਕਰਨ ਜਾਣਦੇ ਹੋਵੇ ਇਹ ਗੱਲਾਂ ਦਾ ਯੋਗ ਮਤਨੇ ਲ ਦੱਸੋ ਜੋ ਗੁਰਬਾਣੀ ਵਿੱਚ ਨਾਦ ਅਨਹਦ ਬਾਣੀ ਗੁਰਮੰਤਰ ਦਾ ਸਾਰਾ ਖੇਲ ਦੱਸਿਆ ਤੇ ਵੀ ਅਸੀਂ ਕਿਹੜਾ ਕੋ ਬਾਹਰੋਂ ਕਿਸੇ ਝੂਠੇ ਦੀ ਕਿਤਾਬ ਪੜ੍ਹ ਕੇ ਦੱਸਦੇ ਪਏ ਇਥੇ ਸਾਡੇ 1430 ਅੰਗਾਂ ਦਾ ਖੇਲ ਹੈ ਹਰ ਗੱਲ ਦੇ ਨਾਲ ਪ੍ਰਮਾਣ ਦੇ ਰਹੇ ਹਾਂ ਤੇ ਮਹਾਰਾਜ ਦੇ ਰਹੇ ਵਿੱਕੀ ਸੁਖਮਣਾ ਕੀੜਾ ਕੀ ਪਿੰਗਲਾ ਕੀ ਅੰਮ੍ਰਿਤ ਰਸ ਤੇ ਆਪ ਨਾ ਦੇ ਚਰੂ ਪਰ ਪਾਣੀ ਤੈਨਿੰਦੇ ਜੇ ਗੰਗਾ ਆਣੀ ਆਪਦੇ ਕੋਲ ਖਜ਼ਾਨਾ ਨਹੀਂ ਹੈਗਾ ਤੇ ਜਿਹੜਾ ਕੋ ਦੇਣਾ ਜੇ ਕੋ ਦੱਸਣਾ ਵੀ ਚਾਹੁੰਦਾ ਤੇ ਉਹਨੂੰ ਦੱਸਣ ਨਹੀਂ ਦਿੰਦੇ ਉਹਨਾਂ ਦੱਸਿਆ ਨਾ ਬਿਨਾਂ ਤਾਂ ਆਪ ਜਿ ਆਪਣਾ ਨੰਨ ਜਪਾਉਣ ਦੇਣ ਸੋ ਇਸ ਕਰਕੇ ਗੁਰਮੁਖ ਪਿਆਰਿਓ ਇਹ ਹਾਲਾਤ ਬਹੁਤ ਮਾੜੇ ਹੁੰਦੇ ਜਾ ਰਹੇ ਨੇ ਆਪਾਂ ਕਮਾਈ ਦੇ ਨਾਲ ਜੁੜੀਏ ਇਹ ਜੋ ਦਸ਼ਮੇਸ਼ ਪਿਤਾ ਨੇ ਆਪਾਂ ਨੂੰ ਖੇਲ ਦੱਸਿਆ ਨਾ ਇਹ ਕਮਾਈ ਦਾ ਦੱਸਿਆ ਉਹਨਾਂ ਨੇ ਕਿਹਾ ਐਨੇ ਭਾਰੇ ਪਰਕੰਮਯੁਗੂ ਦੇ ਵਿੱਚ ਇਹ ਤਾਂ ਦਿਨੋਂ ਦਿਨ ਕੰਮ ਵਿਗੜਦਾ ਹੀ ਜਾਣਾ ਹੈ ਜੇ ਤੁਸੀਂ ਅੰਦਰ ਦੀ ਖੇਲ ਵੀ ਜੇ ਤੁਸੀਂ ਕਹੋ ਨਾ ਕਰਮ ਧਰਮ ਦੇ ਨਾਲ ਮੈਂ ਜਿੱਤ ਜਾਊਂਗਾ ਕਹਿੰਦੇ ਕਾਲਗ ਨੇ ਕਾਲ ਨੇ ਕਰਮ ਧਰਮ ਹੀ ਐਸੇ ਭੰਕਰ ਪ੍ਰਗਟ ਕਰ ਦੇਣੇ ਆ ਵੀ ਤੁਸੀਂ ਕਰਮ ਧਰਮਾਂ ਦੇ ਵਿੱਚੋਂ ਤਾਂ ਨਿਕਲ ਹੀ ਨਹੀਂ ਸਕਣਾ ਉਹਨੇ ਕਰਮ ਹੀ ਕਾਲ ਕਾਮ ਦੇ ਕਰੋਧ ਦੇ ਪ੍ਰਗਟ ਕਰ ਦੇਣੇ ਨੇ ਕਿਹੜੇ ਕਰਮ ਕਰੋਗੇ ਹੁਣ ਦਿਨੋਂ ਦੇ ਇਸ ਸਿਸਟਮ ਤਾਂ ਇਹ ਵਿਗੜਦਾ ਜਾਣਾ ਹੈ ਤੁਸੀਂ ਸਿਸਟਮ ਨੂੰ ਸੁਧਾਰਨ ਦੀ ਬਜਾਏ ਆਪ ਦੇ ਆਪ ਨੂੰ ਸੁਧਾਰ ਲਓ ਤੁਸੀਂ ਸੁਧਰ ਕੇ ਤੇ ਸਿਸਟਮ ਸੁਧਰ ਜਾਏਗਾ ਤੁਸੀਂ ਖਾਲਸੇ ਬਣ ਜਾਓ ਬਾਹਰੋਂ ਉਹ ਦੂਸਰਿਆਂ ਨੂੰ ਬਣਾਣ ਦੀ ਨਾ ਸੋਚੋ ਜਦੋਂ ਤੁਸੀਂ ਖਾਲਸੇ ਬਣ ਕੇ ਆਪਣੇ ਆਪ ਬਾਰੇ ਜਿਹੜਾ ਹਰ ਇੱਕ ਹੁਣ ਆਪ ਦੇ ਆਪ ਨੂੰ ਸੁਧਾਰੇ ਇੱਕ ਇੱਕ ਆਪ ਦੇ ਆਪ ਨੂੰ ਸੁਧਾਰੂਗਾ ਤੇ ਖਾਲਸਾ ਰਾਜ ਬਣੂਗਾ ਜੇ ਬਾਹਰੋਂ ਆਪ ਦੇ ਆਪ ਨੂੰ ਸੁਧਾਰਨਾ ਨਹੀਂ ਬਾਹਰੋਂ ਜੋ ਮਰਜ਼ੀ ਕਰੀ ਜੇ ਉਹ ਫਿਰ ਨਹੀਂ ਖਾਲਸਾ ਰਾਜ ਬਣਦਾ ਆਪ ਦਾ ਸੁਧਾਰ ਪਹਿਲਾਂ ਮਨ ਜਿੱਤੇ ਜਗ ਜੀਤ ਸੋ ਇਹ ਗੁਰਗੋਬਿੰਦ ਸਿੰਘ ਜੀ ਦੀ ਭਵਿੱਖਬਾਣੀ ਸੀਗੀ ਧਰਮ ਪਾਪੀ ਸੰਤਾਂ ਦਾ ਜੋ ਕਿ ਸਭ ਤੋਂ ਮਾੜੇ ਹੁੰਦੇ ਆ ਅਨਾੜੀ ਅਸੰਤ ਉਹਨਾਂ ਨੂੰ ਸੰਤ ਨਹੀਂ ਅਨਾੜੀ ਅਸੰਤ ਆ ਉਹਨਾਂ ਦਾ ਭੇਨਕਰ ਰੂਪ ਸੀਗਾ ਤੇ ਇਹਦੇ ਵਿੱਚ ਜਿਹੜਾ ਨਾਮ ਲਿਖੂਗਾ ਨਾਮ ਦੇ ਨਾਲ ਜੁੜੂਗਾ ਅੰਦਰ ਦੀ ਖੇਲ ਨੂੰ ਜਿੱਤੇਗਾ ਆਪਦੀ ਕਮਾਈ ਕਰੇਗਾ ਉਹ ਨਿਕਲੂਗਾ ਬਾਕੀ ਜਿਹੜੇ ਸਾਰੇ ਠਾਗੇ ਆ ਚੋਰ ਜਿਹੜੇ ਪਾਂਝੇ ਆ ਉਹ ਇਹਨਾਂ ਦੇ ਅਨਾੜੀ ਸੰਤ ਵੀ ਹੋਵੇਂਦੇ ਆ ਤੇ ਜੁੜਨ ਵਾਲਿਆਂ ਨੂੰ ਵੀ ਉਹਵੇਂ ਦਾ ਕਰ ਲੈਣਗੇ ਤੇ ਇਸ ਕਰਕੇ ਪੂਰਨ ਆਪਾਂ ਗੱਲ ਸੁਣਨੀ ਹੈ ਪੂਰਨ ਗੁਰਮਖਾਂ ਦੇ ਸੰਗ ਆਪਾਂ ਕਰੀਏ ਉਹਨਾਂ ਨਾਲ ਆਪਾਂ ਅਪਰੀਸ਼ੀਏਟ ਕਰੀਏ ਉਹਨਾਂ ਨੂੰ ਆਪਾਂ ਗੇ ਵਿਧਾਈਏ ਤਾਂ ਕਿ ਕਮਾਈ ਦੀ ਗੱਲ ਆਵੇ ਉਹਨਾਂ ਨੂੰ ਉਹਨਾਂ ਦਾ ਸੰਗ ਕਰਕੇ ਦੁਜੀ ਵੀ ਤਰ ਜਾਣ ਕਮਾਈ ਦੇ ਨਾਲ ਆਪਾਂ ਜੁੜਨਾ ਹੈ ਝੂਠੀਆਂ ਕਹਾਣੀਆਂ ਕਥਾ ਦੇ ਨਾਲ ਮਨੋ ਕਾਮਨਾਵਾਂ ਮੜੀਆਂ ਇਛਾਣੀਆਂ ਝੰਡੀਆਂ ਪੱਥਰ ਮਸ ਇਹਨਾਂ ਦੇ ਨਾਲ ਛੱਡੋ ਇਹਨਾਂ ਦੇ ਖਿਹੜੇ ਔਰ ਗੁਰਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੁੜ ਕੇ ਮਾਲਕ ਦਾ ਲਾਹਾ ਲੋ ਤੇ ਦੇਖੋ ਮਹਾਰਾਜ ਵਿੱਚ ਕੀ ਬਿਆਨ ਕਰਦੇ ਏਨੇ ਬਚਨ ਕਰਦੇ ਆ ਕੋ ਕਰਵਾਦਾ ਘਟਾ ਸੰਗਤ ਗੁਰੂ ਬਖਸ਼ਿਉ ਜੋ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਹੀ ਸੋਹਣੇ ਵਿਚਾਰ ਜੋ ਗੁਰਮੁਖਾਂ ਨੇ ਜੋ ਸਤਗੁਰਾਂ ਦੀ ਜੋ ਪਵਿੱਖਤ ਬਚਨ ਹਨ ਉਹਨਾਂ ਨੂੰ ਬਹੁਤ ਸਰਲ ਤਰੀਕੇ ਦੇ ਨਾਲ ਖੋਲ ਕੇ ਸਮਝਾਇਆ ਆ ਸੋ ਕਿਸ ਤਰ੍ਹਾਂ ਦੀ ਸਾਡਾ ਸਮਾ ਜਿਹੜਾ ਕਲਯੁਗ ਦਾ ਸਮਾ ਜਿਹੜਾ ਆ ਉਹ ਕਿਵੇਂ ਹੋਰ ਭਿਆਨਕ ਹੋਏਗਾ ਜੇ ਅਸੀਂ ਨਾਮ ਦੇ ਨਾਲੋਂ ਟੁੱਟ ਗਏ ਕਿਦਾਂ ਕਲਯੁਗ ਜਿਹੜਾ ਚੜ ਕੇ ਆਏਗਾ ਤੇ ਕਿਹੜੀਆਂ-ਕਿਹੜੀਆਂ ਵਸਤਵਾਂ ਬਨ ਗਈਆਂ ਜੋ ਕਿ ਅਸੀਂ ਅੱਜਕੱਲ ਵੇਖਦੇ ਆ ਵੀ ਕੁਝ ਵਸਤਵਾਂ ਚੱਲ ਹੀ ਰਹੀਆਂ ਹਨ ਤੇ ਜੇ ਅਸੀਂ ਨਾਮ ਦੇ ਨਾਲ ਉਹ ਇਦਾਂ ਦੂਰੀ ਬਣਾਈ ਤਾਂ ਆਉਣ ਵਾਲੇ ਸਮੇਂ ਵਿੱਚ ਫਿਰ ਕਲਯੁਗ ਭਾਵੀ ਹੋਏਗਾ ਸੋ ਨਾਮ ਸਿਮਰਨ ਸਤਗੁਰਾਂ ਪਾਸੇ ਅਸੀਂ ਨਾਮ ਜਪ ਕੇ ਅਸੀਂ ਇਸ ਤੋਂ ਨਿਕਲ ਜਾਈਏ ਤਾਂ ਜੋ ਸਾਨੂੰ ਜਿਹੜੀਆਂ ਆਉਣ ਵਾਲੀਆਂ ਅਵਸਥਾਵਾਂ ਜੇ ਨਹੀਂ ਦੇਖਣੀਆਂ ਚਾਹੁੰਦੇ ਤਾਂ ਅਸੀਂ ਸੱਚ ਜਿ ਸਮਾ ਜਾਈਏ ਸੋ ਗੁਰੂ ਮੁਖਰ ਨੇ ਬਹੁਤ ਹੀ ਸੋਹਣੇ ਵਿਚਾਰ ਬਹੁਤ ਹੀ ਸਰਲ ਤਰੀਕੇ ਦੇ ਨਾਲ ਜੋ ਕੋਖਤ ਬਚਨ ਹਨ ਗੁਰੂ ਮਹਾਰਾਜ ਜੀ ਦੇ ਉਹਨਾਂ ਨੂੰ ਸੋਹਣੇ ਤਰੀਕੇ ਦੇ ਨਾਲ ਸੌਖੇ ਤਰੀਕੇ ਦੇ ਨਾਲ ਸਾਨੂੰ ਸਮਝਾਉਣਾ ਕੀਤਾ ਹੈ ਸੋ ਗੁਰਮੁਖਾਂ ਦਾ ਬਹੁਤ ਧੰਨਵਾਦ ਸੋ ਵੀਡੀਓ ਇੱਥੇ ਸਮਾਪਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ